बदला लैन की मैं सौखा दी सी। फिर की होया असलम, बदला तू ले लो या दोवे, और तेरे साडे च की फर्क है? असि तीनों जिगरी यार हां, अज नादर की खून च रंगी हुई लाश वेख के और साडे कलेजे ठंड पै गई है। नहीं यार जमालिया, मेरे ते कलेजे च उदो ठंड पै गई जो मुराद की थां ते मैं फाय लगांगा। और रुक जा असलम, एदी लाश थाने मैं ले जावांगा, कतल का करार भी मैं करा। नहीं जमालिया, इन कतल मैं किया, तेरी लाश भी थाने मैं ले जावा। नहीं तुसी दोवे नहीं जाओगे, एदी एक च गोली तू मारी है मुराद, ते सजा मैं कटांगा। जुर्म मैं किया, सजा तू कटे असलम, ये किस तरह हो सकता है? यार ते यारां लई सूली चढ़ दे आए ने, मैं कड़ी नवी गल की? ये कदे नहीं हो सकता असलम, असि तेरे यार हाँ, यार मार नहीं, असि अपने जुर्म की सजा आप कटांगे, ये साडा आखरी। फिर यदा मतलब यह होया,
ਮੇਰਾ ਪਿਓ ਠੀਕ ਕਹਿੰਦਾ, ਅਮੀਰ ਕਦੀ ਕਿਸੇ ਗਰੀਬ ਦਾ ਯਾਰ ਨਹੀਂ ਹੋ ਸਕਦਾ। ਨਹੀਂ ਨਹੀਂ ਅਸਲਮ, ਤੂੰ ਸਾਡਾ ਯਾਰ ਹੈ ਤੇ ਅਸੀਂ ਤੇਰੇ ਸੱਜਣ। ਜੇ ਮੈਨੂੰ ਆਪਣਾ ਸੱਜਣ ਸਮਝਦੇ ਹੋ ਤੇ ਫਿਰ ਮੇਰਾ ਫੈਸਲਾ ਇਹ ਵੇ ਕਿ ਨਾਦਰ ਦੀ ਲਾਸ਼ ਥਾਣੇ ਲੈ ਕੇ ਮੈਂ ਜਾਵਾਂਗਾ। ਚੰਗਾ ਅਸਲਮ, ਜੇ ਇਸ ਗੱਲ ਨੂੰ ਤੂੰ ਆਪਣੀ ਯਾਰੀ ਦਾ ਇਮਤਿਹਾਨ ਹੀ ਬਣਾ ਬੈਠਾ ਤੇ ਫਿਰ ਜਾ, ਅਸੀਂ ਇਹ ਅਹਿਸਾਨ ਸਾਰੀ ਉਮਰ ਨਹੀਂ ਭੁੱਲਾਂਗੇ। ਰੱਬ ਰੱਖ। ਇਹਨੂੰ ਕਤਲ ਮੈਂ ਕੀਤਾ ਥਾਣੇਦਾਰ ਜੀ, ਇਹਨੇ ਮੇਰੇ ਯਾਰ ਨੂੰ ਬੇਗੈਰਤ ਕਿਹਾ ਸੀ ਤੇ ਮੇਰੀ ਗੈਰਤ ਨੇ ਗੋਲੀ ਬਣ ਕੇ ਇਹਦਾ ਸੀਨਾ ਚੀਰ ਦਿੱਤਾ। ਹੱਥਕੜੀ ਲਾ ਲਓ ਇਹਨੂੰ। ਥਾਣੇਦਾਰ ਜੀ, ਮੇਰੇ ਸੁਹਾਗ ਦੇ ਕਤਲ ਨੂੰ ਮੇਰੇ ਹਵਾਲੇ ਕਰ ਦਿਓ। ਨਹੀਂ ਚੁਧਰਾਣੀ, ਕਾਤਲ ਨੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕੀਤਾ, ਹੁਣ ਕਾਨੂੰਨ ਇਹਨੇ ਤੇਰੀ ਸਪੁਰਦ ਕਿਸ ਤਰ੍ਹਾਂ ਕਰ ਸਕਦਾ? ਇਹਨੂੰ ਕਾਨੂੰਨ ਨਹੀਂ ਸਜ਼ਾ ਦੇਵੇਗਾ। ਬਿਹਤਰ ਜਨਾਬ। ਮੇਰਾ ਤੂੰ ਕੱਲਾ ਹੀ ਆਇਆ ਅੱਬਾ?
ਤੇਰੇ ਨਾਲ ਮੇਰੇ ਯਾਰ ਨਹੀਂ ਆਏ? ਕਿੰਨਾ ਯਾਰਾਂ ਦੀ ਗੱਲ ਪਿਆ ਕਰਨਾ ਪੁੱਤਰਾ, ਉਹ ਸਿਰਫ ਤੇਰੇ ਜ਼ੁਬਾਨੀ ਯਾਰ ਨੇ। ਨਹੀਂ ਬਾ, ਇਹ ਨਹੀਂ ਹੋ ਸਕਦਾ। ਜਮਾਲੇ ਤੇ ਮੁਰਾਦ ਨੂੰ ਪਤਾ ਹੀ ਨਹੀਂ ਲੱਗਾ ਹੋਣਾ ਕਿ ਅੱਜ ਮੈਂ ਰਿਹਾ ਹੈ, ਨਹੀਂ ਤੇ ਉਹ ਜ਼ਰੂਰ ਆਉਂਦੇ। ਮੈਂ ਉਹਨਾਂ ਨੂੰ ਤੇਰੀ ਰਿਹਾਈ ਦਾ ਦੱਸਿਆ ਸੀ ਪੁੱਤਰ, ਪਰ ਮੁਰਾਦ ਕਹਿਣ ਲੱਗਾ ਤੂੰ ਇਕੱਲਾ ਹੀ ਪੁੱਤਰ ਨੂੰ ਲੈਣ ਚਲਾ ਜਾ, ਆਪੇ ਅਸਲਮ ਪਿੰਡ ਆਵੇਗਾ ਤੇ ਅਸੀਂ ਮਿਲ ਲਵਾਂਗੇ। ਚੱਲ ਕੋਈ ਗੱਲ ਨਹੀਂ ਅੱਬਾ, ਅਸੀਂ ਆਪਣੇ ਯਾਰਾਂ ਨੂੰ ਪਿੰਡ ਜਾ ਕੇ ਮਿਲ ਲੈਂਦੇ ਹਾਂ। ਤੈਨੂੰ ਅਜੇ ਵੀ ਅਕਲ ਨਹੀਂ ਆਈ ਪੁੱਤਰ, ਅੱਜ ਤੋਂ 7 ਸਾਲ ਪਹਿਲਾਂ ਕਤਲ ਤੇ ਚੌਧਰੀ ਮੁਰਾਦ ਨੇ ਕੀਤਾ ਸੀ। ਉਹ ਕਤਲ ਆਪਣੇ ਸਿਰ ਤੇ ਲੈ ਕੇ ਜਿਸ ਯਾਰ ਲਈ ਸਜ਼ਾ ਕੱਟੀ, ਉਸ ਝੂਠੇ ਯਾਰ ਨੇ ਤੇ ਨਹੀਂ ਅੱਬਾ, ਉਹ ਦੋਵੇਂ ਮੇਰੇ ਸੱਚੇ ਯਾਰ ਨੇ। ਜੋ ਕਿਸੇ ਵਜ੍ਹਾ ਤੋਂ ਮੈਨੂੰ ਜੇਲ੍ਹ ਤੱਕ ਲੈਣ ਲਈ ਨਹੀਂ ਆਏ, ਇਹਦਾ ਮਤਲਬ ਇਹ ਨਹੀਂ ਕਿ ਉਹ ਦੋਵੇਂ ਮੇਰੇ ਯਾਰ ਨੇ। ਚੱਲ ਚੱਲੀਏ। ਮੇਰੇ ਯਾਰਾਂ ਨੇ ਮੇਰੇ ਆਉਣ ਦੀ ਖੁਸ਼ੀ ਪਿੰਡ ਦੀਆਂ ਸਾਰੀਆਂ ਗਲੀਆਂ ਸਜਾਈਆਂ ਹੋਈਆਂ ਨੇ। ਉਹ ਸਾਡੀ ਯਾਰੀ ਅੱਗੇ ਛੋਲਿਆਂ ਦਾ ਵੱਢ ਨਹੀਂ, ਸਾਰਾ ਇਲਾਕਾ ਜਾਣਦਾ ਮੈਂ ਪੁੱਤਰ ਆ ਜੱਟ ਦਾ, ਇੰਨਾ ਡਰ ਕੇ ਪਿੱਛਾ ਨਹੀਂ ਹੱਟਦਾ। ਲੈ ਅਸਲਮ, ਮੇਰੀ ਪੱਗ ਆਪਣੇ ਸਿਰ ਤੇ ਰੱਖ ਲੈ, ਇਹਨਾਂ ਵੇਖਣ ਵਾਲਿਆਂ ਸਾਰਿਆਂ ਨੂੰ ਪਤਾ ਲੱਗ ਜਾ ਤੂੰ ਇੱਕ ਗਰੀਬ ਮਦਾਰਾ ਨਹੀਂ, ਚੌਧਰੀਆਂ ਦੇ ਯਾਰ। ਵਾਹ ਮੇਰੇ ਯਾਰਾ, ਆਪਣੀ ਪੱਗ ਮੇਰੇ ਸਿਰ ਤੇ ਰੱਖ ਕੇ ਮੇਰਾ ਸਿਰ ਹੋਰ ਵੀ ਉੱਚਾ ਕਰਤਾ। ਉਹ ਤੂੰ ਸਾਡਾ ਯਾਰ ਹੈ ਅਸਲਮ, ਤੇਰਾ ਸਿਰ ਵੀ ਉਨਾ ਹੀ ਉੱਚਾ ਹੋਣਾ ਚਾਹੀਦਾ ਜਿੰਨੇ ਉੱਚੇ ਸਾਡੇ ਦੋਹਾਂ ਦੇ ਸਿਰ ਨੇ। ਕਿਉਂ ਲਾਲਾ? ਓਏ ਬਿਲਕੁਲ ਠੀਕ ਆਖੇ ਜਮਾਲਿਆ। ਮਹਾਰਾਜ ਸ਼ੇਖਾ ਜਗਾ, ਔਰ ਸਾਡਾ ਯਾਰ ਜੇਲ੍ਹ ਕੱਟ ਕੇ ਆਈ ਤੇ ਅਸੀਂ ਪਿੰਡ ਚ ਅੱਜ ਭੰਗੜਾ ਪਾਉਂਦੇ ਵੜਾਂਗੇ। ਮਹਾਰਾਜ ਲਾਲਾ ਸੋ ਤੇਰੇ ਖਾਨ ਦਾ ਕਾਤਲ ਅਸਲਮ thank you.
ਸੱਚ ਦਾ ਸ਼ੁਰੂ ਬੜਾ ਭੈੜਾ ਹੁੰਦਾ ਹੈ। ਉਧਰੋਂ ਸੱਚ ਬੋਲਣਾ ਸ਼ੁਰੂ ਕੀਤਾ ਤੇ ਛਿਤਰਾਉਣ ਸ਼ੁਰੂ। ਆ ਛਿੱਤਰ ਤੇ ਇਸ ਲਈ ਪੈਂਦੇ ਨੇ ਕਿ ਸੱਚੀ ਗੱਲ ਸਭ ਨੂੰ ਕੌੜੀ ਲੱਗਦੀ। ਓਏ ਤਰਕੋਨੇ ਆ, ਓਏ ਮੈਂ ਸੱਚ ਬੋਲ ਕੇ ਤੇ ਆਪਣੇ ਮੂੰਹ ਦਾ ਜ਼ਾਇਕਾ ਨਹੀਂ ਖਰਾਬ ਕਰਨਾ ਚਾਹੁੰਦਾ। ਪਰ ਇਹ ਝੂਠ ਤੇਰਾ ਖਾਨਾ ਖਰਾਬ ਕਰ ਦੇਗਾ। ਕਿਹਦਾ ਖਾਨਾ ਖਰਾਬ ਕਰ ਰਿਹਾ ਸੱਚਾ? ਇਸ ਝੂਠੇ ਦਾ ਜਿਹਨੇ ਕਦੀ ਸੱਚ ਨਹੀਂ ਬੋਲਿਆ। ਕਿਉਂ ਸੱਚ? ਕਿਹੜਾ ਸੱਚ? ਕੀ ਸੱਚ? ਸੱਚ ਕੀ? ਓਏ ਮੈਂ ਤੇ ਪ੍ਰਵੀਨ ਨਾਲ ਦਿਲੋਂ ਤੇ ਸੱਚਾ ਪਿਆਰ ਕਰਨਾ ਵਾਂ। ਕਿਉਂ ਪ੍ਰਵੀਨ, ਸੱਚ ਹੈ ਨਾ? ਬਿਲਕੁਲ ਸੱਚ। ਪਿਆਰ ਤੇ ਤੇਰੇ ਨਾਲ ਮੈਂ ਵੀ ਕਰਨਾ, ਇਹਦੇ ਚ ਵੀ ਕੋਈ ਸ਼ੱਕ ਨਹੀਂ, ਇਹ ਵੀ ਬਿਲਕੁਲ ਠੀਕ। ਓਏ ਕੜਕਿਆ ਨਾ ਗਿਆ, ਭੁੱਖਿਆ ਸ਼ੋਹ ਦਿਆ। ਓਏ ਤੂੰ ਇਹਦੇ ਨਾਲ ਕਰਨਾ ਭੁੱਖਾ ਪਿਆਰ। ਓਏ ਮੈਂ ਤੇ ਪ੍ਰਵੀਨ ਦੀ ਕਦੀ ਕਦੀ ਮਾਲੀ ਇਮਦਾਦ ਵੀ ਕਰ ਦਿੰਦਾ ਵਾਂ। ਮਾਲੀ ਇਮਦਾਦ? ਬਹਿ ਜਾ ਕਿਸੇ ਮਾਲੀ ਦੇ ਪੁੱਤਰਾ। ਓਏ ਪਿਆਰ ਕਿਸੇ ਪੈਸੇ ਧੇਲੇ ਦਾ ਮੁਹਤਾਜ ਨਹੀਂ ਹੁੰਦਾ। ਮੈਂ ਗਰੀਬ ਹਾਂ, ਗਰੀਬੀ ਆਵੇ ਦਾ ਪਿਆਰ ਕਰਨਾ? ਓਏ ਬੇਵਕੂਫਾ, ਓਏ ਗਰੀਬ ਤੇ ਰੋਟੀ ਨੂੰ ਪਿਆਰ ਕਰਦਾ, ਤੂੰ ਪ੍ਰਵੀਨ ਨੂੰ ਪਿਆਰ ਕਰਨ ਲੱਗ ਪਿਆ। ਦੁਰ ਫਟੇ ਮੋਟਾ ਮੂੰਹ ਤੇਰਾ, ਲੱਖ ਲਾਣਾ ਤੇਰੀ ਸੁੱਕੀ ਬੂਥੀ ਤੇ, ਜਿਹਦਾ ਪਿਆਰ ਵੀ ਝੂਠਾ ਤੇ ਅਬ ਝੂਠਾ। ਓਏ ਮੈਂ ਝੂਠਾ ਵਾਂ? ਪਿਆਰ ਤੇ ਝੂਠਣੀ ਨਾ, ਮੈਂ ਪ੍ਰਵੀਨ ਨੂੰ ਪਿੰਡ ਦੇ ਵਿੱਚ ਬੜੀ ਵੱਡੀ ਹਵੇਲੀ ਬਣਾ ਕੇ ਦਿਆਂਗਾ। ਓਏ ਤੂੰ ਕੀ ਦਏਗਾ ਕੱਚੇ ਕੱਦੂ? ਮੈਂ ਉਹਨੂੰ ਹਵੇਲੀ ਬਣਵਾ ਕੇ ਤੇ ਨਹੀਂ ਦੇ ਸਕਦਾ, ਪਰ ਜਿਹੜੀ ਹਵੇਲੀ ਤੂੰ ਬਣਵਾ ਕੇ ਦੇਗਾ ਮੈਂ ਉਹਦੀਆਂ ਸਫੈਦੀਆਂ ਜ਼ਰੂਰ ਕਰ ਦਿਆਂਗਾ। ਤੇ ਮੈਂ ਇਹਨੂੰ ਸਿਰ ਤੋਂ ਲੈ ਕੇ ਪੈਰਾਂ ਤੀਕਰ ਸੋਨੇ ਨਾਲ ਲੱਦ ਦਿਆਂਗਾ। ਮੈਂ ਇਹਨੂੰ ਸੋਨੇ ਦੇ ਜ਼ੇਵਰ ਤੇ ਨਾ। ਕੀ ਗੱਲ ਹੈ ਸੱਚਿਆ? ਫਿਰ ਹੁਣ ਕੀ ਹੋਏਗਾ? ਓਏ ਮੈਨੂੰ ਕੀ ਪੁੱਛਣਾ ਐਮਕਾ, ਮੇਰੀ ਤੇ ਆਪ ਅਕਲ 'ਚ ਕੋਈ ਗੱਲ ਨਹੀਂ ਆਉਂਦੀ। ਲੈ ਵੀ ਸੱਚਿਆ, ਚੱਲ ਕੇ ਤੂੰ ਕਿਸੇ ਸਿਆਣੇ ਨਾਲ ਮਸ਼ਕਰਾ ਕਰੀਏ। ਹਾਂ ਠੀਕ ਹੈ, ਹੈਂ, ਚੱਲ ਰੇੜ, ਚੱਲ ਟੁਰ। ਓ ਯਾਰ ਰਾਮਿਆ, ਤੇਰੀ ਧੀ ਸ਼ਾਦੋ ਦੀ ਮੰਗਣੀ ਨੂੰ ਪੂਰਾ 1 ਸਾਲ ਹੋ ਗਿਆ, ਤੂੰ ਉਹਨੂੰ ਡੋਲੇ ਕਦੋਂ ਪਾਉਣਾ? ਆਪਣੀ ਹਸੀਅਤ ਦੇ ਮੁਤਾਬਕ ਧੀ ਲਈ ਜ਼ੇਵਰ ਦਾਜ ਤੇ ਤਿਆਰ ਕਰ ਲਿਆ। ਇਨਸ਼ਾਅੱਲਾ ਐਤਕੀ ਫਸਲ ਦੀ ਕਟਾਈ ਤੋਂ ਬਾਅਦ ਸ਼ਾਦੋ ਨੂੰ ਡੋਲੇ 'ਚ ਪਾ ਦਿਆਂਗਾ। ਉਹ ਤੇਰਾ ਹੋਣ ਵਾਲਾ ਜਵਾਈ ਕੰਮ ਕੀ ਕਰਦਾ ਹੈ? ਡਾਕ ਬੰਗਲੇ ਦੀ ਚੌਕੀਦਾਰੀ ਕਰਦਾ ਹੈ। ਇਹ ਸਲਾਮ ਆਨਾ ਚੌਧਰੀਓ। ਵਾਲੇਕੁਮ ਸਲਾਮ ਚਾਚਾ, ਬਹਿ ਜਾਓ। ਅੱਜ ਖੈਰ ਨਾਲ ਸਵੇਰੋ ਸਿਰ ਕਿੱਧਰ ਆਏ ਹੋ? ਅੱਜ ਅਸੀਂ ਘੋੜੀਆਂ ਖਰੀਦਣ ਲਈ ਮੰਡੀ ਟੁਰ ਗਏ ਸਾਂ ਚਾਚਾ, ਹੁਣ ਉੱਥੋਂ ਸਿੱਧੇ ਲਗੇ ਆ ਰਹੇ ਹਾਂ। ਫਿਰ ਖਰੀਦ ਲਈਆਂ ਜੇ ਘੋੜੀਆਂ ਚੌਧਰੀ ਜੀ? ਔਰ ਨਹੀਂ ਰਹਿਮੂ, ਸਾਰੀ ਮੰਡੀ ਵਿੱਚ ਸਾਡੇ ਮਤਲਬ ਦਾ 1 ਵੀ ਜਾਨਵਰ ਨਹੀਂ ਸੀ। ਸਾਨੂੰ ਤੇ ਉਹ ਘੋੜੀ ਚਾਹੀਦੀ ਹੈ ਜਿਹੜੀ ਦਰਬਾਰ ਨੂੰ ਪਿੱਛੇ ਛੱਡ ਜਾ, ਔਰ ਖਲੋਤੀ ਦੀ ਹੋਵੇ ਤੇ ਪਿੰਡੇ ਤੇ ਮੱਖੀ ਨਾ ਪੈਣ ਦਾ। ਪਰ ਚਾਚਾ ਰਹਿਮਿਆ, ਉਹ ਸਾਡਾ ਯਾਰ ਅਸਲਮ ਕਿੱਥੇ ਦੇ? ਉਹ ਵੀ ਤੁਹਾਨੂੰ ਸਵੇਰ ਦਾ ਪਿਆਉ ਉਡੀਕਦਾ ਸੀ, ਕਹਿੰਦਾ ਸੀ ਮੈਨੂੰ ਦੋਵੇਂ ਯਾਰ ਫਜਰ ਤੇ ਨਜ਼ਰ ਨਹੀਂ ਆਉਂਦੇ ਪਏ। ਉਹ ਡੰਗਰਾਂ ਨੂੰ ਪੱਠੇ ਪਾ ਕੇ ਤੇ ਇਹ ਹੁਣੇ ਹੁਣੇ ਬਾਗ ਵੱਲ ਗਿਆ ਸੀ। ਅੱਛਾ ਵੀਰਾ, ਤੂੰ ਤੈਨੂੰ ਕਿੰਨੀ ਵਾਰੀ ਕਿਹਾ ਦੁਪੱਟਾ ਸਿਰ ਤੇ ਰੱਖਿਆ ਕਰ, ਪਰ ਤੂੰ ਦੁਪੱਟਾ ਹਾਰ ਪਿਆ ਸੀ। ਅੱਜ ਤੋਂ ਬਾਅਦ ਤੂੰ ਕਦੀ ਮੈਨੂੰ ਨੰਗਾ ਸਿੱਧੇ ਵੇਖੀ? ਹੁਣ ਕਿੱਥੇ ਚੱਲੀ? ਬਾਗ ਵਿੱਚ ਸਾਰੀਆਂ ਸੈਨੀਆਂ ਇਕੱਠੀਆਂ ਹੋਈਆਂ ਨੇ, ਗਿੱਧਾ ਪਾਣ ਗਿਆ। ਗਿੱਧਾ ਪਾਣ ਗਿਆ? ਆਹ ਚੱਲੀਏ, ਤੇਰੇ ਵਿਆਹ ਦੀ ਪੱਕੀ ਹੋ ਰਹੀ ਹੈ। ਯਾਦ ਰੱਖ, ਡੋਲੀ ਚੁੱਕਣ ਤੋਂ ਪਹਿਲਾਂ ਕਰੋ ਬਾਹਰ ਨਿਕਲੀ। ਚੰਗਾ ਵੀਰਾ। ਤੈਨੂੰ ਕੁਝ ਪਤਾ ਮੁਰਾਦ ਤੇ ਜਮਾਲਾ ਕਿੱਥੇ ਨੇ?
ਮੇਰੀ ਜੁੱਤੀ ਤੇ ਦੋਵੇਂ ਮੁਸ਼ਟੰਡੇ ਕਿੱਥੇ ਨੇ? ਕਮਾਲ ਏ, ਬੜੀ ਔਖੀ ਬੋਲਣੀ ਏ। ਤੂੰ ਕਿਧਰੇ ਕੋਈ ਜ਼ਰੀਲੀ ਬੂਟੀ ਤੇ ਨਹੀਂ ਲੰਘਾਈ ਨੂਰਾ? ਮੈਂ ਜਾ ਆਪਣਾ ਕੰਮ ਕਰ, ਮੈਂ ਤੇਰੇ ਵਗਰੇ ਬਦਤਮੀਜ਼ ਨਾਲ ਗੱਲ ਕਰਨਾ ਨਹੀਂ ਚਾਹਦੀ। ਮੈਂ ਕਿਹੜੀ ਬਦਤਮੀਜ਼ੀ ਵਾਲੀ ਗੱਲ ਕੀਤੀ ਏ ਨੂਰਾ? ਇਹੋ ਤੇ ਬਦਤਮੀਜ਼ੀ ਏ ਤੇਰੀ, ਤੂੰ ਇੱਕ ਮਜ਼ਾਰੇ ਦਾ ਪੁੱਤਰ ਹੋ ਕੇ ਮੇਰਾ ਨਾਂ ਲੈਣਾ? ਇਹਦੇ ਚ ਬਦਤਮੀਜ਼ੀ ਵਾਲੀ ਕਿਹੜੀ ਗੱਲ ਏ? ਤੇਰਾ ਨਾਂ ਹੀ ਨੂਰਾ, ਨੂਰਾ ਨਾ ਕਵਾਂ ਤੇ ਹੋਰ ਗੂਰਾ ਕਵਾਂ? ਬਕਵਾਸ ਨਾ ਕਰ, ਮੈਨੂੰ ਨੂਰਾ ਨੇ ਚੁਦਰਾਣੀ ਕਿਹਾ ਕਰ। ਚੁਦਰਾਣੀ? ਮੈਂ ਤੇ ਉਹਨਾਂ ਚੌਧਰੀਆਂ ਨੂੰ ਕਦੀ ਚੌਧਰੀ ਨਹੀਂ ਕਿਹਾ ਜਿਨ੍ਹਾਂ ਦੇ ਨਾਲ 24 ਘੰਟੇ ਉੱਠਣਾ ਬੈਠਣਾ ਵਾ, ਤੇ ਤੈਨੂੰ ਕਿਸ ਖੁਸ਼ੀ 'ਚ ਚੁਦਰਾਣੀ ਕਵਾਂ? ਮੈਂ ਚੌਧਰੀਆਂ ਨਾਲ ਉੱਠਣ ਬਹਿਣ ਵਾਲਾ ਕੰਮ ਆ, ਉਹਨਾਂ ਵਰਗੇ ਕੱਪੜੇ ਪਾ ਕੇ ਚੌਧਰੀ ਨਹੀਂ ਬਣ ਜਾਂਦਾ। ਆਪਣੇ ਔਕਾਤ ਚ ਰਹੋ, ਨਹੀਂ ਤਾਂ ਕਿਸੇ ਦਿਨ ਮੇਰੇ ਹੱਥੋਂ ਜ਼ਲੀਲ ਹੋ ਜਾਏਗਾ। ਚੌਧਰੀ ਬਹਾਦਰ ਦੀ ਇਸ ਲਈ ਤਾਰੀਫ ਨਹੀਂ ਕਰ ਰਿਹਾ ਕਿ ਮੇਰੇ ਸਾਹਮਣੇ ਬੈਠੇ ਹੋਏ ਨੇ, ਰੱਬ ਦੀ ਸੋ ਬਹਾਦਰ ਹੈ ਹੀ ਬੜਾ ਜੀਦਾਰ। ਔਰ ਮੈਨੂੰ ਕੀ ਸੁਣਾਉਣਾ ਹੈ, ਮੈਂ ਆਪਣੀ ਅੱਖਾਂ ਨਾਲ ਇਹਨਾਂ ਦੀ ਜੀਦਾਰੀ ਵੇਖ ਚੁੱਕਿਆ। ਪਿਛਲੇ ਸਾਲ ਪਾਰ ਦੇ ਮੇਲੇ ਤੇ ਦਾਲ ਲਾ ਕੇ ਮੈਦਾਨ 'ਚ ਖਲੋ ਗਏ ਤੇ ਮੇਰੇ ਵੇਖਦਿਆਂ ਵੇਖਦਿਆਂ ਸਾਰੇ ਮਲਕ ਆਪਣੀ ਤੇ ਜੁੱਤੀਆਂ ਸੁੱਟ ਕੇ ਤੇ ਪੇਡਾਂ ਤੇ ਬੱਕਰੀਆਂ ਵਾਂਗੂ ਅੱਗੇ ਲਾ ਕੇ ਨੱਠ ਉੱਠਿਆ ਕਰ। ਮੈਂ ਕੋਈ ਤੀਰ ਤਾਂ ਨਹੀਂ ਮਾਰਿਆ, ਇਸ ਧਰਤੀ ਤੇ ਬੜੇ ਬੜੇ ਸੂਰਮੇ ਵੱਸਦੇ ਨੇ ਜਿਨ੍ਹਾਂ ਦੇ ਸਾਹਮਣੇ ਮੈਂ ਵੀ ਕੋਈ ਸ਼ਾਇਦ। ਬਿਲਕੁਲ ਠੀਕ ਆਖੇ ਚੌਧਰੀ, ਜੇ ਤੂੰ ਏਡਾ ਜੀਦਾਰ ਹੁੰਦਾ ਜਿੱਡਾ ਇਹ ਕਹਿ ਰਹੇ ਨੇ ਤੇ ਫਿਰ ਤੇਰੇ ਵੱਡੇ ਭਰਾ ਦਾ ਕਾਤਿਲ ਜੇਲ੍ਹ 'ਚੋਂ ਨਿਕਲ ਕੇ ਕਬਰ 'ਚ ਜਾਂਦਾ, ਜਿਉਂਦਾ ਬਾਹਰ ਨਾ ਲੱਗਾ ਫਿਰਦਾ। ਓਏ ਕਿਹੜਾ ਕਾਤਲ ਤੇ ਕਿਹੜਾ ਭਰਾ ਦਾ ਕਾਤਲ? ਤੇਰੇ ਵੱਡੇ ਭਰਾ ਚੌਧਰੀ ਨਾਦਰ ਦੇ ਕਾਤਲ ਅਸਲਮ ਦੀ ਗੱਲ ਕਰਦੀ। ਓਏ ਤੂੰ ਬਕਵਾਸ ਕਰ ਰਿਹਾ, ਮੇਰਾ ਭਰਾ ਕਤਲ ਨਹੀਂ ਸੀ ਹੋਇਆ, ਉਹ ਤੇ ਕੋੜਾ ਤਾਂ ਫਿੱਕੇ ਮਾਇਆ ਸੀ। ਤੂੰ ਝੂਠ ਬੋਲ ਰਿਹਾ। ਮੈਨੂੰ ਚਿੱਟੇ ਵਾਲਾ ਨਾਲ ਝੂਠ ਬੋਲਣ ਦੀ ਕੀ ਲੋੜ ਹੈ ਚੌਧਰੀ? ਜੇ ਯਕੀਨ ਨਹੀਂ ਆਉਂਦਾ ਤੇ ਘਰ ਜਾ ਕੇ ਭਰਜਾਈ ਪੁੱਛ ਲੈ। ਮੈਂ ਹੁਣੇ ਜਾ ਕੇ ਭਰਜਾਈ ਕੋਲ ਪੁੱਛਾਂਗਾ, ਪਰ ਤੂੰ ਵੀ ਮੇਰੇ ਨਾਲ ਜਾਏਗਾ। ਇਹ ਗੱਲ ਝੂਠ ਹੋਈ ਤਾਂ ਮੈਂ ਤੇਰਾ ਗੱਡਾ ਲਾ ਦੇਵਾਂ। ਇਹ ਗੱਲ ਸੱਚ ਹੋਈ ਚੌਧਰੀ ਤਾਂ ਫਿਰ? ਤੇ ਫਿਰ ਮੈਂ ਆਪਣੇ ਭਰਾ ਦੇ ਕਾਤਲ ਦਾ ਸਿਰ ਲਾ ਕੇ ਭਰਜਾਈ ਦਾ ਵੀ ਲਿਆ ਸਕਾਂਗਾ। ਆ ਮਿਲ ਲੈ। ਪਾਪੀ 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 ਸਦਕੇ, ਤੂੰ ਤੇ ਅੱਜ ਤਾਈਂ ਮੈਨੂੰ ਐਡੀ ਉੱਚੀ ਆਵਾਜ਼ ਮਾਰ ਕੇ ਨਹੀਂ ਸੀ ਬੁਲਾਇਆ, ਤੇ ਅੱਜ ਕੀ ਹੋਇਆ ਤੈਨੂੰ? ਇਹ ਬੁੱਢੇ ਨੂੰ ਕੋਈ ਤਰੁੰਦਾ ਲਿਆਇਆ? ਇਹਨੇ ਗੱਲ ਹੀ ਅੱਥੀ ਕੀਤੀ ਹੈ ਭਾਬੀ, ਇਹਨੇ ਮੇਰੇ ਸੀਨੇ ਡੱਗ ਲਾ ਦਿੱਤੀ ਹੈ। ਇਹ ਸੀਨਾ ਸਾਰੇ ਤੇਰੇ ਦੁਸ਼ਮਣਾਂ ਦਾ, ਮੈਨੂੰ ਦੱਸ ਤੇ ਸਹੀ ਪੁੱਤਰ, ਕਿਆ ਕੀ ਇਹ ਬੁੱਢੇ ਨੇ ਤੈਨੂੰ? ਤੂੰ ਅੱਜ ਤਾਈਂ ਮੈਨੂੰ ਇਹੋ ਹੀ ਕਹਿੰਦੀ ਰਹੀ ਹੈ ਭਾਬੀ, ਮੇਰਾ ਭਰਾ ਕੁੱਟ ਟਿੱਕ ਕੇ ਮਰ ਗਿਆ ਸੀ, ਪਰ ਬੁੱਢੇ ਨੇ ਦੱਸਿਆ ਕਿ ਲਾਲੇ ਨਾਦਰ ਨੂੰ ਨੂਰਪੁਰ ਦਾ ਇੱਕ ਮਜ਼ਾਰ ਅਸਲਮ ਨੇ ਕਤਲ ਕੀਤਾ ਸੀ, ਤੇ ਉਹ ਸਜ਼ਾ ਕੱਟ ਕੇ ਜੇਲ੍ਹ ਵੀ ਆ ਗਿਆ ਹੋਇਆ। ਬੁੱਢਿਆ, ਬੁੱਢੇ ਨਾਲ ਫਿਰ ਗੱਲ ਕਰੀ ਭਾਬੀ, ਪਹਿਲਾਂ ਮੇਰੇ ਸਾਲ ਦਾ ਜਵਾਬ ਦੇ, ਬੁੱਢੇ ਨੇ ਸੱਚ ਬੋਲਿਆ ਨਾ ਝੂਠ? ਬੋਲ ਭਾਬੀ, ਚੁੱਪ ਕਿਉਂ ਹੋ ਗਈ ਹੈ? ਬੁੱਢੇ ਦੀ ਗੱਲ ਦਾ ਤੇ ਮੈਨੂੰ ਯਕੀਨ ਨਹੀਂ ਸੀ ਆਇਆ, ਪਰ ਹੁਣ ਤੇਰੀ ਖਾਮੋਸ਼ੀ ਨੇ ਮੈਨੂੰ ਸ਼ੱਕੀ ਚ ਪਾ ਦਿੱਤਾ। ਜਵਾਬ ਦੇ ਭਾਬੀ, ਤੇਰੀ ਜ਼ਬਾਨ ਕਿਉਂ ਬੰਦ ਹੋ ਗਈ ਹੈ? ਜੇ ਮੇਰੀ ਖਾਮੋਸ਼ੀ ਨੇ ਤੈਨੂੰ ਸ਼ੱਕ ਵਿੱਚ ਪਾ ਹੀ ਦਿੱਤਾ ਮੁੰਡਿਆ, ਫਿਰ ਮੇਰੀ ਜ਼ਬਾਨ ਤੈਨੂੰ ਯਕੀਨ ਦਵਾ ਦਿੰਦੀ ਹੈ ਕਿ ਬੁੱਢੇ ਨੇ ਕੁਝ ਕਿਹਾ, ਸੱਚ ਕਿਹਾ। ਭਾਬੀ ਜੱਟ ਸੱਚ ਬੋਲੀ, ਇੰਨੇ ਵਰੇ ਝੂਠ ਕਿਉਂ ਬੋਲਦੀ ਰਹੀ ਹੈ? ਗੱਲ ਖੁੱਲ੍ਹ ਗਈ ਹੈ ਪੁੱਤਰਾ, ਤੇ ਫਿਰ ਇਹ ਵੀ ਸੁਣ ਲੈ, ਨਿੱਕਿਆ ਹੁੰਦਿਆਂ ਮੈਂ ਤੇਰੇ ਨਾਲ ਝੂਠ ਇਸ ਲਈ ਬੋਲਿਆ ਸੀ, ਉਦੋਂ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਤੇਰੀਆਂ ਬਾਹਾਂ ਵਿੱਚ ਜ਼ੋਰ ਨਹੀਂ ਸੀ, ਤੇ ਜਵਾਨ ਹੋਣ ਤੋਂ ਬਾਅਦ ਮੈਂ ਇਹ ਰਾਜ਼ ਤੈਨੂੰ ਇਸ ਲਈ ਨਾ ਦੱਸ ਸਕੀ ਕਿ ਹੁਣ ਜਵਾਨ ਪੁੱਤਰ ਦੀ ਮੌਤ ਦਾ ਫੱਟ ਸਹਿਣ ਦੀ ਮੇਰੇ 'ਚ ਹਿੰਮਤ ਨਹੀਂ। ਮੈਨੂੰ ਮਾਂ ਬਣ ਕੇ ਪਾਲੇ, ਤੇ ਹੁਣ ਪਰਜਾਈ ਬਣ ਕੇ ਸੁਣ ਲੈ, ਮੈਂ ਤੇਰੇ ਸੁਹਾਗ ਦੇ ਖੂਨ ਦਾ ਬਦਲਾ ਲੈਣ ਲਈ ਤੇਰਾ ਪੁੱਤਰ ਬਣ ਕੇ ਨਹੀਂ, ਅੱਲੇ ਨਾ ਤੇਰਾ ਭਰਾ ਬਣ ਕੇ ਜਾਵਾਂਗਾ। ਬੂਟਿਆ, ਤੂੰ ਚੰਗਾ ਨਹੀਂ ਕੀਤਾ, ਦਫਾ ਹੋ ਜਾ ਤੂੰ। ਨਹੀਂ ਬੇ ਬਾਤਰਾ, ਮੈਂ ਤੈਨੂੰ ਨਹੀਂ ਛੱਡ ਦਿਆਂਗੀ,
ਅਜੇ ਤੇ ਮੇਰਾ ਪਹਿਲਾ ਸਾਹ ਵੀ ਨਹੀਂ ਭਰਿਆ ਤੇ ਤੂੰ ਮੇਰੇ ਕਲੇਜੇ 'ਚ ਦੂਸਰਾ ਫੱਟ ਲਾਣ ਤੁਰ ਪਿਆ। ਕਿਹੜੀ ਅੱਗ ਅੱਜ ਮੇਰੇ ਸੀਨੇ 'ਚ ਲੱਗੀ ਹੈ? ਕਬਰ ਦਾ ਵਾਸਤਾ ਹੀ ਇਹ ਬੰਦੂਕ ਮੈਨੂੰ ਦੇ ਦੇ ਭਾਬੀ। ਜਿਉਣ ਜੋਗਿਆ ਲੋਕੀ ਮੈਨੂੰ ਬੇਵਾ ਤੇ ਕਹਿੰਦੇ ਹੀ ਨੇ। ਭਾਬੀ ਤੂੰ ਪੈਰ ਨਾ ਫੜ, ਮੈਂ ਬੰਦੂਕ ਸੁੱਟ ਦਿੱਤੀ। ਬਹਾਦਰਾ ਮੈਂ ਤੇਰੀ ਗੱਲ ਮੰਨ ਲਈ ਹੈ ਭਾਬੀ, ਹੁਣ ਤੈਨੂੰ ਮੇਰੀ ਸਾਂ ਹੀ, ਮੈਨੂੰ ਹਮੇਸ਼ਾ ਲਈ ਭਰਾ ਦੇ ਖੂਨ ਦਾ ਬਦਲਾ ਨਾ ਲੈਣ ਦੀ ਕਸਮ ਨਾ ਪਾਵੀਂ। ਮੈਂ ਕਸਮ ਨਹੀਂ ਪਵਾਉਂਦੀ ਪੁੱਤਰ, ਪਰ ਵਾਅਦਾ ਕਰ ਤੂੰ ਅਸਲਮ ਨੂੰ ਕੁਝ ਨਹੀਂ ਕਹੇਗਾ। ਮੈਂ ਵਾਅਦਾ ਕਰਨਾ ਵਾ ਭਾਬੀ, ਹੁਣ ਇਹ ਬੰਦੂਕ ਹੱਥ ਵਿੱਚ ਨਹੀਂ ਫੜਾਂਗਾ। ਚੌੜ ਜੀ, ਮੈਂ ਤੁਹਾਨੂੰ ਇੱਕ ਨਵਾਂ ਤੇ ਸੱਚਾ ਖਾਬ ਸੁਣਾਵਾਂ। ਝੂਠਿਆ, ਤੇਰਾ ਖਾਬ ਨਵਾਂ ਤੇ ਹੋ ਸਕਦਾ ਪਰ ਸੱਚਾ ਨਹੀਂ ਹੋ ਸਕਦਾ। ਉਹ ਇਸ ਲਈ ਉਹ ਤੂੰ ਕਦੀ ਜਾਗਦਿਆਂ ਸੱਚ ਨਹੀਂ ਬੋਲਿਆ ਤੇ ਤੈਨੂੰ ਸੁੱਤਿਆ ਪਿਆ ਸੱਚਾ ਖਾਬ ਕਿਸ ਤਰ੍ਹਾਂ ਆ ਸਕਦਾ? ਓਏ ਇਹੋ ਤੇ ਕਮਾਲ ਹੈ ਚੌਰ ਜੀ, ਝੂਠਾ ਹੋ ਕੇ ਸੱਚਾ ਖਾਬ ਵੇਖਿਆ। ਹਲਾ ਫਿਰ ਸੁਣਾ ਕੀ ਵੇਖਿਆ? ਵੇਖਣਾ ਕੀ ਹੈ, ਰਾਤ ਮੈਂ ਸੁੱਤਾ ਆ ਖਾਬ ਖਰਗੋਸ਼ ਤੇ ਮੈਨੂੰ ਇੰਜ ਲੱਗਾ ਜਿਵੇਂ ਆ ਕੇ ਤੇ ਮੇਰੇ ਮੂੰਹ ਤੋਂ ਫੜ ਕੇ ਕਿਸੇ ਨੇ ਹਲਾਇਆ। ਹਾਏ ਮੈਂ ਕਿ ਮੈਨੂੰ ਗੋਗਾ ਕਰਨ ਲੱਗਾ ਤੇ ਮੈਂ ਅੱਖ ਪੱਟ ਕੇ ਵੇਖਿਆ ਸਾਹਮਣੇ ਵੱਡੇ ਚੌੜੂ ਸਾਹਿਬ ਇਸ਼ਤੀ ਖਲੋਤੇ। ਝੂਠ, ਬਿਲਕੁਲ ਝੂਠ, ਬਿਲਕੁਲ ਝੂਠ। ਤੂੰ ਚੁੱਪ ਕਰ, ਸੱਚਿਆ ਪਹਿਲਾਂ ਨੂੰ ਆਪਣਾ ਖੁਆਬ ਤੇ ਸੁਣਾ ਲੈਣ ਦੇ। ਹਾਂ ਬਈ ਝੂਠਿਆ, ਫੇਰ ਕੀ ਹੋਇਆ? ਕੀ ਦੱਸਾਂ ਚੌਧਰੀ ਜੀ, ਵੱਡੇ ਚੌੜੂ ਸਾਹਿਬ ਇਸ਼ਤੀ ਮੇਰੇ ਸਾਹਮਣੇ ਖਲੋਤੇ ਨੇ। ਉਹਨਾਂ ਦੇ ਚਿਹਰੇ ਤੇ ਨੂਰ ਵਰਸ ਰਿਹਾ, ਚਿਹਰਾ ਦਮਦਮਾ ਰਿਹਾ, ਲਿਸ਼ਕਾ ਰਿਹਾ ਤੇ ਮੈਨੂੰ ਕਹਿਣ ਲੱਗੇ ਝੂਠਿਆ। ਮੈਂ ਕਿਹਾ ਜੀ। ਕਹਿਣ ਲੱਗੇ ਪੁੱਤਰ, ਅਸੀਂ ਜਦੋਂ ਦੇ ਇੱਥੇ ਜੰਨਤ ਚ ਆਏ ਆ ਅਸੀਂ ਦਿਨ ਰਾਤ ਪਹਿਲਾਂ ਮੀਆਂ ਦੀ ਇਬਾਦਤ ਕਰਨੇ ਆ ਤੇ ਇਸ ਸਾਲ ਸਾਨੂੰ ਆਬਾਦ ਥਿਆ। ਖੁੱਚੀ ਮਿਲਣ ਤੋਂ ਬਾਅਦ ਉਹ ਸਿੱਧਾ ਮੇਰੇ ਕੋਲ ਆਏ ਤੇ ਪਤਾ ਕੀ ਕਹਿਣ ਲੱਗੇ ਜੀ? ਉਹ ਕਹਿਣ ਲੱਗੇ ਭਈ ਤੇਰੇ ਕੋਲ ਸਵੇਰੇ ਝੂਠਾ ਆਏਗਾ ਤੇ ਉਹਨੂੰ ਤੂੰ ਪੂਰਾ ਗਿਣ ਕੇ 100 ਰੁਪਏ ਦੇ ਦਿੰਦਾ। ਮੈਂ ਜਾਣਾ ਭਈ, ਰੁਪਈਏ ਨਹੀਂ 100 ਚਿੱਤਰ ਮਾਰੀ ਜੀ। ਤੁਹਾਡੇ ਵਾਲ ਸਾਹਿਬ ਦੀ ਵੀ ਸਮਝ ਨਹੀਂ ਆਉਂਦੀ, ਜ਼ਬਾਨ ਦੇ ਬੜੇ ਉਹ ਨੇ, ਤੁਹਾਨੂੰ ਕੁਛ ਕਹਿੰਦੇ ਨੇ ਮੈਨੂੰ ਕੁਛ ਕਹਿੰਦੇ ਨੇ। ਓਏ ਬਕਵਾਸ ਨਹੀਂ ਕਰ, ਚੱਲ ਇਧਰ ਆ ਕੇ ਕੰਨ ਪਰ ਤੇ 100 ਚਿੱਤਰ ਖਾਣ ਲਈ ਤਿਆਰ ਹੋ ਜਾ ਆਰਾਮ ਨਾਲ। ਚੌਲ ਸਾਹਿਬ ਜੀ, ਚੌਲ ਸਾਹਿਬ ਜੀ, ਮਾਨ ਨਾਲ ਮੈਂ ਤੁਹਾਨੂੰ ਦੱਸਾਂ ਜੀ, ਚੱਲ ਜਲਦੀ ਨਾਲ, ਮੈਂ ਕੰਨ ਨਹੀਂ ਫੜ ਸਕਦਾ ਜੀ, ਮੇਰੇ ਲੱਕ 'ਚ ਤਕਲੀਫ ਹੈ ਜੀ। ਹੁਣ ਤਕਲੀਫ ਹੈ ਤੇ ਖਾਬ ਦੇਖਣ ਵਾਲੇ ਤਕਲੀਫ ਨਹੀਂ ਸੀ ਹੈ। ਚੌਧਰੀ ਸਹਿਤੋਂ ਵਾਲਾ ਚੌਧਰੀ ਬਹਾਦਰ ਸਾਡੇ ਪਿੰਡੋਂ ਬਾਹਰ ਢੋਲ ਵਜਾ ਕੇ ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਤੁਹਾਡੇ ਯਾਰ ਅਸਰੂ ਨੂੰ ਲਗਾ ਰਿਹਾ। ਓਏ ਜੇ ਗੱਲ ਹੈ ਤੇ ਫੇਰ ਉਹਨੇ ਅਸਰੂ ਨੂੰ ਨਹੀਂ ਆਪਣੀ ਮਾਂ ਨੂੰ ਲੜਕਾ ਉੱਤਰ ਕੇ ਮਾਰਿਆ, ਅੱਜ ਇਹਦੇ ਵੱਲੋਂ ਕੁੱਟ ਮਾਰ ਲਈਏ। ਓਏ ਸਾਨੂੰ ਪਰਾਈ ਅੱਗੇ ਸੜਨ ਦੀ ਕੀ ਲੋੜ ਹੈ ਮੁਰਾਦ? ਬਹਾਦਰ ਅਸਰੂ ਦੇ ਲਹੂ ਨਾਲ ਹੱਥ ਰੰਗਣ ਲਈ ਆਇਆ, ਉਹ ਆਪੇ ਇੱਕ ਦੂਜੇ ਨਾਲ ਨਿਬੜ ਲੈਣਗੇ, ਅਸੀਂ ਕਿਉਂ ਜਾਈਏ? ਨਹੀਂ ਹੈ, ਅਸਲਮ ਨੇ ਸਾਡੇ ਲਈ ਬੜੀ ਵੱਡੀ ਕੁਰਬਾਨੀ ਦਿੱਤੀ ਹੋਈ ਹੈ, ਅਸੀਂ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਲੜਾਂਗੇ। ਓਏ ਮੈਂ ਪੁੱਤਰ ਨਾ ਜੱਟਦਾ, ਇੰਨਾ ਡਾ ਕੇ ਪਿਛਾ ਕੱਟਦਾ।
ਓਏ ਢੋਲ ਵਜਾ ਕੇ ਕਿਨੂੰ ਪਿਆ ਲਲਕਾਰਨੇ? ਓਏ ਲਲਕਾਰ ਵੀ ਤੈਨੂੰ ਹੀ ਰਿਹਾ ਸਾਂ ਤੇ ਇੰਤਜ਼ਾਰ ਵੀ ਤੇਰਾ ਸੀ। ਜੇ ਮੌਤ ਦੀ ਆਵਾਜ਼ ਤੇਰੇ ਕੰਨਾਂ ਤੱਕ ਪੜ ਹੀ ਗਈ ਸੀ ਤੇ ਫਿਰ ਖਾਲੀ ਹੱਥ ਕਿਉਂ ਆਇਆ? ਆਪਣੀ ਜਾਨ ਬਚਾਉਣ ਲਈ ਆਪਣੇ ਨਾਲ ਕੋਈ ਹਥਿਆਰ ਵੀ ਲਿਆਉਣਾ ਸੀ। ਮੈਂ ਨੇ ਹੱਥੇ ਤੇ ਕਦੀ ਵਾਰ ਨਹੀਂ ਕੀਤਾ। ਓਏ ਜਿਹਦੀਆਂ ਬਾਹਾਂ 'ਚ ਜ਼ੋਰ ਹੋਵੇ ਉਹਨੂੰ ਕਿਸੇ ਹਥਿਆਰ ਦੀ ਲੋੜ ਨਹੀਂ ਹੁੰਦੀ। ਤੂੰ ਮੈਨੂੰ ਹੱਥਾਂ ਨਾ ਸਮਝੀ। ਓਏ ਭਰਾ ਦੇ ਖੂਨ ਦਾ ਬਦਲਾ ਲੈਣ ਆਇਆ ਤੇ ਸਿੱਧੀ ਕਰ ਬੰਦੂਕ। ਰੱਬ ਦੀ ਸੌ ਤੇਰੀ ਬੰਦੂਕ ਹੋ ਕੇ ਤੇਰੇ ਸੀਨੇ ਨਾਲ ਰੱਖ ਦਿੱਤੀ ਤੇ ਮੈਨੂੰ ਪਿਓ ਦਾ ਪੁੱਤਰ ਨਾ ਆਖੀ। ਓਏ ਜੇ ਤੈਨੂੰ ਆਪਣੀਆਂ ਬਾਹਾਂ ਤੇ ਇੰਨਾ ਮਾਣ ਅਸਮ ਤੇ ਫਿਰ ਅੱਜ ਮੈਂ ਤੇਰੀਆਂ ਬਾਹਾਂ ਵੀ ਲਾ ਦੇਣਾ ਤੇ ਤੇਰਾ ਸਿਰ ਵੀ। ਓਏ ਤਗੜਾ ਹੋ ਜਾ ਮੇਰੇ ਭਰਾ ਦੇ ਕਾਤਲਾ। ਗੋਲੀ ਤੇਰੇ ਸੀਨੇ ਵਿੱਚ ਉਹਨਾਂ ਮਾਰਾਂਗਾ ਜਦੋਂ ਮੈਂ ਤੇਰੇ ਸਿਰ ਵਿੱਚ ਉਹਨੇ ਫੱਟ ਲਾ ਲਾਂਗਾ ਜਿੰਨੇ ਸਾਲ ਪਹਿਲਾਂ ਤੂੰ ਮੇਰੇ ਭਰਾ ਨੂੰ ਕਤਲ ਕੀਤਾ ਸੀ। ਜਦੋਂ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਜੀ ਕਰੀ ਤੇ ਮੈਨੂੰ ਸੁਣਿਆ ਟੋਰ ਦੀ ਮੈਂ ਆਪ ਤੇਰੇ ਪਿੰਡ ਪਹੁੰਚ ਜਾਵਾਂਗਾ। ਮਰਮ ਪੱਟੀ ਲੈ ਕੇ ਆਈ ਮਰਮ ਪੱਟੀ ਤੇ ਅਸਲੇ ਬਾਦਲ ਜੀ ਹੋਏ ਹੋਣੀ ਹੈ ਜਿਹੜਾ ਮਾਰ ਖਾ ਕੇ ਗਿਆ। ਸਾਨੂੰ ਕੋਈ ਮਾਈ ਦਾ ਲਾਲ ਕਿਤੇ ਮੈਦਾਨ ਚ ਨਹੀਂ ਮਾਰ ਸਕਦਾ। ਹਮੇਸ਼ਾ ਯਾਰ ਯਾਰਾਂ ਲਈ ਕੁਰਬਾਨੀਆਂ ਦਿੰਦੇ ਰਹੇ ਨੇ ਨੂਰਾ ਤੇ ਅੱਜ ਘੱਟ ਅਸੀਂ ਵੀ ਨਹੀਂ ਕੀਤੀ।
ਅਸੀਂ ਵੀ ਇਹਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਆ ਮੋਢੇ ਨਾਲ ਮੋਢਾ ਜੋੜ ਕੇ ਲੜੇ ਆ ਚੱਲ ਇਧਰ ਚੱਲੀਏ ਇਹ ਮੁਸਟੰਡਿਆਂ ਦਾ ਟੋਲਾ ਇੱਕ ਨਾ ਇੱਕ ਦਿਨ ਜ਼ਰੂਰ ਕੁਝ ਕਰਕੇ ਛੱਡੇਗਾ ਫਿਕਰ ਵਾਲੀ ਕੋਈ ਗੱਲ ਨਹੀਂ ਚਤਰਾਣੀ ਹੱਡੀ ਬਚ ਗਈ ਹੈ ਸਿਰਫ ਅੰਦਰੋਂ ਬਾਂਹ ਹੀ ਪੱਟ ਹੈ ਇਨਸ਼ਾਅੱਲਾ 4-5 ਦਿਨ ਦੀ ਮਾਲਿਸ਼ ਤੋਂ ਬਾਅਦ ਬਾਂਹ ਬਿਲਕੁਲ ਠੀਕ ਹੋ ਜਾਏ ਰੱਬ ਤੇਰੀ ਜ਼ਬਾਨ ਮੁਬਾਰਕ ਕਰੇ ਮੈਨੂੰ ਤੇ ਫਿਕਰ ਹੀ ਲੱਗ ਗਈ ਸੀ ਕਿਧਰੇ ਮੇਰੇ ਪੁੱਤ ਨੂੰ ਸਾਰੀ ਹਯਾਤੀ ਦਾ ਰੋਗ ਨਾ ਲੱਗ ਜਾਏ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਚਤਰਾਣੀ ਅੱਲਾ ਨੇ ਬੜਾ ਹੀ ਕਰਮ ਕੀਤਾ ਚੰਗਾ ਫਿਰ ਹੁਣ ਮੈਂ ਚੱਲਣਾ ਸਦਰੇ ਫੇਰ ਆ ਕੇ ਮਾਲਿਸ਼ ਕਰਾਂਗਾ ਚੰਗਾ ਫਿਰ ਸਲਾਮਾਂ ਲੈ ਕੇ ਬਾਜਰਾ ਬਾਂਹ ਦੀ ਪੇੜ ਕੁਝ ਘੱਟ ਹੋਈ ਹੈ ਕਿ ਨਹੀਂ ਨਾ ਵੀ ਘੱਟ ਹੋਵੇ ਤਾਂ ਕੋਈ ਫਰਕ ਨਹੀਂ ਪੈਂਦਾ ਜਵਾਨਾਂ ਨੂੰ ਸੱਟਾਂ ਲੱਗਦੀ ਰਹਿੰਦੀਆਂ ਨੇ ਇਹ ਤਾਂ ਠੀਕ ਹੈ ਪਰ ਸੱਚ ਦੱਸ ਤੂੰ ਘੋੜੇ ਤੋਂ ਡਿੱਗਿਆ ਕਿ ਕਿਸ ਨਾਲ ਲੜ ਕੇ ਆਇਆ ਕਿੰਨੀ ਵਾਰੀ ਦੱਸਾਂ ਘੋੜੇ ਤੋਂ ਡਿੱਗਾ ਘੋੜੇ ਤੋਂ ਡਿੱਗਾ ਘੋੜੇ ਤੋਂ ਡਿੱਗਾ ਕਿਸ ਨਾਲ ਨਹੀਂ ਲੜ ਕੇ ਆਇਆ ਪਰ ਮੈਨੂੰ ਤਾਂ ਹਾਲੇ ਤੱਕ ਯਕੀਨ ਨਹੀਂ ਆਉਂਦਾ ਯਕੀਨ ਨਹੀਂ ਆਉਂਦਾ ਤੇ ਨਾ ਸਹੀ ਮੇਰਾ ਦਿਮਾਗ ਨਾ ਖਾ ਤੇ ਦੋਵੇਂ ਲੜਨ ਕਿਉਂ ਲੱਗ ਪਏ ਹੋ ਰੱਜੋ ਜਾ ਧੀਏ ਗਰਮ ਦੁੱਧ ਦਾ ਗਲਾਸ ਲੈ ਕੇ ਆ ਤੇ ਨਾਲੇ ਵਿੱਚ ਥੋੜਾ ਜਿਹਾ ਘਿਓ ਪਾ ਦੇ ਅੱਛਾ ਚਾਚੀ ਪੁੱਤਰ ਹੁਣ ਤੇ ਮੇਰੇ ਸਵਾ ਸੁਣਨ ਵਾਲਾ ਕੋਈ ਨਹੀਂ ਸਹੀ ਸਹੀ ਦੱਸ ਤੂੰ ਕਿਹਦੇ ਨਾਲ ਲੜ ਕੇ ਆਇਆ ਯਕੀਨ ਕਰ ਭਾਬੀ ਮੈਂ ਕਿਸੇ ਨਾਲ ਨਹੀਂ ਲੜਿਆ ਘੋੜੇ ਤੋਂ ਡਿੱਗਾ ਮੈਂ ਕਿਸ ਤਰ੍ਹਾਂ ਮੰਨ ਲਵਾਂ ਤੇਰੇ ਵਰਗਾ ਸ਼ਵਾਰ ਘੋੜੇ ਤੋਂ ਕਦੀ ਨਹੀਂ ਡਿੱਗ ਸਕਦਾ ਓਏ ਭਾਬੀ ਸ਼ਾਹ ਸਵਾਰ ਹੀ ਹਮੇਸ਼ਾ ਘੋੜੇ ਤੋਂ ਡਿੱਗਦੇ ਹੁੰਦੇ ਤੂੰ ਕੁਝ ਵੀ ਕਹੋ ਪੁੱਤਰ ਦੇਖ ਝੂਠ ਮੈਂ ਬੋਲਿਆ ਤੇ ਫੇਰ ਕੀ ਹੋਇਆ ਇਹਦਾ ਮਤਲਬ ਇਹ ਵੇ ਤੂੰ ਅਸਲਮ ਕੋਲੋਂ ਭਰਾ ਦੇ ਖੂਨ ਦਾ ਬਦਲਾ ਲੈਣ ਗਿਆ ਸੈਂ ਉੱਥੋਂ ਬਾਂਹ ਬਣਾ ਕੇ ਆਇਆ ਬਦਲਾ ਤੇਰੇ ਲੈਣਾ ਭਾਬੀ ਜ਼ਰਾ ਮੇਰੀ ਬਾਂਹ ਠੀਕ ਹੋ ਲੈਂਦੇ ਅਖੀਰ ਸੱਚੀ ਤੇਰੇ ਮੂੰਹੋਂ ਨਿਕਲੇ ਤੇ ਹੁਣ ਇਹ ਦੱਸ ਤੂੰ ਤੇ ਮੇਰੇ ਨਾਲ ਬਦਲਾ ਨਾ ਲੈਣ ਦਾ ਪਤਾ ਸੀ ਵਾਅਦਾ ਕੀਤਾ ਸੀ ਭਾਬੀ ਕਸਮ ਤੇ ਨਹੀਂ ਸਿਖਾ ਦੀ ਨਾਲੇ ਜਿਸ ਬੰਦੂਕ ਨੂੰ ਕਦੀ ਹੱਥ 'ਚ ਨਾ ਫੜਨ ਦਾ ਤੇਰੇ ਨਾਲ ਵਾਅਦਾ ਕੀਤਾ ਔਰ ਟੰਗੀ ਹੋਈ ਮੈਂ ਆਪਣੇ ਵਾਅਦੇ ਤੇ ਵੀ ਕਾਇਮ ਰਹਾਂਗਾ ਤੇ ਬਦਲਾ ਵੀ ਜ਼ਰੂਰ ਲਾਂਗਾ ਬਸ ਤੀਸਰੇ ਗਲਾਸ ਨਾ ਪਾਏ ਕਿਉਂ ਮੈਂ ਸ਼ਰਾਬ ਕਦੀ ਨਹੀਂ ਪੀਤੀ ਤੂੰ ਅੱਗੇ ਕਦੇ ਨਹੀਂ ਪੀਤੀ ਯਾਰ ਪਰ ਅੱਜ ਸਾਡੇ ਕਹਿਣ ਤੇ ਪੀ ਮੈਂ ਸ਼ਰਾਬ ਨਹੀਂ ਪੀਆਂਗਾ ਜਮਾਲਿਆ ਉਹ ਪੀ ਲੈ ਯਾਰ ਅਸਲਮ ਇਨਕਾਰ ਨਾ ਕਰ ਸਿਆਣੇ ਕਹਿੰਦੇ ਨੇ ਹਮਾ ਯਾਰਾ ਦੋਜ਼ਖ ਹਮਾ ਯਾਰਾ ਬਿਸ਼ਤ ਉਹ ਯਾਰ ਤੇ ਖੁਸ਼ੀ ਨਾਲ ਜ਼ਹਿਰ ਵੀ ਦੇਣ ਤੇ ਪੀ ਲੈਣਾ ਚਾਹੀਦਾ ਅਸੀਂ ਤੇ ਸਿਰਫ ਸ਼ਰਾਬ ਪੀਣ ਲਈ ਕਹਿ ਰਹੇ ਹਾਂ ਅੱਛਾ ਯਾਰ ਯਾਰਾਂ ਦੇ ਕਹਿਣ ਤੇ ਇਹ ਜ਼ਹਿਰ ਵੀ ਪੀ ਲੈਂਦਾ ਖੁਸ਼ ਕੀਤਾ ਜੀ ਹੁਣ ਮਜ਼ਾ ਆਏਗਾ ਮੁਜਰਾ ਸੁਣਦਾ ਸ਼ੀਮਾ ਬਾਈ ਸਾਡਾ ਯਾਰ ਜ਼ਿੰਦਗੀ ਚ ਪਹਿਲੀ ਵਾਰੀ ਪੀਣ ਲੱਗਾ ਜੀ ਉਹ ਜ਼ਰਾ ਹੱਥ ਹੌਗਾ ਹੀ ਰੱਖੀ ਚੱਲ ਛਿਮੋ ਬਾਈ ਤੂੰ ਆਪਣੇ ਠੁਮਕੇ ਦਾ ਕਾਰੋਬਾਰ ਸ਼ੁਰੂ ਕਰ ਮਾਹੀ ਨਾਲੇ ਅੱਖੀਆਂ ਮਿਲਾ ਕੇ ਨੱਚੀ ਜਿਵੇਂ ਨਸ਼ੇ
खुश कर दिता ही। अल्लाह पर अपना नाम। आए मैं पुत्र ना जटदा, इन्ना डाक पिछा नहीं हटता। असलम यार आज जिम्मा भाई कैसा नचती है? पर यार मैनू मजा नहीं आया। क्यों? और मैनू ते मुजरा सुनदा उस दिन स्वाद आवेगा जदों असी फिर तिन्ने और कभी ते साडे सामने घुंगरू पा के कोई बाई नहीं साको नचेगी। बकवास साजो कहीं ने एक शेर पी लेती है। पर तू तू गर्मी खा गया असलमा, पहन तो नहीं लगती। गली साधो ही नहीं, इस पिंड की हर रही मुटियार मेरी पहन लगती है। असलम मेरा गिरेबान झड़ दे यार, तेरे मुंह नशे च गलत गल निकल गई है। और तू यार घर चल, तेरा प्यू प्यार डीकदा होना है। देख ले ना असलम, तू शराब पी के आया? मैं आप बेची ते असा पी ली थी यार, ते जहर भी प्यान ते पी लेना चाहिए। मैं ते सिर्फ पीती है शराब। कल राती नाल इसलिए गल नहीं सी कीती असलम, एक ते तेरे सिर ते चौधरिया की झूठी यारी का नशा सवार सी, ते दूजा शराब का। शराब का नशा ते आप ही लै गए, पर चौधरिया की झूठी यारी का नशा अज मैं लावांगा। अब्बा तू ते हर वेले मेरे यारां नूं पैड़ा कहिंदा रहिंदा, तैनूं ते खुश होना चाहिए कि तेरे गरीब पुत्र दे चौधरी यार ने। इहो ही ते तैनूं भुलेख है असलम, सरमायादार कभी किसी गरीब का यार नहीं हो सकता। क्यों नहीं हो सकता अब्बा? चौधरी मुराद ने पग मेरे सिर ते रख के अमीर ते गरीब का फर्क उसे दिन मिटाता सी जिस दिन मैं जेल हो रिहा होके आया सा। गरीब ते अमीर का फर्क किसी मक्कार चौधरी की पग गरीब के सिर ते आना नहीं मुक सकता असलम। यह फर्क उदो मुकेगा जो इन्हों जालमां दे जुल्म तो तंग आके गरीब लोग इन्हों के सिरां तो पग्गां ला के मिट, तो जो चाहे तेरा सिर वेच नवी जिंदगी खरीद लवेगा। मुराद ते जमाले की यारी ते मुराद ने तेन पग दे के तेरा सिर खरीद। औखी अजमाइश पा के वेख लै, वो कहीं डोलन गए। तो फिर आ मेरे नाल, मैं तेरे यारा ते सिर्फ इको सवाल करांगा, ते मेरे सवाल का जवाब जरा देंगे वो इस गल का फैसला होगा कि जमाला तो मुराद तेरे सच्चे यार ने कि झूठे। शौक ना चल लब्बा। खैर होवे, साडा यार असलम आया। चाचा सलाम अलैकुम। सलाम चाचा। वालेकुम सलाम। बैठ चाचा। बह जाना चाचा। ओ बह भी जा। ओ खैर ते आया असलम? मैं अब्बे लैके नहीं आया, अब्बा मैं लैके आया। की मतलब? मतलब है कि मेरा अब्बा ते एक सवाल करने लिए आया, ते मैं वो सवाल का जवाब सुनने लिए नाल आया। बुझाता ना पाए यार असलम, खुल के गल कर। चौधरीओ मुद्दता तो सुन दे आते सब कि एक न्याम विच दो तलवारा नहीं रह सकती, पर तुहानू एक दूजे तो जान कुर्बान करदे आ वेख के यह गल कुछ झूठ मालूम होने लग पई। ओ सच्चे यार जो है चाचा। पर लोग आते ने अमीर कदे किसी गरीब का यार नहीं हो सकता, ते जे यार बन भी जाए तो यारी निभा नहीं सकता। ओ चाचा, असीं उन्हां यारां चो यार नहीं जिहड़े यारी ना निभा सकन।
मैं पुत्र आ जट का इना डा के पिछा नहीं हटता। यार ते तलवार का पता ते मैदान च लगता है, बनन ते हर कोई यार बन जाता है। चाचा तू कि साडी यारी का इम्तिहान लैन तो नहीं आया? जे तू साडी यारी का इम्तिहान ही लेना चाहना चाचा ते सौरभ दी साडे ते कोई भीड़ पा के वेख। जे असी दोवें भरा मोढ़े नाल मोढ़ा जोड़ के असलम लाने वाले हर वार नूं अपने सीने ते ना डकीए ते सानूं चौधरी ना आखी। शावा बई शावा, मैनूं तुहाडे कोलों इहो ही उम्मीद सी। तुसी दोवें असलम दे जिगरी यार हो ना, इहदे च की शक है चाचा? तुसी अपने ते असलम विच कोई फर्क ते नहीं समझदे? पर रुक क्यों नहीं चाचा, खुल के गल कर। गल ए बई, मैं चाहना कि ताडी यारी होर ज्यादा पक्की हो जाए ते नाले उहनां लोकां दीआं ज़बानां बंद हो जाण जिहड़े अमीर ते गरीब दी यारी नूं यारी नहीं समझदे, मतलब प्रस्ती कहंदे। तू कहना की चाहना चाचा? कहना मैं चाहना कि तुसी अपने यार नूं अपना रिश्तेदार भी बना लो। रिश्तेदार बना लो की मतलब? असलम ताडा यार बन के ताडे दुख सुख का साथी बन गया, तो हुण तुसी इहनूं अपनी भैण नूरां दा रिश्ता दे के अपनी इज्जत ते गैरत दा भाईवान बना। ਇਹ ਹੋਈ ਗੱਲ, ਕੋਈ ਹੋਰ ਮਜ਼ਾਰਾ ਆਤਾ ਤੇ ਮਾਰੀ ਸਵਾਲ ਖਿੱਚ ਲੈਂਦਾ। ਤੁਸੀਂ ਇੱਕ ਮਜ਼ਾਰੇ ਦੇ ਪੁੱਤਰ ਨੂੰ ਯਾਰ ਤੇ ਬਣਾ ਸਕਦੇ ਹੋ? ਰਿਸ਼ਤੇਦਾਰ ਨਹੀਂ, ਇਸ ਵੇਲੇ ਮੈਂ ਅਸਲਮ ਦਾ ਕਿਉਂ ਬਣ ਕੇ ਆਇਆ, ਮਜ਼ਾਰਾ ਬਣ ਕੇ ਨਹੀਂ। ਕਰਮੂ, ਤੂੰ ਆਪਣੀ ਅਸੀਂ ਤਵਾਨ ਕੇ ਗੱਲ ਕੀਤੀ ਹੈ, ਆਪਣੀ ਜ਼ਾਤ ਚ ਰਹੋ। ਤੂੰ ਹੀ ਆਪਣੀ ਔਕਾਤ ਚ ਰਹੇ, ਮੇਰੇ ਕਿਉਂ ਨਾਲ ਗੱਲ ਕਰ ਲਿਆ? ਅਸਲਮ, ਲੜਨ ਦੀ ਕੋਈ ਲੋੜ ਨਹੀਂ ਪੁੱਤਰ, ਆਪਣੇ ਯਾਰਾਂ ਦੀ ਗੱਲ ਤੂੰ ਸੁਣ ਲਈ ਤੇ ਸਾਡੀ ਯਾਰੀ ਮੈਂ ਵੇਖ ਲਈ। अपनी यारी की झूठी निशानी जेड़ी मेरी तान से रख के मेरा सिर खरीद आया साजे, अज तो यारी दिया सारिया सांझा टुट गई। यारी दिया सांझा टुट गई, ये जो कुछ भी है तेरी वजह ना लिया। मुराद, मैं तेन किन्नी बारी आख्या थी इन्हें कमी कमी ने अपने यार ना बनाया कर, ये तेरे जियाने की वजह ना अपनी उकात पुछे। गल ही कुछ नहीं जमा लिया, असलम ने साडे नाल दुश्मनी पाई है तो मैनू इन्नी कमज पा गया। ओए मैं पुत्तर आ जट दा, इन्ना डर के पिछा नहीं हटदा। मुल्ज़म मोहम्मद असलम को जेर दफा 302 ताज़ीरात पाकिस्तान 7 साल कैद बमुशक्कत की सजा दी जाती है। अमीर कभी किसी गरीब का यार नहीं होया, पर तू यारी निभाने लिए जो भी कीता है मंदा ही कीता है। असलम, की गल है पुत्र, सुता क्यों नहीं? तू इसलिए तक जाग रही? नींदर नहीं आ रही अब्बा, जहन बड़ा परेशान है। मेरा ख्याल है तू ये सोच के परेशान है कि जे तू पहले दिन ही प्यो की गल मान लेती होंगी तो तेन झूठिया यारा लिए अपनी जिंदगी के इन्ने 20 साल जेल विच ना गुजारने पैंदे। तू ठीक कहने अब्बा। ਕਰਮੂ, ਉਹ ਠਹਿਰ ਜਾ ਮੇਰਿਆ ਯਾਰਾ,
ਅੱਧੀ ਰਾਜੇ ਨੇ ਮੇਰੇ ਬੂਹੇ ਤੇ ਆਇਆ, ਬੋਲ ਕੀ ਚਾਹੀਦਾ ਜੀ? ਜੇ ਪੈਸੇ ਦੀ ਜ਼ਰੂਰਤ ਸੀ ਐ ਲੈ ਫੈਲੀ, ਮੈਂ ਸਾਰੀ ਪੂੰਜੀ ਇਕੱਠੀ ਕਰਕੇ ਲੈ ਆਇਆ, ਤੇ ਜੇ ਬਾਹਾਂ ਦੀ ਲੋੜ ਪੈ ਗਈ ਤੇ ਚੱਲ ਮੇਰੇ ਨਾਲ। ਅੱਲਾ ਦੀ ਸਹੁੰ, ਤੇਰੇ ਦੁਸ਼ਮਣ ਦੇ ਸੀਨੇ ਵਿੱਚ ਸਭ ਤੋਂ ਪਹਿਲਾਂ ਗੋਲੀ ਮੈਂ ਮਾਰਾਂ, ਤੇ ਜੇ ਜਵਾਨ ਪੁੱਤਰ ਲਈ ਰਿਸ਼ਤਾ ਚਾਹੀਦਾ ਜੀ ਤੇ ਆ ਖਲੋਤੀ ਮੇਰੀ ਧੀ। ਮੀਰਾ ਬਖਸ਼ਾ, ਖੁਸ਼ ਕਰ ਦਿੱਤਾ ਮੇਰਿਆ ਯਾਰਾ, ਮੇਰੀ ਲਾਜ ਰੱਖ ਲਈ ਆ। ਵੇਖੇ ਅਸਲਮ, ਇਹਨੂੰ ਕਹਿੰਦੇ ਨੀ ਯਾਰੀ। ਮੈਂ ਇੱਕ ਸਵਾਲ ਨਹੀਂ ਕੀਤਾ ਤੇ ਮੇਰਾ ਯਾਰ ਤਿੰਨਾਂ ਸਵਾਲਾਂ ਦਾ ਜਵਾਬ ਲੈ ਕੇ ਤੇ ਸਾਹਮਣੇ ਆਖ ਲੈਂਦਾ। ਮੰਨ ਗਿਆ ਤੁਹਾਡੀ ਯਾਰੀ ਨੂੰ, ਵਾਕਿਆ ਯਾਰ ਹੋਵੇ ਤੇ ਤੁਹਾਡੇ ਵਰਗਾ। ਚਾਚਾ, ਸਾਨੂੰ ਤੇਰੀ ਦੌਲਤ ਦੀ ਲੋੜ ਹੈ ਨਾ ਭਾਵਾਂ ਦੀ। ਮੈਂ ਤੇ ਤੁਹਾਡੇ ਦੋਵਾਂ ਦੀ ਯਾਰੀ ਦਾ ਇਮਤਿਹਾਨ ਲੈਣ ਲਈ ਅੱਬੇ ਨਾਲ ਆਇਆ ਸਾਂ, ਰਿਸ਼ਤਾ ਵੀ ਨਹੀਂ ਚਾਹੀਦਾ। ਇੱਕ ਭੈਣ ਦੀ ਕਮੀ ਸੀ, ਅੱਜ ਉਹ ਵੀ ਪੂਰੀ ਹੋ ਗਈ ਹੈ। ਉਹਨਾਂ ਨੇ ਚਿਹਰੇ ਤੋਂ ਝੂਠੀ ਯਾਰੀ ਦਾ ਨਿਕਾਬ ਲਾ ਕੇ ਤੇ ਇਹਨੂੰ ਯਕੀਨ ਦਵਾ ਦਿੱਤਾ ਸੀ ਕਿ ਅਮੀਰ ਕਦੀ ਕਿਸੇ ਗਰੀਬ ਦਾ ਯਾਰ ਨਹੀਂ ਹੋ ਸਕਦਾ। ਉਹਦੇ ਬਾਅਦ ਇਹ ਮੈਨੂੰ ਕਹਿਣ ਲੱਗਾ, ਅੱਬਾ ਮੇਰਾ ਤੇ ਯਾਰੀ ਤੋਂ ਇਮਾਨ ਹੀ ਉੱਠ ਗਿਆ। ਇਸ ਦੁਨੀਆ ਵਿੱਚ ਕੋਈ ਕਿਸੇ ਦਾ ਯਾਰ ਨਹੀਂ। ਮੈਂ ਅਸਲਮ ਨੂੰ ਸਿਰਫ ਇਹ ਦੱਸਣ ਲਈ ਇੱਥੇ ਨਾਲ ਲੈ ਆਇਆ ਸਾਂ ਕਿ ਸੱਚੀ ਯਾਰੀ ਕੀ ਹੁੰਦੀ ਹੈ। ਅੱਛਾ ਅੱਛਾ, ਮੈਂ ਤੇ ਤੇਰੀ ਆਵਾਜ਼ ਸੁਣ ਕੇ ਪਰੇਸ਼ਾਨ ਹੋ ਗਿਆ ਸਾਂ। ਯਾਲਾ ਖੈਰ ਹੋਵੇ, ਇਹ ਅੱਧੀ ਰਾਤ ਨੂੰ ਮੇਰੇ ਯਾਰ ਨੇ ਬੂਹਾ ਖੜਕਾਇਆ। ਪੁੱਤਰ ਅਸਲਮ, ਸਾਡੀ ਯਾਰੀ ਦਾ ਯਕੀਨ ਆ ਗਿਆ ਜੀ, ਤੇ ਹੁਣ ਮੇਰੀ ਇਹ ਗੱਲ ਵੀ ਪੱਲੇ ਬੰਨ ਲੈ। ਇਸ ਦੁਨੀਆ ਵਿੱਚ ਯਾਰ ਬਣਾਉਣਾ ਆਸਾਨ ਹੈ ਪਰ ਯਾਰੀ ਨਿਭਾਉਣਾ ਬੜਾ ਔਖਾ ਕੰਮ ਹੈ। ਸੱਚ ਆਖੀ ਚਾਚਾ, ਯਾਰੀ ਨਿਭਾਉਣਾ ਬੜਾ ਔਖਾ ਕੰਮ ਹੈ। ਮੋਟਿਆਰੇ ਨਾ ਦੇਵੀ ਝੂਠ ਲਾਰੇ।
मैं तेरा परछावा। तू मेरी सो चांद मंजिल मैं तेरा परछावा। चैन की तेना आवे जे मैं तेरा प्यार फुलावा। ओ चैन की तेना आवे जे मैं तेरा प्यार फुलावा। दीवाना दिल तेरा जमाना जाने सारा। तेरी मेरी जोड़ी हो हुण तकदीर भी तोड़ नहीं सकती तेरी मेरी जोड़ी। तू मंजिल मेरी आज तो कुछ बहुत ही खुश नजर आ रही है। की गले गले वे कि तू हमेशा ही मेरा हो गया है। ए केड़ी नवी गले? ओए मैं तो पहले ही तेरा। अड़िया तू तो मेरा है ही है, पर आपी मैं बगानी हो चली सा। की मतलब? मतलब ए कि मेरे अब्बे दे एक बड़े पुराने यार ने अद्धी रात नूं साडा बुआ खड़काया। मेरे अब्बे ने अपने यार की आवाज सुन के घर जिन्ना जेवर सी जिन्ना पैसा सी ना एक थैली कठिया करके एक खाती थैली फड़ी ती खाती बंदूक ते मनू कहन लगा चल आ तीए मेरे नाल। ते फेर मेरे अब्बे ने बुआ खोलिया ते सामने उहदा यार ते उहदा जवान पुत्र खलोता सी। मेरे अब्बे ने कहा मेरा यारा अद्धी रात वेले मेरे बुए दे आया बोल की चाहिए जी दौलत की जरूरत थी ते ए लै फड़ थैली मैं सारे घर की पूंजी कट्ठी करके ले आया जो यार दी बावां दी लोड़ पै गई हूं ते फिर मैं तेरे नाल चलना तेरे दुश्मन दे सीने च पहली गोली मैं मारांगा जी जवान पुत्र ली रिश्ते दी जरूरत पै गई हूं ते मेरी धी हाजिर है। वाह भाई वाह, यार होवे ते तेरे प्यो वर्गा होवे। फिर ये दस तेरे प्यो दे यार ने अगों की जवाब दिता? उन्हें अपने पुत्र वल तकिया ते उहदे पुत्र ने मेरे अब्बे नूं कहा कि चाचा ना ते सानू तेरी बाहां दी लोड़ है ते ना ही तेरी दौलत दी लोड़ है। मैं ते दो यारां दी यारी समान लई अपने अब्बे नाल इत्थे आया सां ते मैनूं रिश्ता भी नहीं चाहीदा। एक भैण दी कमी सी सो भी पूरी हो गई है। अज तो रज्जो मेरी भैण है। ए कह के असलम ने भरा बन के मेरे सिर ते हथ रख दिता। असलम ने? हाँ हाँ, उस वीर दा ना असलम ही है। पर तू उहदा नाम सुन के हैरान क्यों हो गया? इस लई कि मेरे भरा दे कातल का नाम ही असलम। तू ये दस तेन भैन बनाने वाला गबरू के पिंड का रहने वाला? नूरपुर। नूरपुर? ओदे प्यो का की नाम? करमू।
ਕਰਮੂ ਦਾ ਪੁੱਤਰ ਅਸਲਮ ਉਹੀ ਤੇ ਮੇਰੇ ਭਰਾ ਦਾ ਕਾਤਲ ਹੈ ਰਜੋ। ਅਸਲਮ ਤੇਰੇ ਭਰਾ ਦਾ ਕਾਤਲ ਹੈ? ਹਾਂ ਰਜੋ, ਉਹ ਮੇਰੇ ਭਰਾ ਦਾ ਕਾਤਲ ਹੈ ਤੇ ਮੈਂ ਉਹਦੇ ਲਹੂ ਵਿੱਚ ਹੱਥ ਰੰਗਣ ਦੀ ਕਸਮ ਖਾਧੀ ਹੋਈ। ਨਹੀਂ ਨਹੀਂ ਬਾਦਰ, ਅਸਲਮ ਵਰਗਾ ਗੈਰਤ ਵਾਲਾ ਜਵਾਨ ਕਿਸੇ ਬੇਗੁਨਾਹ ਦਾ ਖੂਨ ਨਹੀਂ ਕਰ ਸਕਦਾ। ਤੇਰੇ ਭਰਾ ਦਾ ਕਾਤਲ ਕੋਈ ਹੋਰ ਅਸਲਮ ਹੋਵੇਗਾ। ਤੈਨੂੰ ਮੇਰੀ ਗੱਲ ਦਾ ਉਦੋਂ ਯਕੀਨ ਆਏਗਾ ਰਜੋ ਜਦੋਂ ਤੂੰ ਆਪਣੀ ਅੱਖਾਂ ਨਾਲ ਭਰਾ ਦੀ ਲਾਸ਼ ਵੇਖ ਲੈਂਗੀ। ਅਸਲਮ, ਤੇਰੇ ਪਿਓ ਨੇ ਮੇਰੇ ਭਰਾਵਾਂ ਕੋਲ ਰਿਸ਼ਤਾ ਮੰਗਣ ਦੀ ਜੁਰਤ ਕਿਵੇਂ ਕੀਤੀ ਸੀ? ਰਿਸ਼ਤਾ ਮੰਗਣਾ ਤੇ ਕੋਈ ਜੁਰਮ ਨਹੀਂ, ਜਿਸ ਘਰ ਵਿੱਚ ਜਵਾਨ ਕੁੜੀ ਹੋਵੇ ਉਸ ਘਰ ਵਿੱਚ ਰਿਸ਼ਤਾ ਮੰਗਣ ਵਾਲੇ ਆਂਦੇ ਹੀ ਹੁੰਦੇ ਨੇ। ਬਕਵਾਸ ਨਾ ਕਰ, ਸਾਦ ਦੀ ਕੋੜ ਕਿਲੀ ਤੇ ਸ਼ਤੀਰਾਂ ਨੂੰ ਜੱਫੇ। ਨੂਰਾ ਨੂਰਾ ਨਾ ਆਖਵੇ, ਚੁਦਰਾਣੀ ਆ ਕਮੀਨਿਆ। ਮੈਨੂੰ ਕਮੀਨਾ ਕਹਿਣ ਵਾਲੀ ਇੱਥੋਂ ਦਫਾ ਹੋ ਜਾ, ਨਹੀਂ ਤਾਂ ਗੁੱਤ ਪੱਟ ਕੇ ਹੱਥ ਹੀ ਫੜਾ ਦੇਵਾਂਗਾ। ਅਸਲਮ ਨੇ ਸਾਡੀ ਭੈਣ ਦੀ ਗੁੱਤ ਨੂੰ ਹੱਥ ਪਾ ਕੇ ਸਾਡੀ ਗੈਰਤ ਦੇ ਮੂੰਹ ਤੇ ਥੱਪੜ ਮਾਰੇ ਮੁਰਾ, ਤੇ ਮੈਂ ਥੱਪੜ ਦਾ ਬਦਲਾ ਜ਼ਰੂਰ ਲਾਂਗਾ। ਅਸਲਮ ਪਿੰਡ ਦੀ ਹਰ ਗਰੀਬ ਮੁਟਿਆਰ ਨੂੰ ਆਪਣੀ ਭੈਣ ਸਮਝਦਾ, ਮੈਂ ਉਹਨਾਂ ਦੀ ਇੱਜ਼ਤਾਂ ਲੁੱਟ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗਾ। ਔਰ ਮੈਂ ਆਪਣੀ ਸਿਹਤ ਤੇ ਘੱਟ ਮੈਂ ਮੈਂ ਬੜੀ ਦੇਰ ਤੋਂ ਤੇਰਾ ਇੰਤਜ਼ਾਰ ਕਰ ਰਿਹਾ ਸੀ ਸ਼ਾਦੋ। ਮੈਨੂੰ ਪਤਾ ਸੀ ਤੂੰ ਪਿਓ ਦੀ ਰੋਟੀ ਲੈ ਕੇ ਇੱਥੇ ਰਹਿਣ ਲੱਗੀ। ਮੇਰਾ ਰਾਹ ਛੱਡ ਦੇ ਚੌਧਰੀ, ਤੇਰੀ ਨੀਅਤ ਪੈੜੀ ਹੈ ਪਰ ਮੇਰਾ ਖੂਨ ਪੈਣਾ ਨਹੀਂ। ਜੋ ਤੂੰ ਚਾਹੁੰਦਾ ਕਦੇ ਨਹੀਂ ਹੋ ਸਕਦਾ। ਇਹ ਤੇਰਾ ਵਹਿਮ ਹੈ ਮੁਟਿਆਰੇ, ਮੇਰਾ ਪਿਓ ਸ਼ੇਰ ਸੀ ਤੇ ਘੱਟ ਮੈਂ ਵੀ ਨਹੀਂ। ਅੱਜ ਮੈਂ ਵੇਖਾਂਗਾ ਤੇਰੀ ਇੱਜ਼ਤ ਕੌਣ ਬਚਾ ਸਕਦਾ। ਜਮਾਲਿਆ, ਆ ਮੇਰੀ ਤੇਰੀ ਬਾਂਹ ਛੱਡ। ਹੁਣ ਤੇਰੀ ਬਾਂਹ ਤਾਂ ਮੇਰੇ ਕੋਲ ਮੌਤ ਹੀ ਛੁੜਾ ਸਕਦੀ ਹੈ ਰਹਿੰਦਿਆਂ। ਜੇ ਤੇਰੀ ਆਵਾਜ਼ ਸੁਣ ਕੇ ਆਈ ਗਈ ਹੈ ਤੇ ਫਿਰ ਬੋਲ, ਤੈਨੂੰ ਆਪਣੀ ਜਾਨ ਪਿਆਰੀ ਹੈ ਕਿ ਤੇਰੀ ਇੱਜ਼ਤ? ਆ ਮੈਂ ਜਾਨ ਦੇ ਜਾਂਗਾ ਆ ਪਰ ਆਪਣੀ ਗੈਰਤ ਵੀ ਮਰਨ ਦਿਆਂਗਾ ਬਗੈਰ ਤਾਂ। ਪਿੰਡ ਵਾਲਿਓ ਤੇ ਪੰਚਾਇਤ ਦੇ ਪੰਚੋ, ਤੁਹਾਡਾ ਫੈਸਲਾ ਸੀ ਰੱਖਾਂ ਤੇ, ਪਰ ਫੈਸਲਾ ਕਰਨ ਤੋਂ ਪਹਿਲਾਂ ਇਹ ਸੋਚ ਲੈਣਾ ਕਿ ਇਸ ਪਿੰਡ 'ਚ ਇਕੱਲਾ ਮੈਂ ਹੀ ਧੀ ਦਾ ਪਿਓ ਨਹੀਂ, ਤੁਸੀਂ ਵੀ ਧੀਆਂ ਭੈਣਾਂ ਵਾਲਿਓ ਤੇ ਜ਼ੁਲਮ ਦਾ ਉਹ ਹੱਥ ਜਿਹੜਾ ਮੇਰੀ ਇੱਜ਼ਤ ਲੁੱਟ ਕੇ ਲੈ ਗਿਆ ਉਹ ਕਿਸੇ ਵੇਲੇ ਤੁਹਾਡੀਆਂ ਇੱਜ਼ਤਾਂ ਵੱਲ ਵੀ ਵੱਧ ਸਕਦਾ ਹੈ। ਰਮਿਆ, ਅਸੀਂ ਇੱਥੇ ਤੇਰੀ ਤਕਰੀਰ ਸੁਣ ਲਈ ਇਕੱਠੇ ਨਹੀਂ ਹੋਏ, ਛੇਤੀ ਨਾਲ ਮਤਲਬ ਦੀ ਗੱਲ ਕਰ। ਓਏ ਮੈਂ ਕੀ ਗੱਲ ਕਰਨੀ ਹੈ, ਤੁਸਾਂ ਮੈਨੂੰ ਗੱਲ ਕਰਨ ਜੋਗਾ ਛੱਡਿਆ ਹੀ ਕਦੋਂ ਹੈ? ਓਏ ਜੇ ਪਿੰਡ ਦੀਆਂ ਇੱਜ਼ਤਾਂ ਨਾ ਰਾਖਾ ਆਪ ਹੀ ਡਾਕੂ ਬਣ ਜਾਵੇ, ਫਿਰ ਅਸੀਂ ਫਰਿਆਦ ਕਿਤੇ ਅੱਗੇ ਕਰੀਏ ਤੇ ਇਨਸਾਫ ਦੀ ਭੀਕ ਕਿਤੇ ਕੋਲੋਂ ਮੰਗੀਏ? ਪੰਚਾਇਤ ਦੇ ਉਹ ਪੰਚੋ, ਇੱਕ ਭਰਾ ਨੇ ਜ਼ੁਲਮ ਕੀਤਾ ਤੇ ਦੂਜਾ ਭਰਾ ਮੁਨਸਫ ਬਣ ਕੇ ਇਨਸਾਫ ਦੀ ਕੁਰਸੀ ਤੇ ਆ ਬੈਠਾ। ਖਿਆਲ ਰੱਖਣਾ ਕਿਧਰੇ ਇਨਸਾਫ ਦਾ ਪੱਲੜਾ ਉੱਚੇ ਸ਼ਮਲੇ ਵਾਲੀ ਪੱਗ ਦੇ ਭਾਰ ਨਾਲ ਡੋਲਣ ਨਾ ਲੱਗ ਪਵੇ। ਤੂੰ ਫਿਕਰ ਨਾ ਕਰ ਕਰਮੂ, ਮੁਰਾਦ ਇਕੱਲਾ ਕੁਝ ਵੀ ਨਹੀਂ ਕਰ ਸਕਦਾ, ਜਮਾਲੇ ਨੂੰ ਉਹਦੇ ਜੁਰਮ ਦੀ ਸਜ਼ਾ ਜ਼ਰੂਰ ਮਿਲੇਗੀ।
ਰੱਬ ਦਾ ਨਾਂ ਜੇ ਚੌਧਰੀ ਜੀ, ਫੈਸਲਾ ਸੁਣਾਉਣ ਚ ਦੇਰ ਨਾ ਕਰੋ। ਦਿਨ ਦੇ ਚਾਨਣ ਚ ਮੇਰੀ ਇੱਜ਼ਤ ਚੁੱਕੀ ਗਈ, ਕਿਧਰੇ ਰਾਤ ਦੇ ਹਨੇਰੇ ਚ ਮੇਰੀ ਗੈਰਤ ਨੂੰ ਚਿੱਟਾ ਕਫਨ ਨਾ ਪਾਣਾ ਪੈ ਜਾਏ। ਓਏ ਰਮੀਆ, ਤੈਨੂੰ ਤੇ ਖੁਸ਼ ਹੋਣਾ ਚਾਹੀਦਾ ਕਿ ਤੇਰੀ ਧੀ ਖਾਲੀ ਹੱਥ ਤੁਰ ਗਈ ਹੈ। ਜੇ ਧੀ ਨੂੰ ਵਿਆਹ ਕੇ ਤੋਰ ਦੋ ਤੇ ਨਾਲ ਡਰ ਵੀ ਜਾਂਦਾ। ਤੂੰ ਧੀ ਨੂੰ ਡੋਲੀ ਚ ਪਾ ਕੇ ਤੋਰਨਾ ਸੀ ਤੇ ਮੇਰਾ ਭਰਾ ਉਹਨੂੰ ਕੋਈ ਤੇ ਪਾ ਕੇ ਲੈ ਗਿਆ। ਬੋਲ, ਤੂੰ ਧੀ ਦੀ ਇੱਜ਼ਤ ਦਾ ਕੀ ਮੁੱਲ ਪਾਉਂਦਾ ਹੈ? ਗਰੀਬਾਂ ਦੀ ਇੱਜ਼ਤ ਦੀ ਕੀਮਤ ਪਾਉਣ ਵਾਲਿਆ ਵੱਡਿਆ ਸੁਦਾਗਰਾ, ਬੋਲ ਆਪਣੀ ਭੈਣ ਦਾ ਕੀ ਮੁੱਲ ਲੈਣੇ? ਉੱਚਾ ਨਾ ਬੋਲੇ ਵਪਾਰੀਆ, ਆਪਣੀ ਭੈਣ ਦਾ ਮੁੱਲ ਜ਼ਰਾ ਹੌਲੀ ਦੱਸੀ, ਕਿਧਰੇ ਕੋਈ ਹੋਰ ਗਾਹਕ ਨਾ ਸੁਣ ਲੈ। ਬਕਵਾਸ ਬੰਦ ਕਰ, ਨਹੀਂ ਤੇ ਬਤਾਈ ਚੂਹੇ ਚ। ਸਿਮਰਾਨ, ਤੂੰ ਵੀ ਆਪਣੀ ਜ਼ੁਬਾਨ ਨੂੰ ਲਗਾਮ ਦੇ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਤੂੰ ਇਨਸਾਫ ਦੀ ਕੁਰਸੀ ਤੇ ਬੈਠ ਕੇ ਰਹਿੰਦੀ ਧੀ ਦਾ ਮੁੱਲ ਪਾਇਆ, ਤੂੰ ਮੁਲਜ਼ਮ ਦਾ ਭਰਾ ਬਣ ਕੇ ਗੱਲ ਕੀਤੀ ਹੈ, ਮੁਨਸਬ ਬਣ ਕੇ ਨਹੀਂ। ਮੈਂ ਸਭ ਪੰਚਾਂ ਅੱਗੇ ਅਪੀਲ ਕਰਨਾ ਵਾਂ, ਚੌਧਰੀ ਮੁਰਾਦ ਨੂੰ ਇਸ ਕੁਰਸੀ ਤੋਂ ਉਠਾ ਦਿੱਤਾ ਜਾਏ ਤਾਂ ਕਿ ਇਨਸਾਫ ਤੇ ਹਰਫ ਨਾ ਆਏ। ਮੈਂ ਸਾਰੀ ਪੰਚਾਇਤ ਉਹਨਾਂ ਦੀ ਤਾਈਦ ਕਰਨਾ। ਚੌਧਰੀ ਸਾਹਿਬ, ਤੁਸੀਂ ਇਸ ਕੁਰਸੀ ਤੇ ਬੈਠੋ। ਪਿੰਡ ਵਾਲਿਓ ਤੇ ਪੰਚੋ, ਪੰਚਾਇਤ ਬੁਲਾਉਣ ਦਾ ਇਹ ਮਤਲਬ ਹੁੰਦਾ ਹੈ ਕਿ ਪੰਚ ਇਨਸਾਫ ਕਰਨ ਤੇ ਹੱਕ ਦੀ ਗੱਲ ਕਰਨ, ਤਾਂ ਕਿ ਮੁਜਰਿਮ ਨੂੰ ਉਹਦੀ ਸਜ਼ਾ ਮਿਲ ਸਕੇ। ਕਿਉਂਕਿ ਜਮਾਲਾ ਮਸ਼ਹੂਰ ਹੈ, ਲਿਹਾਜ਼ਾ ਇਸ ਇਲਾਕੇ ਦੇ ਤਮਾਮ ਚੌਧਰੀਆਂ ਦਾ ਫਰਜ਼ ਹੈ ਕਿ ਜਮਾਲੇ ਨੂੰ ਗ੍ਰਿਫਤਾਰ ਕਰਨ ਲਈ ਕਾਨੂੰਨ ਦੀ ਪੂਰੀ ਪੂਰੀ ਮਦਦ ਕਰਨ, ਤਾਂ ਕਿ ਮਜ਼ਲੂਮ ਨਾਲ ਇਨਸਾਫ ਹੋ ਸਕੇ ਔਰ ਕਾਨੂੰਨ ਮੁਜਰਿਮ ਨੂੰ ਸਜ਼ਾ ਦੇ ਸਕੇ। ਪਰ ਸਾਨੂੰ ਇਹ ਫੈਸਲਾ ਮਨਜ਼ੂਰ ਨਹੀਂ, ਹਮਲਾ ਸਾਡੀ ਇੱਜ਼ਤ ਤੇ ਹੋਇਆ। ਪੁੱਤਰ ਅਸਲਮ, ਤੂੰ ਇਸ ਲਈ ਜੋਸ਼ ਵਿੱਚ ਬੋਲ ਰਿਹਾ ਤੇ ਫੈਸਲੇ ਹਮੇਸ਼ਾ ਹੋਸ਼ ਨਾਲ ਕੀਤੇ ਜਾਂਦੇ ਨੇ। ਅਸੀਂ ਮੰਨਦੇ ਹਾਂ ਕਿ ਜਮਾਲੇ ਨੇ ਬੜੀ ਜ਼ਲੀਲ ਹਰਕਤ ਕੀਤੀ, ਪਰ ਉਹ ਇੱਥੇ ਹੋਵੇ ਤਾਂ ਸਜ਼ਾ ਦੇਈਏ ਨਾ। ਉਹਦੀ ਸਜ਼ਾ ਤੂੰ ਦੱਸ ਦੇ ਤੇ ਫੈਸਲਾ ਅਸੀਂ ਕਰ ਦੇਵਾਂਗੇ। ਤੇ ਫਿਰ ਮੇਰਾ ਫੈਸਲਾ ਹੈ, ਜਦ ਤਾਈਂ ਚਾਚੇ ਰਹਿਮੇ ਦੀ ਧੀ ਸ਼ਾਦੋ ਇੱਜ਼ਤ ਆਬਰੂ ਨਾਲ ਵਾਪਸ ਨਹੀਂ ਆ ਜਾਂਦੀ, ਉਦੋਂ ਤਾਈਂ ਜਮਾਲੇ ਦੀ ਭੈਣ ਨੂਰਾਂ ਚਾਚੇ ਰਹਿਮੇ ਦੇ ਘਰ ਰਹੇਗੀ। ਜੇ ਉਸ ਬਗੈਰਤ ਵਿੱਚ ਜ਼ਰਾ ਜੀ ਵੀ ਗੈਰਤ ਹੋਈ ਤੇ ਫਿਰ ਉਹਦੇ ਨਾਲ ਅਸੀਂ ਆਪ ਨਹੀਂ ਪੜ ਲਾਂਗੇ। ਸਾਨੂੰ ਇਹ ਫੈਸਲਾ ਮਨਜ਼ੂਰ ਹੈ। ਨੂਰਾਂ ਕੱਲੀ ਜਮਾਲੇ ਦੀ ਭੈਣ ਨਹੀਂ, ਮੇਰੀ ਵੀ ਭੈਣ ਹੈ। ਮੈਨੂੰ ਇਹ ਫੈਸਲਾ ਮਨਜ਼ੂਰ ਨਹੀਂ। ਪਰ ਮੈਨੂੰ ਇਹ ਫੈਸਲਾ ਮਨਜ਼ੂਰ ਹੈ। ਠੀਕ ਕਹਿ ਰਹੀ ਹੈ ਨੂਰਾਂ, ਤੂੰ ਇਹਨਾਂ ਦਾ ਫੈਸਲਾ ਮੰਨ ਕੇ ਸਾਡੀ ਇੱਜ਼ਤ ਨੂੰ ਮਿੱਟੀ ਚ ਰੋਲਣਾ ਚਾਹੁੰਦੀ ਹੈ? ਬੇਗੈਰਤ ਕਦੀ ਇੱਜ਼ਤਦਾਰ ਨਹੀਂ ਹੁੰਦਾ ਮੁਰਾਦ। ਜਮਾਲੇ ਨੇ ਪਿੰਡ ਦੀ ਧੀ ਚੁੱਕ ਕੇ ਬੇਗੈਰਤਾਂ ਵਾਲਾ ਕੰਮ ਕੀਤਾ ਤੇ ਤੂੰ ਸ਼ਾਦੋ ਦੀ ਇੱਜ਼ਤ ਦਾ ਮੁੱਲ ਪਾ ਕੇ ਉਸ ਤੋਂ ਵੱਡੀ ਬੇਗੈਰਤੀ ਦਾ ਸਬੂਤ ਦਿੱਤਾ। ਆਪਣਾ ਫੈਸਲਾ ਬਦਲਣਾ ਨੂਰਾ। ਜੁਰਮ ਮੇਰੇ ਭਰਾ ਨੇ ਕੀਤਾ ਹੈ ਤੇ ਸਜ਼ਾ ਮੈਂ ਇਸ ਲਈ ਭੁਗਤਣ ਆ ਗਈ ਹਾਂ ਕਿ ਅੱਗੋਂ ਤੋਂ ਕੋਈ ਚੌਧਰੀ ਉੱਚੇ ਸ਼ਮਲੇ ਦੇ ਨਸ਼ੇ 'ਚ ਕਿਸੇ ਗਰੀਬ ਦੀ ਧੀ ਵੱਲ ਮੈਂ ਵੀ ਅੱਖ ਨਾਲ ਨਾ ਵੇਖੇ। ਅੱਜ ਦੋ ਭਰਾਵਾਂ ਦੀ ਬੇਹਯਾਈ ਨੇ ਇੱਕ ਭੈਣ ਦੀ ਇੱਜ਼ਤ ਨੂੰ ਦਾਅ ਤੇ ਲਾ ਦਿੱਤਾ ਹੈ। ਐਲੇ ਫੜ ਚਾਚਾ, ਮੇਰੇ ਦੁਪੱਟੇ ਨੂੰ ਪਟਕਾ ਬਣਾ ਕੇ ਆਪਣਾ ਨੰਗਾ ਸਿਰ ਕੱਚ ਲੈ ਤੇ ਅੱਜ ਮੈਂ ਇਸ ਹਵੇਲੀ 'ਚੋਂ ਤੇਰੇ ਘਰ ਤੱਕ ਨੰਗੇ ਸਿਰ ਜਾਵਾਂਗੀ ਤਾਂ ਕਿ ਦੋ ਬੇਗੈਰਤ ਭਰਾਵਾਂ ਦੀ ਭੈਣ ਨੂੰ ਨੰਗੇ ਸਿਰ ਜਾਂਦੇ ਸਾਰਾ ਪਿੰਡ ਵੇਖੇ। ਆ ਚਾਚਾ, ਹੁਣ ਕੀ ਹੋਵੇਗਾ ਚੌਧਰੀ ਜੀ? ਨੂਰਾਂ ਤੇ ਅਸਲਮ ਨੇ ਅੱਜ ਭਰੀ ਪੰਚਾਇਤ ਹੀ ਤੁਹਾਨੂੰ ਜ਼ਲੀਲ ਕਰ ਦਿੱਤਾ ਚੌਧਰੀ ਸਾਹਿਬ। ਓਏ ਗੱਲ ਹੀ ਕੋਈ ਨਹੀਂ, ਮੈਂ ਤੂੰ ਨਾ ਨਿਭਣਾ ਕਾ। ਓਏ ਮੈਂ ਪੁੱਤਰ ਆ ਜੱਟ ਦਾ, ਸਿੰਘਾਂ ਡਰ ਕੇ ਬਚਾ ਨਹੀਂ ਹਟਦਾ।
ਜਵਾਲਾ ਸਾਡੀ ਗਰੀਬ ਭੈਣ ਨੂੰ ਚੁੱਕ ਲੈ ਗਏ ਤੇ ਸੋਹਣੀ ਭੈਣ ਨੂੰ ਚੁੱਕਣ ਆਇਆ। ਸਾਧੂ ਦੀ ਇੱਜ਼ਤ ਲੁੱਟੀ ਗਈ ਤੇ ਇੱਜ਼ਤ ਨੂੰ ਵੀ ਨਹੀਂ ਬਚ ਸਕਦੀ। ਅੱਗੋਂ ਅੱਗੇ ਸੁਣ, ਹਾਲੀ ਬੋਲਦਾ ਆ ਹਾਲੀ। ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਕੰਮ ਜਮਾਲੇ ਨੇ ਕੀਤਾ, ਮੂਰਾ ਵਿਚਾਰੀ ਦਾ ਕੀ ਕਸੂਰ? ਕਸੂਰ ਤੇ ਸਾਧੂ ਨੇ ਵੀ ਪੁਲਿਸ ਤੇ ਕੀਤਾ ਜਿਹਨੂੰ ਜਮਾਲਾ ਚੁੱਕ ਕੇ ਲੈ ਗਿਆ। ਖੂਨ ਦਾ ਬਦਲਾ ਖੂਨ ਹੁੰਦਾ ਤੇ ਇੱਜ਼ਤ ਦਾ ਬਦਲਾ ਇੱਜ਼ਤ। ਮਨ ਤੁਹਾਡੇ ਜਜ਼ਬਾਤ ਦਾ ਅਹਿਸਾਸ ਹੈ, ਮੇਰੇ ਸੀਨੇ ਚ ਵੀ ਇੰਤਕਾਮ ਦੀ ਓਨੀ ਅੱਗ ਬਲ ਰਹੀ ਹੈ ਜਿੰਨੀ ਤੁਹਾਡੇ ਸੀਨਿਆਂ ਚ। ਤੁਸੀਂ ਗੁੱਸੇ ਚੰਨੇ ਹੋ ਕੇ ਕੋਈ ਗਲਤ ਕਦਮ ਨਾ ਚੁੱਕਣਾ। ਸਾਧੂ ਦੀ ਇੱਜ਼ਤ ਦਾ ਬਦਲਾ ਲੈਣ ਲਈ ਮੂਰਾ ਦੀ ਇੱਜ਼ਤ ਨੂੰ ਹੱਥ ਪਾਇਆ ਤੇ ਫਿਰ ਤੁਹਾਡੇ ਤੇ ਬੇਦਾਰਤ ਜਮਾਨੇ ਚ ਕੋਈ ਫਰਕ ਨਹੀਂ ਰਹਿ ਜਾਏਗਾ। ਕੁਝ ਵੀ ਹੋਇਆ ਅਸਲਮ, ਤੂੰ ਸਾਡਾ ਨਾ ਛੱਡ ਦੇ, ਨਹੀਂ ਤੇ ਸਾਨੂੰ ਤੇਰੇ ਤੇ ਵੀ ਹੱਥ ਚੁਕਣਾ ਪੈ ਜਾਏਗਾ। ਓਏ ਇਹ ਗੱਲ ਨੇ ਤੇ ਫਿਰ ਮੇਰੇ ਜਿਉਂਦਿਆਂ ਤੁਸੀਂ ਨੂਰਾ ਦੇਖ ਲਈ ਉੱਪਰ ਸਕਦੇ। ਔਰ ਜੇ ਤੂੰ ਨੂਰਾ ਦੀ ਇੱਜ਼ਤ ਬਚਾਉਣ ਲਈ ਮਰਨਾ ਹੀ ਚਾਹੁੰਦਾ ਹੈ ਤੇ ਫਿਰ ਤੁਰ ਜਾ। ਨੂਰਾ ਇਸ ਘਰ ਚ ਜਮਾਲੇ ਦੀ ਭੈਣ ਬਣ ਕੇ ਨਹੀਂ ਮੇਰੀ ਧੀ ਬਣ ਕੇ ਆਈ ਹੈ। ਜੇ ਭੈਣ ਦੀ ਇੱਜ਼ਤ ਲੁੱਟ ਸਕਦੇ ਹੋ ਤੇ ਬਸ਼ੱਕ ਅੰਦਰ ਚਲੇ ਜਾਓ। ਠੀਕ ਕਹਿ ਰਿਹਾ ਚਾਚਾ। ਮੈਂ ਠੀਕ ਕਹਿ ਰਿਹਾ ਤਾਰਿਆ, ਮੇਰੀਆਂ ਨਜ਼ਰਾਂ ਸ਼ਾਦੋ ਤੇ ਨੂਰਾ ਚ ਕੋਈ ਫਰਕ ਨਹੀਂ। ਚੰਗਾ ਚਾਚਾ, ਸ਼ਾਦੋ ਦੀ ਵਾਪਸੀ ਤੀਕਰ ਅਸੀਂ ਸਿਰ ਨੀਵੇਂ ਕਰ ਲੈਂਦੇ ਹਾਂ, ਪਰ ਜੇ ਸ਼ਾਦੋ ਦੀ ਇੱਜ਼ਤ ਤੇ ਜ਼ਰਾ ਵੀ ਹਰ ਪਾਇਆ ਤੇ ਫਿਰ ਸਾਨੂੰ ਨਾ ਤੂੰ ਕਰ ਸਕੇਗਾ ਨਾ ਅਸਲਮ। ਫੜ ਬੰਦੂਕ, ਜੇ ਕਿਸੇ ਨੇ ਤੇਰੀ ਇੱਜ਼ਤ ਨੂੰ ਹੱਥ ਪਾਉਣ ਲਈ ਕਦਮ ਵਧਾਇਆ ਤੂੰ ਉਹਦੇ ਸੀਨੇ ਚ ਗੋਲੀ ਮਾਰ ਦੇ, ਭਾਵੇਂ ਉਹ ਕਦਮ ਮੇਰਾ ਹੀ ਕਿਉਂ ਨਾ ਹੋਵੇ। ਪਰ ਜੇ ਸਾਧੂ ਦੀ ਇੱਜ਼ਤ ਤੇ ਜ਼ਰਾ ਵੀ ਹਰ ਪਾਇਆ ਤੇ ਫਿਰ ਸਾਨੂੰ ਨਾ ਤੂੰ ਕਰ ਸਕੇਗਾ ਨਾ ਅਸਲਮ। ਓਏ ਮੇਰਾ ਪਿਓ ਸ਼ੇਰ ਸੀ ਤੇ ਘੱਟ ਮੈਂ ਵੀ ਨਹੀਂ, ਹੁਣ ਤੂੰ ਆਦਾ। ਤੈਨੂੰ ਉਸ ਮਜ਼ਲੂਮ ਦੇ ਪੈਰਾਂ ਚ ਲਿਜਾ ਕੇ ਸੁੱਟਾਂਗਾ, ਫਿਰ ਜਿਹੜਾ ਹਸ਼ਰ ਮੈਂ ਤੇਰਾ ਕਰਾਂਗਾ ਉਹ ਸਾਰਾ ਪਿੰਡ ਵੇਖੇਗਾ। ਭੈਣ ਸਾਧੋ, ਮੈਂ ਇਸ ਬੇਗੈਰਤ ਨੂੰ ਲਿਆ ਕੇ ਤੇਰੇ ਕਦਮਾਂ ਚ ਸੁੱਟ ਦਿੱਤਾ, ਹੁਣ ਤੂੰ ਘੋੜੇ ਤੇ ਬੈਠ ਤੇ ਮੈਂ ਇਹਦੇ ਗਲੇ ਚ ਰੱਸਾ ਪਾ ਕੇ ਘੋੜੇ ਦੇ ਪਿੱਛੇ ਬੰਨ ਦੇਣਾ।
ਤੈਨੂੰ ਕੁੱਤੇ ਵਾਂਗੂ ਘਸੀਟ ਕੇ ਪਿੰਡ ਲੈ ਚੱਲਦੇ ਆ। ਨਹੀਂ ਵੀਰਾ, ਤੂੰ ਮੈਨੂੰ ਮੇਰੇ ਨੰਗੇ ਸਿਰ ਦਾ ਵਾਸਤਾ ਦੇਖ ਕੇ ਕਿਹਾ ਸੀ ਕਿ ਤੇਰੇ ਵਾਪਸ ਆਉਣ ਤੋਂ ਪਹਿਲਾਂ ਮੈਂ ਪਿੰਡ ਵੱਲ ਕਦਮ ਨਾ ਵਧਾਵਾਂ, ਤੇ ਤੇਰੇ ਬਾਅਦ ਕਸਮ ਖਾ ਕੇ ਮੈਂ ਆਪਣੇ ਦਿਲ ਨਾਲ ਫੈਸਲਾ ਕੀਤਾ ਸੀ ਕਿ ਇਸ ਬੇਗਰਤ ਦੀ ਲਾਸ਼ ਵੇਖਣ ਤੋਂ ਬਾਅਦ ਮੈਂ ਪਿੰਡ ਵੱਲ ਨਹੀਂ ਆਪਣੇ ਮੌਤ ਵੱਲ ਕਦਮ ਵਧਾਵਾਂਗੇ, ਇਸ ਲਈ ਕਿ ਮੈਂ ਆਪਣੀਆਂ ਅੱਖਾਂ ਨਾਲ ਆਪਣੇ ਗੈਰਤਾਂ ਵਾਲੇ ਬਾਬਲ ਦਾ ਸਿਰ ਨਹੀਂ ਲਾਸ਼ ਵੀ ਤੇਰੇ ਸਾਹਮਣੇ ਪਈ ਹੋਈ ਹੈ ਤੇ ਇਹਦੀ ਇੱਜ਼ਤ ਲੁੱਟਣ ਵਾਲੇ ਦੀ ਭੈਣ ਵੀ ਕੋਲ ਖਲੋਤੀ ਹੋਈ ਹੈ। ਬੋਲ, ਅਜੇ ਵੀ ਅਸੀਂ ਆਪਣੀ ਭੈਣ ਦੀ ਇੱਜ਼ਤ ਦਾ ਬਦਲਾ ਲੈਣ ਲਈ ਨੂਰਾਂ ਦੀ ਇੱਜ਼ਤ ਤੇ ਹੱਥ ਪਾਈਏ ਕਿ ਨਾ? ਮੈਂ ਫਿਰ ਵੀ ਇਹੋ ਕਹਾਂਗਾ ਦਾਰਿਆ, ਜ਼ੁਲਮ ਜਮਾਲੇ ਨੇ ਕੀਤਾ ਹੈ, ਨੂਰਾਂ ਵਿਚਾਰੀ ਦਾ ਕੀ ਕਸੂਰ ਹੈ? ਨੂਰਾਂ ਦਾ ਸਭ ਤੋਂ ਵੱਡਾ ਕਸੂਰ ਇਹ ਹੈ ਅਸਲਮ, ਇਹ ਉਸ ਜ਼ਾਲਮ ਦੀ ਭੈਣ ਹੈ ਜਿਹਨੇ ਸਾਡੀ ਭੈਣ ਦੀ ਇੱਜ਼ਤ ਲੁੱਟੀ ਹੈ। ਨਹੀਂ ਪੁੱਤਰਾ, ਕਿਸੇ ਮੁਜਰਮ ਦੀ ਭੈਣ ਹੋਣਾ ਕੋਈ ਜੁਰਮ ਤੇ ਨਹੀਂ ਹੁੰਦਾ। ਕੁਝ ਵੀ ਹੋਵੇ ਚਾਚਾ, ਅਸੀਂ ਕਸਮ ਖਾ ਕੇ ਆਏ ਆ, ਅੱਜ ਇਥੋਂ ਨੂਰਾਂ ਇੱਜ਼ਤ ਬਚਾ ਕੇ ਨਹੀਂ ਜਾ ਸਕਦੀ। ਤੇ ਫੇਰ ਮੈਂ ਆਪਣੀ ਧੀ ਦੀ ਲਾਸ਼ ਤੇ ਖਲੋ ਕੇ ਸੌ ਖਾਣਾ? ਮੈਂ ਤੈਨੂੰ ਇਹ ਜ਼ੁਲਮ ਨਹੀਂ ਕਰਨ ਦਿਆਂਗਾ, ਮੈਂ ਆਪਣੀ ਜਾਨ ਦੇ ਦਿਆਂਗਾ, ਪਰ ਤੈਨੂੰ ਨੂਰਾਂ ਦੀ ਇੱਜ਼ਤ ਨਹੀਂ ਲੁੱਟਣ ਦਿਆਂਗਾ। ਇਹ ਭੁਲੇਖਾ ਦਿਲ ਚੋਂ ਕੱਢ ਚਾਚਾ, ਤਾਂ ਸਾਡੀ ਲਾਹ ਦੀ ਕੰਨ ਬਣੇਗਾ, ਮੈਂ ਉਹਨੂੰ ਗੋਲੀਆਂ ਮਾਰ ਮਾਰ ਕੇ ਰੱਸੀ ਨਾਲ ਛਾਨ ਨਹੀਂ ਕਰ ਦਿਆਂਗਾ। ਖੰਜਰ ਜਮਾਲੇ ਦੀ ਇੱਜ਼ਤ ਦੇ ਸੀਨੇ ਚ ਮਾਰ ਕੇ ਤੁਹਾਡੇ ਸੀਨੇ ਦੀ ਅੱਗ ਠੰਡੀ ਕਰ ਦੇਣਾ। ਜਿਹਦੀ ਇੱਜ਼ਤ ਨਾਲ ਉਹ ਖੇਡਿਆ, ਜਾ ਨੂਰਾ
अपनी इज्जत लै के इथों चली जा, जदों जमाला तैन मिलन लई आवे ते उहनूं कह देवीं कि मैं अपनी भैन की इज्जत का बदला लैण लई उहदे सीने च इन्नियां गोलियां मारांगा जिन्हें तेरी गुत ते वाल ने। असलम नूरा की गुत वड़न की कभी झूठ नहीं कर सकता, तू झूठ बोल। माफ करना चौधरी जी, मेरा नाम झूठा नहीं सच्चा है, तो मैं कभी झूठ नहीं बोलिया। अगर तू मेरी गल से यकीन नहीं आता तो नूरा के घर जाके वेख लो, नूरा आ गई है। जे सच है सचिया तो फिर मैं असलम का सिर ला देगा। सवाल मेरे से किया जवाब अपने दिल को लै, जुर्म भरावान ने किया सजा भैन को मिली है, गुत मेरी कटी गई तो गारत ताड़ी जाती रही है, इसलिए ਪਹਿਣਾ ਦੀ ਗੁੱਤ ਪਰਾਵਾਂ ਦੀ ਖੈਰਤ ਹੁੰਦੀ ਹੈ। ਉਹ ਬਕਵਾਸ ਨਾ ਕਰ ਬੇਹਿਆ, ਤੂੰ ਗੁੱਤ ਵਢਾ ਕੇ ਸਾਡੀ ਇੱਜ਼ਤ ਮਿੱਟੀ 'ਚ ਰੋਲ ਦਿੱਤੀ ਹੈ। ਮੈਂ ਤੁਹਾਡੀ ਇੱਜ਼ਤ ਉਸ ਦਿਨ ਹੀ ਮਿੱਟੀ 'ਚ ਰੁੱਲ ਗਈ ਸੀ ਜਿਸ ਦਿਨ ਜਮਾਲਾ ਸਾਧੂ ਨੂੰ ਚੁੱਕ ਕੇ ਲੈ ਗਿਆ ਸੀ, ਤੇ ਤੂੰ ਬੇਗਾਰਤ ਉਸ ਦਿਨ ਹੋ ਗਿਆ ਸੀ ਜਿਸ ਦਿਨ ਪਰੀ ਪੰਚਾਇਤ ਵਿੱਚ ਸਾਧੂ ਦੀ ਇੱਜ਼ਤ ਦਾ ਮੁੱਲ ਪਾਇਆ ਸੀ। ਰੱਬ ਦੀ ਸਹੁੰ ਮੇਰੀ ਕੱਟੀ ਗੁੱਤ ਆਈ ਕਿ ਇੱਕ ਵਾਰ ਗਵਾਈ ਦੇਗਾ ਤੇ ਤੂੰ ਵੀ ਬੇਗਾਰਤ ਤੇ ਜਮਾਲਾ ਵੀ। ਓ ਮੈਂ ਤੇਰੀ ਗੁੱਤ ਵਟਣ ਵਾਲੇ ਦਾ ਸਿਰ ਲਾ ਦੇਗਾ। ਵੇ ਜਿਸ ਭੈਣ ਦੇ ਤੇਰੇ ਤੇ ਜਮਾਲੇ ਦੇ ਬੇਗਾਰਤ ਭਰਾ ਹੋਣ ਉਸ ਭੈਣ ਦੀ ਗੁੱਤ ਕੱਟੀ ਜਾਣੀ ਚਾਹੀਦੀ ਹੈ। ਤੇਰੇ ਨਾਲ ਤਾਂ ਮੈਂ ਫੇਰ ਨਿਪਟਾਂਗਾ, ਅਸਲਮ ਨਾਲ ਤੇ ਨਿਪਟਣਾ। ਓਏ ਮੈਂ ਪੁੱਤਰ ਆ ਜੱਟ ਦਾ, ਇੰਨਾ ਡਰ ਕੇ ਪਿਛਾ ਨਹੀਂ ਹਟਦਾ। ਕਿੱਡਾ ਸ਼ੌਕ ਹੈ ਤੁਹਾਨੂੰ ਸੀਨਾ ਡਾਹਨ ਦਾ, ਭਾਵੇਂ ਪਸਲੀ ਕਰੈਕ ਹੋ ਜਾਵੇ। ਬਕਵਾਸ ਨਹੀਂ ਕਰ, ਮੈਂ ਇੱਥੇ ਬਕਵਾਸ ਨਹੀਂ ਕਰਨ ਆਇਆ, ਤੁਹਾਨੂੰ ਮਤਲਾ ਕਰਨ ਆਇਆ ਵਾ ਭਈ ਤੁਸੀਂ ਭੈਣ ਦੀ ਗੁੱਤ ਵੱਡੇ ਜਾਣ ਨਾਲ ਏਡੇ ਜ਼ਲੀਲ ਹੋਏ ਜਿਹਨਾਂ ਦੀ ਗ੍ਰਿਫਤਾਰੀਆਂ ਦੇ ਬਾਅਦ ਹੋ। ਕੀ ਮਤਲਬ? ਮਤਲਬ ਇਹ ਚੌਰੀ ਸਾਹਿਬ ਵੀ ਚਾਚੇ ਰਹਿਮੇ ਦੇ ਘਰ ਪੁਲਿਸ ਆ ਕੇ ਬੈਠੀ ਜੇ, ਤੇ ਥਾਣੇਦਾਰ ਹੋਰੀ ਤੁਹਾਨੂੰ ਯਾਦ ਫਰਮਾ ਰਹੇ ਨੇ, ਉਹਨਾਂ ਦਾ ਖਿਆਲ ਹੈ ਵੀ ਸ਼ਾਦੋ ਦੇ ਕਤਲ 'ਚ ਤੁਹਾਡਾ ਪੂਰਾ ਪੂਰਾ ਹੱਥ ਹੈ। ਸ਼ਾਦੋ ਦੇ ਕਤਲ 'ਚ ਤੇ ਮੇਰਾ ਹੱਥ? ਆਹੋ, ਜੇ ਇਸ ਕਤਲ 'ਚ ਤੁਹਾਡਾ ਇੱਕ ਹੱਥ ਸਾਬਤ ਹੋ ਗਿਆ ਤੇ ਹੱਥ ਕੜੀ ਦੋਵਾਂ ਹੱਥਾਂ ਨੂੰ ਲੱਗ ਜਾਏਗੀ। ਉਹ ਮੈਂ ਕਹਿੰਦਾ ਛੇਤੀ ਨਾਲ ਜਾ ਕੇ ਤੇ ਪੁਲਿਸ ਅੱਗੇ ਝੂਠੀਆਂ ਕਾਰਵਾਈਆਂ ਪਾ ਦਿਓ, ਉਹ ਨਹੀਂ ਤੇ ਬੇੜੇ ਗਰਕ ਹੋ ਜਾਣਗੇ। ਜੇ ਜਾ ਕੇ ਉੱਥੇ ਝੂਠ ਮੂਠ ਬੋਲ ਕੇ ਤੇ ਉਸਦੇ ਇਸ ਗੱਲ ਦੀ ਖੁਲਾਸੀ ਕਰਾਓ, ਉਹ ਖੁਦਾ ਦਾ ਵਾਸਤਾ ਜੇ ਤੁਹਾਨੂੰ ਜੇਲ੍ਹ ਹੋ ਗਈ ਤੇ ਮੁੜ ਕੇ ਜੇਲ੍ਹ ਦੀਆਂ ਰੋਟੀਆਂ ਖਾ ਖਾ ਕੇ ਜੋ ਬੜਕਾ ਮਾਰਦੇ ਰਹੋਗੇ। ਓਏ ਮੈਂ ਪੁੱਤਰ ਜੱਟ ਦਾ ਤੇ 14 ਸਾਲ ਦੀ ਸਜ਼ਾ ਪਿਆ ਕੱਟਦਾ। ਤਨਾ ਜਾ, ਕਿੱਡਾ ਗਾਟਾ ਹੈ ਤੇਰਾ, ਝੂਠ ਬੋਲਦਾ ਰਹੀ ਸਾਰੀ ਜ਼ਿੰਦਗੀ ਤੂੰ। ਜੱਜੋ ਤੂੰ ਕੱਲੀ ਆਈ ਹੈ? ਚਾਚਾ ਮੀਰਾ ਬਖਸ਼ ਨਾਲ ਨਹੀਂ ਆਇਆ? ਮੈਂ ਅੱਬੇ ਕੋਲੋਂ ਚੋਰੀ ਆਈ ਹਾਂ ਮੀਰਾ। ਚੋਰੀ ਆਈ ਹੈ? ਖੈਰ ਤੇ ਹੈ। ਮੈਂ ਤੇਰੇ ਕੋਲੋਂ ਇੱਕ ਬੜੀ ਜ਼ਰੂਰੀ ਗੱਲ ਪੁੱਛਣ ਆਈ ਹਾਂ ਮੀਰਾ। ਤੂੰ ਮੈਨੂੰ ਆਪਣੀ ਭੈਣ ਸਮਝਣਾ ਹੈ ਨਾ, ਤੇ ਫਿਰ ਤੈਨੂੰ ਮੇਰੀ ਸੋਈ ਜੋ ਮੈਂ ਪੁੱਛਾਂਗੀ ਮੈਨੂੰ ਸੱਚ ਸੱਚ ਦੱਸੀ, ਝੂਠ ਨਾ ਬੋਲੀ। ਆਪਣੀ ਕਸਮ ਪਵਾਈ ਹੈ ਰਜੋ, ਤੇ ਫਿਰ ਹੁਣ ਮੈਂ ਤੇਰੇ ਸਾਹਮਣੇ ਝੂਠ ਨਹੀਂ ਬੋਲ ਸਕਦਾ। ਪੁੱਛ ਕੀ ਪੁੱਛਣਾ ਚਾਹੁੰਦੀ? ਤੇ ਫਿਰ ਇਹ ਦੱਸ ਵੀਰਾ, ਬਹਾਦਰ ਤੇ ਵੱਡੇ ਭਰਾ ਨਾਦਰ ਨੂੰ ਤੂੰ ਕਤਲ ਕੀਤਾ ਸੀ? ਕਤਲ ਤੇ ਮੈਂ ਨਹੀਂ ਸੀ ਕੀਤਾ, ਪਰ ਕਤਲ ਦੀ ਸਜ਼ਾ ਜ਼ਰੂਰ ਕੱਟੀ ਹੈ। ਤੇ ਫਿਰ ਅਸਲ ਕਾਤਲ ਕੌਣ ਸੀ? ਅੱਲਾ ਦਾ ਨਾਂ ਹੈ, ਕਾਤਲ ਦਾ ਨਾਮ ਪੁੱਛਣ ਲਈ ਮੈਂ ਨਹੀਂ ਸੌਣਾ ਪਾ। ਇਹ ਰਜ਼ਮਤ ਦੇ ਦਮ ਤੱਕ ਮੇਰੇ ਸੀਨੇ 'ਚ ਰਹੇਗਾ। ਪਰ ਤੂੰ ਕਿਸੇ ਦਾ ਖੂਨ ਆਪਣੇ ਸਿਰ 'ਤੇ ਲੈ ਕੇ ਚੰਗਾ ਨਹੀਂ ਸੀ ਕੀਤਾ ਵੀਰਾ। ਬਹਾਦਰ ਤੈਨੂੰ ਕਾਤਲ ਸਮਝਦਾ ਹੈ ਤੇ ਉਹ ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣ ਲਈ ਤੇਰੇ ਖੂਨ ਦਾ ਪਿਆਸਾ ਹੈ। ਬਹਾਦਰ ਨੂੰ ਆਪਣੇ ਭਰਾ ਦੇ ਖੂਨ ਦਾ ਬਦਲਾ ਲੈਣਾ ਹੀ ਚਾਹੀਦਾ, ਪਰ ਤੂੰ ਯਕੀਨ ਕਰ, ਤੇਰੇ ਭਰਾ ਦੀਆਂ ਬਾਹਾਂ 'ਚ ਇੰਨਾ ਕਮਜ਼ੋਰ ਹੈ ਕਿ ਬਹਾਦਰ ਮੇਰਾ ਕੁਝ ਨਹੀਂ ਵਿਗਾੜ ਸਕਦਾ। ਅੱਲਾ ਕਰੇ ਨਾ ਤੂੰ ਉਹਨੂੰ ਕੁਝ ਕਵੇਂ, ਨਾ ਹੀ ਉਹ ਤੇਰੀ ਵੀਰਾ ਤੇ ਬਹਾਦਰ ਨੂੰ ਵੀ ਕਦੀ ਤੱਤੀ ਵਾਹ ਨਾ ਲੱਗੇ। ਕੀ ਮਤਲਬ? ਮਤਲਬ ਹੈ ਵੀਰਾ ਉਹ ਵੀ ਜਿੰਦਾ ਹੀ ਰਹੇ। ਸ਼ੱਕ ਲੈ ਕੇ ਆਈ ਸਾਂ ਤੇ ਯਕੀਨ ਲੈ ਕੇ ਚੱਲੀ ਹਾਂ,
कि तू नादर का कातिल नहीं, चंगे रब रख। रब रख। समझ नहीं आई रजो ये घर पुछन क्यों आई सी। मैं कितना मानना रजो कि असलम मेरे भरा का कातिल नहीं, तू असलम में भरा बढ़ाया है ना, इसलिए उसकी जान बचा ली है। गल कह रही यकीन कर बादर, मेरे भरा ने मेरी सौं खा के किया सी कि उन्हें नादर नूं नहीं सी कतल किया, ते हुण मैं तेरी सौं खा के कहनी हाँ कि असलम तेरे भरा का कातिल नहीं। जे असलम मेरे भरा का कातिल नहीं फिर उसका असल कातिल कौन? ਇਹ ਰਾਜ ਤੇ ਮੇਰੇ ਭਰਾ ਨੇ ਮੈਨੂੰ ਵੀ ਨਹੀਂ ਸੀ ਦੱਸਿਆ ਤੇ ਮੈਂ ਤੈਨੂੰ ਕਿਸ ਤਰ੍ਹਾਂ ਦੱਸਾਂ? ਅਸਲਮ ਕਹਿੰਦਾ ਸੀ ਇਹ ਰਾਜ ਮਰਦੇ ਦਮ ਤਾਈਂ ਮੇਰੇ ਸੀਨੇ 'ਚ ਹੀ ਰਹੇਗਾ। ਇਹ ਗੱਲ ਰਜੋ ਤੇ ਫਿਰ ਇਹ ਰਾਜ ਅਸਲਮ ਦੇ ਸੀਨੇ ਵਿੱਚੋਂ ਕੱਢਣ ਲਈ ਮੈਨੂੰ ਉਹਦੇ ਸੀਨੇ ਤੇ ਬੰਦੂਕ ਰੱਖਣੀ ਪੈ ਗਈ। ਅਸਲਮ ਕੀ ਗੱਲ ਹੈ ਚੁਦਰਾਨੀ? ਚੁਦਰਾਨੀ ਤੂੰ ਤਾਂ ਮੈਨੂੰ ਅਜੇ ਤੱਕ ਚੁਦਰਾਨੀ ਨਹੀਂ ਸੀ ਕਿਹਾ, ਇਹ ਲਫ਼ਜ਼ ਤੇਰੀ ਜ਼ੁਬਾਨ ਤੇ ਕਿਸ ਤਰ੍ਹਾਂ ਆਇਆ? ਇਸ ਲਈ ਕਿ ਤੇਰੇ ਸੀਨੇ 'ਚ ਉਹ ਦਿਲ ਹੈ ਜਿਹਨੂੰ ਗਰੀਬਾਂ ਦੇ ਦਰਦ ਦੀ ਪਛਾਣ ਹੈ, ਤੇਰੇ ਮੂੰਹ 'ਚ ਉਹ ਜ਼ੁਬਾਨ ਹੈ ਜਿਹੜੀ ਜ਼ਾਲਮਾਂ ਨੂੰ ਜ਼ਾਲਮ ਤੇ ਬੇਗੈਰਤਾਂ ਨੂੰ ਬੇਗੈਰਤ ਕਹਿਣ ਲੱਗਿਆ ਨਹੀਂ ਚੱਕਦੀ। ਭਾਵੇਂ ਉਹ ਤੇਰੇ ਭਰਾ ਹੀ ਕਿਉਂ ਨਾ ਹੋਣ, ਤੇਰੇ ਜੀ ਮੁਟਿਆਰ ਦੀ ਜਿੰਨੀ ਵੀ ਇੱਜ਼ਤ ਕੀਤੀ ਜਾਏ ਘੱਟ। ਇਹ ਤਾਂ ਠੀਕ ਹੈ ਪਰ ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਤੂੰ ਮੈਨੂੰ ਚੁਦਰਾਨੀ ਨਹੀਂ ਨੂਰਾ ਕਵੇਂ। ਉਹ ਕਿਉਂ? ਬਸ ਤੇਰੇ ਮੂੰਹੋਂ ਮੈਨੂੰ ਆਪਣਾ ਨਾਂ ਚੰਗਾ ਲੱਗਦਾ, ਤੂੰ ਮੈਨੂੰ ਨੂਰਾ ਹੀ ਕਿਹਾ ਕਰ। ਨਾ ਬਾਬਾ ਨਾ, ਤੇਰਾ ਮਤਲਬ ਹੈ ਮੈਂ ਫਿਰ ਬਦਤਮੀਜ਼ ਹੋ ਜਾਵਾਂ? ਯਾਦ ਹੀ ਉਹ ਦਿਨ ਤੂੰ ਕਿਹਾ ਸੀ ਕਿ ਇੱਕ ਮੁਜ਼ਾਰੇ ਦਾ ਪੁੱਤਰ ਹੋ ਕੇ ਮੇਰਾ ਨਾਂ ਲੈਣਾ, ਇਹ ਬਦਤਮੀਜ਼ੀ ਨਹੀਂ ਤੇ ਹੋਰ ਕੀ ਹੈ? ਬਾਕੀ ਚੌਧਰੀਆਂ ਵਾਲੇ ਕੱਪੜੇ ਪਾ ਕੇ ਤੇ ਉਹਨਾਂ ਦੇ ਨਾਲ ਉੱਠਣ ਬਹਿਣ ਵਾਲਾ ਕਾਮਾ ਚੌਧਰੀ ਨਹੀਂ ਬਣ ਸਕਦਾ। ਬੰਦੇ ਨੂੰ ਆਪਣੀ ਔਕਾਤ ਹੀ ਰਹਿਣਾ ਚਾਹੀਦਾ। ਉਹ ਮੇਰੀ ਭੁੱਲ ਸੀ ਅਸਲਮ, ਤੇਰੇ ਜਿਹਾ ਬਹਾਦਰ ਤੇ ਗੈਰਤਮੰਦ ਮਜ਼ਾਰਾ ਉਹਨਾਂ ਬੇਗੈਰਤ ਚੌਧਰੀਆਂ ਨਾਲ ਹਜ਼ਾਰ ਗੁਣਾ ਚੰਗਾ ਹੁੰਦਾ ਹੈ, ਜਿਹੜੇ ਕਿਸੇ ਗਰੀਬ ਦੇ ਦੁੱਖ ਦਰਦ ਨੂੰ ਮਹਿਸੂਸ ਨਹੀਂ ਕਰਦੇ, ਜਿਹੜੇ ਪਿੰਡ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਲੱਗੇ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਆਪਣੇ ਘਰਾਂ 'ਚ ਵੀ ਜਵਾਨ ਧੀਆਂ ਭੈਣਾਂ ਮੌਜੂਦ ਨੇ ਤੇ ਉਹਨਾਂ ਦੀਆਂ ਇੱਜ਼ਤਾਂ ਵੱਲ ਵੀ ਕਿਸੇ ਦੇ ਹੱਥ ਵੱਧ ਸਕਦੇ ਨੇ। ਇਹ ਸਭ ਠੀਕ ਹੈ ਪਰ ਇਸ ਦੇ ਬਾਵਜੂਦ ਵੀ ਮੈਂ ਕਾਮੇ ਦਾ ਕੰਮ ਹੈ, ਮੈਨੂੰ ਮਾਫ਼ ਕਰ ਦੇ ਬਾਬਾ। ਅਸਲਮ ਕੌਣ ਹੈ ਜਵਾਨਾ, ਤੇ ਤੈਨੂੰ ਮੇਰੇ ਨਾਂ ਦਾ ਕਿਸ ਤਰ੍ਹਾਂ ਪਤਾ ਲੱਗਾ? ਨਾਂ ਤੇ ਮੈਂ ਤੇਰਾ ਕਿਸੇ ਕੋਲੋਂ ਪੁੱਛ ਕੇ ਆਇਆ ਵਾਂ, ਤੇ ਹੁਣ ਇੱਕ ਗੱਲ ਮੈਂ ਤੇਰੇ ਕੋਲੋਂ ਜ਼ਰੂਰ ਪੁੱਛਾਂਗਾ। ਗੱਲ ਬਾਅਦ ਵਿੱਚ ਪੁੱਛੀ, ਮੇਰੇ ਘਰ ਆਇਆ ਇਸਲੇ ਰੋਟੀ ਦਾ ਵੇਲਾ, ਰੋਟੀ ਖਾ ਲੱਸੀ ਪਾਣੀ ਪੀ। ਉਹ ਨਹੀਂ ਅਸਲਮ, ਮੈਂ ਖਲਾ ਖਲੋਤਾ ਹੀ ਤੇਰੇ ਨਾਲ ਗੱਲ ਕਰਕੇ ਵਾਪਸ ਟੁਰ ਜਾਂਗਾ, ਤੇ ਨਾਲੇ ਮੇਰਾ ਅਸੂਲ ਹੈ ਮੈਂ ਕਦੀ ਵੀ ਕਿਸੇ ਦੇ ਘਰ ਦਾ ਪਾਣੀ ਨਹੀਂ ਪੀਤਾ। ਫਿਰ ਮੇਰਾ ਵੀ ਇਹ ਅਸੂਲ ਹੈ, ਜਿਹੜਾ ਇਹਦੇ ਘਰ ਦਾ ਪਾਣੀ ਪੀਵੇ ਮੈਂ ਉਹਦੇ ਨਾਲ ਗੱਲ ਕਰਨਾ ਆਪਣੀ ਤੋਹੀਨ ਸਮਝਦਾ। ਕੁਝ ਵੀ ਹੋਵੇ ਤੈਨੂੰ ਮੇਰੀ ਗੱਲ ਦਾ ਜਵਾਬ ਦੇਣਾ ਹੀ ਪਏਗਾ। ਜੇ ਗੱਲ ਪੁੱਛਣੀ ਹੈ ਤੇ ਫਿਰ ਤੈਨੂੰ ਵੀ ਆਪਣਾ ਅਸੂਲ ਤੋੜਨਾ ਹੀ ਪਏਗਾ। ਹੁਣ ਚੰਗੀ ਤਰ੍ਹਾਂ ਸੋਚ ਕੇ ਫੈਸਲਾ ਕਰ, ਤੈਨੂੰ ਆਪਣਾ ਅਸੂਲ ਪਿਆਰਾ ਹੈ ਜਾਂ ਉਹ ਜਵਾਬ ਸੁਣਨਾ ਜ਼ਰੂਰੀ ਹੈ ਜਿਹਦੇ ਲਈ ਸਵਾਲ ਬਣ ਕੇ ਆਏ। ਹੁਣ ਪੁੱਛ ਕੀ ਪੁੱਛਣਾ? ਤੇ ਫਿਰ ਇਹ ਦੱਸ ਤੇਰੀ ਨਾਦਰ ਦਾ ਅਸਲ ਕਾਤਲ ਕੌਣ ਸੀ? ਉਹਦਾ ਕਾਤਲ ਮੈਂ ਵਾਂ। ਝੂਠ ਨਾ ਬੋਲ ਅਸਲਮ, ਤੂੰ ਆਪਣੀ ਭੈਣ ਨੂੰ ਉਹਦੀ ਕਸਮ ਖਾ ਕੇ ਕਿਹਾ ਸੀ ਕਿ ਕਤਲ ਤੂੰ ਨਹੀਂ ਕੀਤਾ। ਭੈਣ ਨਾਲ ਹੋਰ ਜ਼ਬਾਨ 'ਚ ਗੱਲ ਕਰੀ ਦੀ ਹੈ ਤੇ ਦੁਸ਼ਮਣ ਨਾਲ ਹੋਰ ਜ਼ਬਾਨ 'ਚ। ਦੁਸ਼ਮਣ? ਤੈਨੂੰ ਇਹ ਕਿਸ ਤਰ੍ਹਾਂ ਪਤਾ ਲੱਗਾ ਕਿ ਮੈਂ ਤੇਰਾ ਦੁਸ਼ਮਣ ਹਾਂ? ਓਏ ਇਸ ਤਰ੍ਹਾਂ, ਓਏ ਖਿਡੌਣਾ ਜੇਬ 'ਚ ਪਾ ਲੈ, ਇਹਦੀ ਗੋਲੀ ਮੇਰਾ ਕੁਝ ਨਹੀਂ ਵਿਗਾੜ ਸਕਦੀ। ਹਾਂ
ਪਿਸਤੌਲ ਇਸ ਲਈ ਖੋਈ ਹੈ ਕਿ ਤੈਨੂੰ ਮੇਰੀ ਤਾਕਤ ਦਾ ਅੰਦਾਜ਼ਾ ਹੋ ਜਾਏ ਤੇ ਹੁਣ ਗੋਲੀ ਇਸ ਲਈ ਨਹੀਂ ਮਾਰਾਂਗਾ ਕਿ ਤੂੰ ਮੇਰੇ ਘਰ ਆਇਆ ਹੈ ਐਲਾ ਫਾੜ ਪਿਸਤੌਲ ਤੇ ਇੱਕ ਵਾਰੀ ਫੇਰ ਅਜ਼ਮਕੇ ਵੇਖ ਲੈ ਮੈਂ ਜਿਸ ਲਈ ਚਾਹਾਂ ਤੇਰੇ ਹੱਥੋਂ ਪਿਸਤੌਲ ਖੋਲਾਂ ਇਹ ਭੁਲੇਖਾ ਦਿਲ ਵਿੱਚੋਂ ਕਰਦੇ ਅਸਲਮ ਮੈਂ ਚਾਹਾਂ ਤੇ ਤੇਰਾ ਸੀਨਾ ਛਾਨ ਲਈ ਕਰਦੇ ਹਾਂ ਤੇ ਚਲੀਏ ਚੀਨ ਸ਼ਾਦੀ ਕਰਕੇ ਚਲੀਏ ਚੀਨ ਨਾ ਕਰ ਸ਼ਾਦੀ ਤੋਂ ਇਨਕਾਰ ਕੱਪੜੇ ਗਹਿਣੇ ਸਭ ਤਿਆਰ ਨਾ ਕਰ ਸ਼ਾਦੀ ਤੋਂ ਇਨਕਾਰ ਕੱਪੜੇ ਗਹਿਣੇ ਸਭ ਤਿਆਰ ਮਿਰਚ ਅਚਾਰ ਨਾਲੇ ਦੇਸੀ ਘਿਓ ਦਾ ਟੀਨ ਸ਼ਾਦੀ ਕਰਕੇ ਚਲੀਏ ਚੀਨ ਸ਼ਾਦੀ ਕਰਕੇ ਚਲੀਏ ਚੀਨ ਮੈਂ ਕਚੂ ਲਾਂਗਾ ਮਾਰ ਜੇ ਮੈਂ ਕਰ ਦੇਵਾਂ ਇਨਕਾਰ ਤੇ ਮੈਂ ਕਚੂ ਲਾਂਗਾ ਮਾਰ ਨਾ ਨਾ ਹੋ ਗਈ ਮੈਂ ਤਿਆਰ ਮੈਨੂੰ ਆਉਂਦਾ ਨਹੀਂ ਯਕੀਨ ਸ਼ਾਦੀ ਕਰਦੇ ਚਲੀਏ ਚੀਨ ਸ਼ਾਦੀ ਕਰਦੇ ਚਲੀਏ ਚੀਨ ਕੋ ਆਮੀਨ 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 ਅਸਲ ਹੋਰ ਪਾਂਦਾ ਭਾਂਡੇ ਪੰਨ ਸੁੱਟ ਸਾਰੇ ਓ ਮੈਂ ਏਡਾ ਗਿਆ ਗੁਜ਼ਰਿਆ ਗਰੀਬ ਗੁਰਬਾ ਨਹੀਂ ਨਵੀਂ ਕੜਾਕੜੀ ਨਾ ਖਰੀਦ ਸਕਾਂ ਦੇ ਰੋਵੇਂ ਅਮੀਰੀ ਨੂੰ ਮੈਂ ਤਾਂ ਜਿਸ ਦਿਨ ਤੋਂ ਤੇਰੇ ਘਰ ਪੈਰ ਰੱਖਿਆ ਲੈ ਤੇ ਕੱਦੂ ਭੈਣ ਦੇ ਪਿੰਡੋ ਦੋ ਕੱਦੂ ਭੈਣ ਦੇ ਪਿੰਡੋ ਇਸ ਤੋਂ ਸਵਾ ਮੈਨੂੰ ਦੂਜੀ ਹਾਂ ਤੇ ਇੰਨੇ ਨਸੀਬ ਹੋਈ ਮੈਂ ਤੈਨੂੰ ਫਿਰ ਨਹੀਂ ਲਿਆ ਕੇ ਖਵਾਵਾਂ ਦੇ ਤੂੰ ਆਪ ਤਾਂ ਖਾ ਪਹਿਲੇ ਕਿੱਡੀ ਸ਼ੋਖੀ ਹੋਈ ਹੈ ਲਾਚੀ ਓਏ ਐਮ ਕੇ ਜਿਹੜੇ ਅਸਲੀ ਤੇ ਖਾਲਸ ਅਮੀਰ ਨੇ ਨਾ ਅਮੀਰ ਉਹ ਆਪਣੀ ਦੌਲਤ ਪੈਸਾ ਬਚਾ ਕੇ ਲੁਕਾ ਰੱਖਦੇ ਨੇ ਬਚਾ ਕੇ ਲੁਕਾ ਕੇ ਰੱਖਦੇ ਨੇ ਵੇ ਉਹ ਕਾਦੇ ਲਈ ਓਏ ਇਨਕਮ ਟੈਕਸ ਨਾ ਦੇਣਾ ਪਵੇ ਹਾਏ ਹਾਏ ਤੇ ਤੇਰਾ ਬੇੜਾ ਅਗਰ ਝੂਠਿਆ ਰਹੀ ਸਾ ਮੈਂ ਤੇਰੇ ਚੱਕਣਾ ਚ ਨਹੀਂ ਆਣਾ ਕੰਨ ਖੋਲ ਕੇ ਬੰਦਾ ਬਣ ਕੇ ਦੋ ਲਫ਼ਜ਼ ਲਿਖ ਦੇ ਤਲਾਕ ਦੇ ਮੈਂ ਦੂਜਾ ਵਿਆਹ ਕਰ ਲਾਂਗੀ ਵੇਖ 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 ਮੈਂ ਤੈਨੂੰ ਦੱਸਦੇ ਆ ਮੇਰੇ ਨਾਲ ਤਲਾਕ ਦਾ ਤਜਕਰਾ ਨਾ ਕਰ ਮੈਂ ਵੀ ਤੈਨੂੰ ਸਮਝਾ ਦਵਾਂ ਤੂੰ ਆਰਾਮ ਨਾਲ ਮੈਨੂੰ ਫੜਫੜਾ ਲਿਖ ਦੇ ਵੇਖ ਮੈਂ ਤੈਨੂੰ ਦੱਸਾਂ ਫੜਫੜੀਏ ਉਹ ਤੈਨੂੰ ਮੇਰੇ ਜਿਹਾ ਖਰਚੀਲਾ ਰੰਗੀਲਾ ਸ਼ੌਰ ਦਿਆਂ ਕੀ ਮੋਇਆ ਵੀ ਨਸੀਬ ਨਹੀਂ ਹੋਣਾ ਮੁੜ ਕੇ ਜੰਮਣ ਵਾਲਿਆਂ ਨੂੰ ਰੋਂਦੀ ਫਿਰੇਂਗੀ ਵੇ ਅਜੇ ਤੇਰੇ ਪਿਛਲਿਆਂ ਦਾ ਸਿਆਪ ਆਪੇ ਕਰਨੀ ਹੈ ਨਿਖੱਟੂਆ ਖਬਰਦਾਰ ਮੈਨੂੰ ਨਿਖੱਟੂ ਨਾ ਕਹੀਂ ਵਰਨਾ ਵੇ ਵਰਨਾ ਕੀ ਵਰਨਾ ਠੀਕ ਹੈ ਮੈਨੂੰ ਕਮਾਉਣਾ ਹੀ ਪੈ ਜਾਏਗਾ ਹਾਏ ਹਾਏ ਤੂੰ ਇੰਨੇ ਜੋਗਾ ਕਿੱਥੋਂ ਉਹ ਤੈਨੂੰ ਡੁੱਬਾ ਜਦ ਘੋੜੀ ਚੜਿਆ ਕੁੱਬਾ ਬਹੁਤੀ ਬਕਵਾਸ ਨਾ ਕਰ ਕੁੱਬੇ ਨੇ ਘੋੜੀ ਚੜਨਾ ਹੋਵੇ ਨਾ ਤੇ ਕੰਧ ਦੇ ਉੱਤੇ ਚੜ ਕੇ ਤੇ ਘੋੜੀ ਤੇ ਟਪੋਸੀ ਮਾਰ ਦਿੰਦਾ ਓ ਤੂੰ ਮੇਰੀ ਗੈਰਤ ਨੂੰ ਜੋਸ਼ ਦਵਾਇਆ ਹੁਣ ਮੈਂ ਵੀ ਤੈਨੂੰ ਲੰਮਾ ਹੀ ਮਾਲ ਕਮਾ ਕੇ ਵਿਖਾਵਾਂਗਾ ਮੇਰੇ ਦਿਮਾਗ 'ਚ ਵੀ ਇੱਕ ਨਵੀਂ ਤਰਕੀਬ ਆ ਗਈ ਹੈ ਤਰਕੀਬ ਹਾਂ ਤੇ ਉਹ ਕੀ ਕੰਨੂ ਨਾ ਕਰ ਨਾ ਨਾ ਪਰਾ ਰੋ ਓਏ ਸੁਣ ਤੇ ਸਹੀ ਕੋਈ ਸੁਣ ਲੈਗਾ ਬੇਵਕੂਫ ਕੀ ਦੱਸਾਂ ਨੂਰਾ ਮੇਰਾ ਖਾਨ ਮਰ ਗਿਆ ਯਾਰ ਇਹ ਤੇਰਾ ਪਰਵਈਆ ਸਾਹਿਬ ਮੌਤ ਹੋ ਗਿਆ ਝੂਠਾ ਮਰ ਗਿਆ ਤੇ ਸੱਚਾ ਨੂੰ ਰੁਲਣ ਜੋਗਾ ਚੜ ਗਿਆ ਯਾਰ ਜੀ ਕਿ ਮੈਂ ਬੇਵਾ ਹੋ ਗਈ ਰੰਡੀ ਹੋ ਗਈ ਹੈ ਰੰਡੀ ਹੋ ਗਈ ਝੂਠਾ ਮਰ ਗਿਆ
ਕਿਸ ਵੇਲੇ ਤੂੰ ਚੰਗਾ ਭਲਾ ਸੀ ਕਿਸ ਤਰ੍ਹਾਂ ਮਰ ਗਿਆ ਮਰ ਇਸ ਤਰ੍ਹਾਂ ਚੰਗਾ ਭਲਾ ਹਲਦਾ ਖੇਡਦਾ ਮੁੰਡਿਆਂ ਦੇ ਨਾਲ ਗਿੱਲੀ ਡੰਡਾ ਖੇਡ ਰਿਹਾ ਸੀ ਘਰ ਹਲਦਾ ਖੇਡਦਾ ਆਇਆ ਕੱਲ ਲਗਾ ਸੁਣਾ ਲੇਖ ਪ੍ਰਵੀਨ ਅੱਜ ਕੀ ਪੱਕਿਆ ਮੈਂ ਕਿਆ ਸੋ ਲਿਆ ਅੱਜ ਆਲੂ ਸ਼ੋਰਾ ਪੱਕਿਆ ਕਰ ਲਗਾ ਫਟਾਫਟ ਮੈਨੂੰ ਮੁਰਗੀ ਖੁਆ ਦੇ ਮੈਂ ਚੁੱਲ੍ਹੇ ਕੋਲ ਹਾਂਡੀ ਚ ਲਾਉਣ ਪਾਣ ਲੈ ਗਈ ਹਾਂ ਜੇ ਟੱਕਰਾ ਨਹੀਂ ਸੀ ਤੁਲਿਆ ਤੇ ਇਕਦਮ ਆਵਾਜ਼ ਆਈ ਆਏ ਮਰ ਗਿਆ ਮੈਂ ਮੁਰਗਾ ਵੇਖਿਆ ਸਬਰ ਕਰ ਪੀਨੂ ਤੇਰੇ ਰੋਣ ਪਿੱਟਣ ਨਾਲ ਝੂਠੇ ਨੇ ਜ਼ਿੰਦਾ ਨਹੀਂ ਹੋ ਜਾਣਾ ਝੂਠੇ ਦੀ ਮੌਤ ਦਾ ਗਮ ਤੇ ਮੈਂ ਹੌਲੀ ਹੌਲੀ ਭੁੱਲੀ ਜਾਵਾਂਗੀ ਨੂਰਾ ਪਰ ਇਸ ਵੇਲੇ ਦੁੱਖ ਤੇ ਇਸ ਗੱਲ ਦਾ ਹੈ ਕਿ ਉਸ ਬਿਸ਼ਤੀ ਦੇ ਕਫਨ ਦਫਨ ਤੇ ਜਨਾਜ਼ੇ ਲਈ ਮੇਰੇ ਕੋਲ ਇੱਕ ਤੇਲਾ ਨਹੀਂ ਤੂੰ ਇਸ ਗੱਲ ਦੀ ਫਿਕਰ ਨਾ ਕਰ ਉਹਦੇ ਕਫਨ ਦਫਨ ਲਈ ਪੈਸੇ ਮੈਂ ਤੈਨੂੰ ਦੇ ਦਿੰਦੀ ਹਾਂ ਜਾ ਕੇ ਝੂਠੇ ਦਾ ਕਫਨ ਦਫਨ ਦਾ ਇੰਤਜ਼ਾਮ ਕਰ ਤੇ ਮੈਂ ਕਿਸੇ ਨੌਕਰ ਨੂੰ ਭੇਜ ਕੇ ਸਾਰੇ ਮੁੱਲੇ ਚ ਉਹਦੇ ਮਰਨ ਦੀ ਇਤਲਾਹ ਕਰ ਦਿੰਦੀ ਹਾਂ ਕੋਈ ਗੱਲ ਨੀ ਝੂਠਿਆ ਰੋ ਨਾ ਲੈ ਫੜ 50 ਰੁਪਏ ਤੇ ਕਫਨ ਦਫਨ ਦਾ ਇੰਤਜ਼ਾਮ ਕਰ ਮੈਂ ਸਾਰੇ ਪਿੰਡ ਨੂੰ ਇਕੱਠਿਆਂ ਕਰਕੇ ਕਹਿਣਾ ਕਿ ਅਸਵੇ ਤੋਫੀਕ ਤੇਰੀ ਮਦਦ ਕਰਨ ਮੈਂ 50 ਰੁਪਏ ਤੇਰੇ ਕੋਲੋਂ ਭੀਖ ਨਹੀਂ ਲਈ ਮੈਂ ਕਰਜ਼ਾ ਸਮਝ ਕੇ ਲਿਆ ਤੇ ਮੈਂ ਵਾਪਸ ਕਰ ਦਿਆਂਗਾ ਅੱਛਾ ਹੁਣ ਤੂੰ ਜਾ ਕੋਈ ਗੱਲ ਨੀ ਅੱਛਾ ਸਲਾਮ ਅਲੈਕ ਵਾਲੇਕੁਮ ਸਲਾਮ ਸਾਰਾ ਭਰਨਾ ਨਹੀਂ ਮੈਨੂੰ ਦੇ ਦੇ ਰਾਜ ਉੱਥੇ ਕਿਹੜਾ ਅਖਰ ਘੋਬੀ ਛੇਤੀ ਛੇਤੀ ਕੱਪੜਾ ਲੱਤਾਂ ਇਕੱਠਾ ਕਰ ਗੰਡਾ ਮਾਰ ਬੁਚਕੀ ਬਣਾ ਉਹ ਛੇਤੀ ਨਾਲੇ ਪਿੰਡ ਛੱਡ ਜਾਈਏ ਉਹਨੇ ਸਾਡੀ ਸਾਰੀਆਂ ਪਿੰਡ ਦੀਆਂ ਔਰਤਾਂ ਨੇ ਤੇਰਾ ਮਹਿਸੂਸ ਕਰਨ ਆ ਜਾਣਾ ਵੀ ਅੜੀਏ ਤੇਰਾ ਖਾਮਦ ਗੁਜ਼ਰ ਗਿਆ ਬੜਾ ਅਫਸੋਸ ਵੇ ਤੇਰਾ ਬੇੜਾ ਗਰਕ ਹੋਵੇ ਤੇਰੇ ਕੋਲ ਵੀ ਤਾਂ ਪਿੰਡ ਦੀਆਂ ਬੁੱਢੀਆਂ ਨੇ ਆ ਜਾਣਾ ਅਫਸੋਸ ਕਰਨ ਲਈ ਭਈ ਝੂਠਿਆ ਤੇਰੀ ਬੁੱਢੀ ਮਰ ਗਈ ਹੌਸਲਾ ਕਰ ਹੋਰ ਲੱਭ ਜਾਏਗੀ ਹਾਏ ਮੈਂ ਮਰ ਗਈ ਕੀ ਠੂਆ ਲੜ ਗਈ ਵੇ ਬੇੜਾ ਗਰਕ ਹੋਵੇ ਅਸਲਮ ਬੰਦਿਆਂ ਨੂੰ ਲੈ ਕੇ ਅਫਸੋਸ ਕਰਨ ਲਈ ਆ ਰਿਹਾ ਲੰਮੀ ਬਹਿ ਜਾ ਛੇਤੀ ਨਾਲ ਸਾਹ ਘੁੱਟ ਲੈ ਮੈਂ ਤੇਰੇ ਚਾਦਰ ਪਾ ਦਿਆਂ ਉਹ ਬੇੜਾ ਗਰਕ ਹੋ ਗਿਆ ਹੈ ਕਿੱਥੋਂ ਆ ਗਿਆ ਫਟਾਫਟ ਮਰ ਜਾ ਬਕਵਾਸ ਨਾ ਕਰ ਕਿੱਦਾਂ ਨਾ ਕਰ ਜਲਦੀ ਮਾਰ ਸੋਗ ਤੈਨੂੰ ਮਰਨ ਦਾ ਬੇੜਾ ਗਰਕ ਕਰਵਾ ਤੇ ਤੱਕ ਲੈ ਮੂੰਹ ਤੱਕ ਲੈ ਜਲਦੀ ਕਰ ਜਮੀਰ ਇਤੇ ਦੋਵੇਂ ਮਰ ਗਏ ਨੇ ਇੰਨਾ ਲਿਲਾ ਹੋ ਇੰਨਾ ਲੈ ਰਾਜਾ ਕਿੰਨੇ ਸੋਹਣੇ ਲੱਗਦੇ ਆਹੀ ਲੱਗਦੇ ਜੇ ਕੁਲਫੀਆਂ ਪਈਆਂ ਹੁੰਦੀਆਂ ਆਹ ਹਾਏ ਇਹ ਦੋਵੇਂ ਮਰ ਗਏ ਨੇ ਮੇਰਾ ਖਿਆਲ ਹੈ ਪ੍ਰਵੀਨ ਦੇ ਗਮ ਵਿੱਚ ਰੋ ਰੋ ਕੇ ਝੂਠਾ ਵੀ ਮਰ ਗਿਆ ਨਹੀਂ ਨਹੀਂ ਅਸਲਮ ਹੁਣੇ ਪ੍ਰਵੀਨ ਮੇਰੇ ਕੋ ਰੋਂਦੀ ਫਿਰਦੀ ਆਈ ਸੀ ਕਿ ਮੇਰਾ ਖਾਵੰਦ ਮਰ ਗਿਆ ਮੇਰਾ ਖਿਆਲ ਹੈ ਆਪਣੇ ਖਾਵੰਦ ਦੇ ਗਮ ਵਿੱਚ ਇਹ ਵਿਚਾਰੀ ਵੀ ਮਰ ਗਈ ਔਰ ਮੈਂ ਕਿਸ ਤਰ੍ਹਾਂ ਮੰਨਾਂ ਝੂਠਾ ਮੇਰੇ ਕੋਲ ਆਇਆ ਸੀ ਕਿ ਪ੍ਰਵੀਨ ਮਰ ਗਈ ਹੈ ਤੇ ਮੈਂ ਕਿਸ ਤਰ੍ਹਾਂ ਮੰਨ ਲਵਾਂ ਪ੍ਰਵੀਨ ਮੇਰੇ ਕੋ ਆਇਆ ਸੀ ਕਿ ਉਹਦਾ ਖਾਵੰਦ ਮਰ ਗਿਆ ਔਰ ਮੈਂ ਝੂਠ ਬੋਲਣਾ ਤੇ ਮੈਂ ਝੂਠ ਬੋਲਣੀ ਆ ਬਸ ਮੈਨੂੰ ਸਮਝ ਆ ਗਈ ਇਹ ਝੂਠੇ ਨੇ ਮਾਲ ਪੈਦਾ ਕਰਨ ਵਾਸਤੇ ਝੂਠੀਆਂ ਮੌਤਾਂ ਦਾ ਚੱਕਰ ਚਲਾਇਆ ਹੈ ਸੱਚਾ ਝੂਠਾ ਮੈਂ ਨਾ ਕਦੀ ਝੂਠ ਨਹੀਂ ਬੋਲ ਸਕਦਾ ਗੱਲ ਇਹ ਵੀ ਠੀਕ ਪਰ ਹੁਣ ਪਤਾ ਕਿਸ ਤਰ੍ਹਾਂ ਲੱਗੇ ਕਿ ਇਹਨਾਂ ਦੋਵਾਂ ਚੋਂ ਪਹਿਲੇ ਕਿਹੜਾ ਮਰਿਆ ਸੀ ਮੇਰੇ ਜ਼ਿਹਨ ਇੱਕ ਤਰਕੀਬ ਆ ਗਈ ਕੀ ਪਿੰਡ ਦੇ ਟਨੋਰਾ ਫਿਰਵਾ ਦਿੰਦੇ ਕਿ ਜਿਹੜਾ ਸਿਆਣਾ ਬੰਦਾ ਇਹਨਾਂ ਦੋਵਾਂ ਮਈਤਾਂ ਦਾ ਮੁਆਇਨਾ ਕਰਕੇ ਇਹ ਦੱਸੇਗਾ ਕਿ ਇਹਨਾਂ ਚੋਂ ਪਹਿਲੇ ਕੌਣ ਮੋਇਆ ਉਹਨੂੰ 100 ਰੁਪਇਆ ਇਨਾਮ ਦਿੱਤਾ ਜਾਏ ਮੇਰੇ ਨਾਲੋਂ ਸਿਆਣਾ ਕੌਣ ਹੋਏਗਾ ਕੁੱਪਿਆ ਪਹਿਲਾਂ ਪ੍ਰਵੀਨ ਮੋਈ ਸੀ ਫਿਰ ਮੈਂ ਫੌਤ ਹੋਇਆ ਸਾਂ ਕਸਮੇ ਖੁਦਾ ਦੀ ਨੂਰਾ ਪਹਿਲੇ ਇਹ ਮੋਇਆ ਸੀ ਫਿਰ ਮੈਂ ਮੋਈ ਸਾਂ ਠੀਕ ਹੈ ਨਹੀਂ ਝੂਠਾ ਕਿ ਨਾਮੀ
ਮੰਨ ਲਵਾਂ ਮੁਰਾਦ, ਜੇ ਤੂੰ ਮੇਰਾ ਦਿਲੋਂ ਯਾਰ ਹੁੰਦੋ, ਜਿਸ ਤਰ੍ਹਾਂ ਨੂਰਾ ਨੇ ਸਾਡੇ ਦੁਸ਼ਮਣ ਤੇ ਨੀਚ ਦਾ ਤੇ ਮਜ਼ਾਰਿਆ ਤੂੰ ਨਾਲ ਰਿਸ਼ ਸ਼ੁਰੂ ਕਰ ਦਿੱਤਾ ਸੀ, ਤੂੰ ਉਹਨੂੰ ਗੋਲੀ ਮਾਰ ਦਿੰਦਾ, ਜੇ ਤੂੰ ਮੇਰੀ ਗੈਰਤ ਦਾ ਭਾਈਵਾਲ ਹੁੰਦਾ, ਜਿਹਨੇ ਮੇਰੀ ਭੈਣ ਦੀ ਗੁੱਤ ਵੱਢੀ ਸੀ, ਤੂੰ ਉਹਦੀ ਤਾਲ ਲਾ ਦਿੰਦਾ। ਨਹੀਂ ਸੱਚਾ ਜਵਾਬ ਲਿਆ ਤੇ ਕਸੂਰ ਮੇਰਾ ਵੀ ਨਹੀਂ, ਨੂਰਾ ਆਪ ਵੀ ਮੂੰਹ ਧੋਰੋ ਕੇ ਸਾਡੇ ਪਾਸੋਂ ਬਾਹਰ ਹੋ ਗਈ ਹੈ। ਇੰਜ ਲੱਗਦਾ ਤੇਰੇ ਪਿੰਡ ਛੱਡਣ ਤੋਂ ਬਾਅਦ ਨੂਰਾ ਦੀ ਗੈਰਤ ਮਰ ਗਈ ਹੈ। ਜੇ ਨੂਰਾ ਦੀ ਗੈਰਤ ਮਰ ਗਈ ਹੈ ਤੇ ਹੁਣ ਨੂਰਾ ਆਪ ਵੀ ਜਿਉਂਦੀ ਨਹੀਂ ਰਹੇਗੀ। ਅੱਜ ਦੀ ਰਾਤ ਨੂਰਾ ਤੇ ਅਸਲਮ ਦੀ ਜ਼ਿੰਦਗੀ ਦੀ ਆਖਰੀ ਰਾਤ ਸ਼ੇਰ ਸੀ ਤੇ ਗੈਰਤ ਲੈ ਵੀ ਲਈ। ਮਾਲਿਆ ਤੂੰ ਬੈਠੀਂ ਦਾ ਜਾਣਨ ਚ ਗਰੀਬਾਂ ਦੀ ਇੱਜ਼ਤ ਲੁੱਟਣ ਵਾਲਿਆ ਡਾਕੂਆ, ਅੱਜ ਰਾਤ ਦੇ ਹਨੇਰੇ ਚ ਕਿਸ ਗਰੀਬ ਦੀ ਇੱਜ਼ਤ ਤੇ ਖੂਨ ਛਾਸ ਰਾਂਦਾ ਹੈ, ਕਿੱਥੇ ਕੀ ਲੈਣਾ ਹੈ? ਮੈਂ ਸਵਾਲ ਕਰਨ ਤੋਂ ਪਹਿਲਾਂ ਮੇਰੀ ਗੱਲ ਦਾ ਜਵਾਬ ਦੇ। ਬੋਲ, ਜਦੋਂ ਅਸਲਮ ਤੇਰੀ ਗੁੱਤ ਵੱਢੀ ਸੀ ਤੂੰ ਇਹ ਕਿਉਂ ਨਹੀਂ ਸੀ ਸੋਚਿਆ ਕਿ ਭੈਣਾਂ ਦੀ ਗੁੱਤ ਭਰਾਵਾਂ ਦੀ ਗੈਰਤ ਹੁੰਦੀ ਹੈ? ਤੂੰ ਆਪ ਮਰ ਜਾਣਾ ਸੀ ਪਰ ਸਾਡੀ ਗੈਰਤ ਨਹੀਂ ਸੀ ਮਰਨ ਦੇਣੀ। ਚੌਧਰੀਆਂ ਦੀ ਇੱਜ਼ਤ ਤੇ ਦੁਸ਼ਮਣ ਅਸਲਮ ਨਾਲ ਪਿਆਰ ਕਰਨ ਵਾਲੀ ਹੈ, ਤੂੰ ਇਹ ਕਿਹੜਾ ਭੁੱਲ ਗਈ ਸਾਂ ਕਿ ਤੇਰਾ ਆਪਣਾ ਭਰਾ ਵੀ ਜਿਉਂਦਾ ਹੈ ਖੂਨ ਅੱਜ ਮੈਂ ਇਹਦੇ ਸੀਨੇ 'ਚ ਗੋਲੀ ਮਾਰ ਕੇ ਆਪਣੇ ਇੰਤਕਾਮ ਦੀ ਅਗਲ ਠੰਡਿਆ ਕਰਾਂਗਾ। ਨਹੀਂ ਚੌਧਰੀ, ਮੈਂ ਨਹੀਂ ਇਹ ਹੋ ਦਿਆਂਗਾ। ਪਿੱਛਾ ਹਟ ਜਾ, ਨਹੀਂ ਤਾਂ ਮੈਂ ਤੈਨੂੰ ਵੀ ਗਾਨੋਂ ਮਾਰ ਦਿਆਂਗਾ। ਮੈਨੂੰ ਬੇਸ਼ੱਕ ਗਾਨੋਂ ਮਾਰ ਦੇ ਪਰ ਮੈਂ ਆਪਣੀ ਮਾਲਕ ਨੂੰ ਕੁਝ ਨਹੀਂ ਹੋ ਦਿਆਂਗਾ। ਬਕਵਾਸ ਨਾ ਕਰ ਓਏ। ਹੁਣ ਗੱਲ ਕਰ ਵੀ ਬੇਗੈਰਤਾ, ਤੂੰ ਤੇ ਮੇਰੇ ਖੂਨ ਚ ਹੱਥ ਨਹੀਂ ਲਾ ਸਕਿਆ ਪਰ ਹੁਣ ਮੈਂ ਤੇਰੇ ਹੱਥਾਂ ਛੱਤ ਕੱਢੀਆਂ ਜ਼ਰੂਰ ਪਵਾਵਾਂਗੀ। ਸੱਚਿਆ ਚੁੱਕ ਬੰਦੂ ਚੱਲ ਮੇਰੇ। ਇਸ ਕਮਰੇ ਚ ਕੋਈ ਵੀ ਨੀ ਜਮਾਲਾ, ਤੂੰ ਉਹਨੂੰ ਕਿਹੜੇ ਕਮਰੇ ਚ ਬੰਦ ਕਰਕੇ ਗਈ ਸੀ ਚੁਦਰਾਣੀ? ਮੈਂ ਉਹਨੂੰ ਇਸ ਕਮਰੇ ਛੱਡ ਕੇ ਗਈ ਸੀ। ਕਮਾਲ ਹੈ, ਬਾਹਰੋਂ ਕੁੰਡੀ ਵੀ ਲੱਗੀ ਹੋਈ ਹੈ ਤੇ ਜਮਾਲਾ ਵੀ ਗਿਆ। ਇਹਦਾ ਮਤਲਬ ਹੈ ਜਮਾਲਾ ਜਾਲੀ ਤੋੜ ਕੇ ਨੱਸ ਗਿਆ। ਉਹ ਨੱਸ ਕੇ ਪਿੰਡੋਂ ਬਾਹਰ ਜਾਣ ਦੇ ਕਾਬਲ ਨਹੀਂ ਸੀ, ਉਹਦੀ ਲੱਤ 'ਚ ਗੋਲੀ ਲੱਗੀ, ਹਾਲੇ ਪਿੰਡ 'ਚ ਹੀ ਹੋਵੇਗਾ। ਪਰ ਸਾਰਾ ਪਿੰਡ ਉਹਦਾ ਦੁਸ਼ਮਣ ਹੈ, ਉਹਨੂੰ ਪਨਾਹ ਕੌਣ ਦੇ ਸਕਦਾ? ਮੈਨੂੰ ਪਤਾ ਹੈ ਕਿ ਜਮਾਲੇ ਨੂੰ ਕੌਣ ਪਨਾਹ ਦੇ ਸਕਦਾ ਹੈ। ਓਏ ਨੂਰਾ ਦੀ ਇਹ ਜੁੱਟ, ਉਹਨੇ ਤੈਨੂੰ ਗੋਲੀ ਮਾਰ ਦਿੱਤੀ ਹੈ ਜਮਾਲਿਆ? ਮੇਰਾ ਤਾਂ ਦਿਲ ਕਰਦਾ ਨੂਰਾ ਨੂੰ ਗੋਲੀ ਮਾਰ ਦਿਆ। ਤੂੰ ਗੋਲੀ ਦੀ ਗੱਲ ਕਰਨਾ ਮੁਰਾਦ, ਮੈਂ ਨੂਰਾ ਵਰਗੀ ਬੇਹਿਆ ਤੇ ਬੇਗੈਰਤ ਭੈਣ ਦੇ ਡੱਕਰੇ ਕਰਕੇ ਦਰਿਆ ਬੁਰਦ ਕਰ ਦਿਆਂਗਾ। ਜ਼ਰਾ ਮੇਰੀ ਲੱਤ ਦਾ ਜ਼ਖਮ ਠੀਕ ਹੋ ਲੈ। ਓਏ ਮੇਰਾ ਪਿਓ ਸ਼ੇਰ ਸੀ ਤੇ ਘੱਟ ਮੈਂ ਵੀ। ਚੌਧਰੀ ਜੀ, ਨੂਰਾ ਬਾਹਰ ਪੁਲਿਸ ਲੈ ਕੇ ਹਵੇਲੀ ਜਾ ਰਹੀ। ਪੁਲਿਸ? ਮੈਂ ਨੂਰਾ ਦੇ ਡੱਕਰੇ ਕਰਦੇ ਆ। ਨਹੀਂ ਨਹੀਂ, ਤੂੰ ਛੇਤੀ ਨਾਲ ਲੁਕ ਜਾ ਤੇ ਮੈਂ ਕਿਸੇ ਤੇ ਬਾਨੇ ਪੁਲਿਸ ਨੂੰ ਡਾਲਣਾ। ਓਏ ਗੱਡੀਆਂ, ਤੂੰ ਦਵਾਈਆਂ ਤੇ ਪੱਟੀਆਂ ਚੁੱਕ ਦੇ। ਅੱਛਾ ਜੀ।
ਉਹ ਜਾਣ ਵੀ ਰੁਕ ਨਹੀਂ ਜਾ ਚੁੱਕੀ ਨਾ। ਥਾਣੇਦਾਰ ਜੀ ਤੁਸੀਂ ਇਸ ਵੇਲੇ ਮੇਰੀ ਹਵੇਲੀ ਖੈਰ ਤੇ ਆਇਆ? ਜਮਾਲਾ ਕਿੱਥੇ? ਜਮਾਲਾ? ਮੇਰੀ ਇਤਲਾਹ ਦੇ ਮੁਤਾਬਿਕ ਜਮਾਲਾ ਇੱਥੇ ਆ ਕੇ ਲੁਕਿਆ ਹੈ। ਉਹ ਨਹੀਂ ਨਹੀਂ ਥਾਣੇਦਾਰ ਜੀ, ਤੁਹਾਡੇ ਨਾਲ ਕਿਸੇ ਬਿਲਕੁਲ ਝੂਠ ਬੋਲ ਕੇ ਨਾ ਤੇ ਤੁਹਾਨੂੰ ਅੱਧੀ ਰਾਤ ਵੇਲੇ ਆਵਾਦਾਰ ਕੀਤਾ। ਜੇ ਜਮਾਲਾ ਇੱਥੇ ਆਉਂਦਾ ਤੇ ਮੈਂ ਆਪ ਜਮਾਲੇ ਦੀਆਂ ਮੁਸ਼ਕਾਂ ਬੰਨ ਕੇ ਜਨਾਬ ਕੋਲ ਥਾਣੇ ਛੱਡ ਆਉਣਾ ਸੀ। ਤੁਹਾਨੂੰ ਇੱਥੇ ਆਉਣ ਦੀ ਲੋੜ ਹੀ ਨਹੀਂ ਸੀ ਪੈਣੀ। ਥਾਣੇਦਾਰ ਜੀ, ਮੈਂ ਪੁੱਤਰ ਨਾ ਜੱਟਦਾ, ਸੀਨਾ ਡਾਹ ਕੇ ਪਿੱਛਾ ਨਹੀਂ ਹਟਦਾ। ਬਹਰਹਾਲ ਮੈਂ ਆਪਣੀ ਤਸੱਲੀ ਕਰਨ ਲਈ ਘਰ ਦੀ ਤਲਾਸ਼ੀ ਲੈਣਾ ਚਾਹੁੰਦਾ। ਉਹ ਜੀ ਜਮ ਜਮ ਤਲਾਸ਼ੀ ਲਓ ਥਾਣੇਦਾਰ ਜੀ, ਮੈਂ ਕੋਈ ਤੁਹਾਡੇ ਅੱਗੇ ਝੂਠ ਨਹੀਂ ਨਾ ਬੋਲਿਆ। ਆਓ ਤਸ਼ਰੀਫ ਲੈ। ਆਓ ਥਾਣੇਦਾਰ ਜੀ। ਤੁਸੀਂ ਬੜੀ ਗਹਿਰੀ ਨਿੰਦਰੇ ਸੁੱਤੇ ਸਾਂ, ਅਸੀਂ ਤੁਹਾਨੂੰ ਜਗਾ ਕੇ ਐਵੇਂ ਤਕਲੀਫ ਦਿੱਤੀ ਹੈ। ਜਮਾਲਾ ਵਾਕਈ ਇੱਥੇ ਨਹੀਂ ਆਇਆ। ਉਹ ਮੈਂ ਤਾਂ ਤੁਹਾਨੂੰ ਪਹਿਲਾਂ ਕਹਿ ਦਿੱਤਾ ਥਾਣੇਦਾਰ ਜੀ, ਜਿਸ ਦਿਨ ਜਮਾਲਾ ਪੁੱਲ ਭੁਲੇਖੇ ਇੱਥੇ ਆਏਗਾ ਮੈਂ ਉਹਨੂੰ ਆਪ ਕਰਵਾ ਕਰ ਦਿਆਂਗਾ। ਜਮਾਲੇ ਨੂੰ ਤਾਂ ਤੁਸੀਂ ਕਾਨੂੰਨ ਦੇ ਹਵਾਲੇ ਕਰ ਹੀ ਦਿਓਗੇ ਚੌਧਰੀ ਸਾਹਿਬ, ਫਿਲਹਾਲ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿਓ। ਕਿਉਂ ਥਾਣੇਦਾਰ ਜੀ, ਮੈਂ ਕੀ ਜੁਰਮ ਕੀਤਾ? ਇੱਧਰ ਵੇਖ ਚੌਧਰੀ, ਰਾਜਾ ਖੂਨ ਦੇ ਤੇ ਖੂਨ ਦੀਆਂ ਭਰੀਆਂ ਟਾਗੀਆਂ ਦੱਸ ਰਹੀਆਂ ਨੇ ਕਿ ਜਮਾਲਾ ਜ਼ਖਮੀ ਇੱਥੇ ਆਇਆ ਸੀ ਤੇ ਤੂੰ ਉਹਦੀ ਮਨ ਪੱਟੀ ਕਰਕੇ ਉਹਨੂੰ ਨਸਾ ਦਿੱਤਾ ਹੈ। ਮੁਹੰਮਦ ਦੀਨ, ਹੱਥ ਕੜੀ ਲਾ ਲਓ ਇਹਨੂੰ। ਖੁਸ਼ਖਬਰੀ ਸੁਣ, ਅੱਜ ਦੀ ਭਰਜਾਈ ਤੇਰੇ ਘਰ ਸ਼ਗਨ ਲੈ ਕੇ ਜਾ ਰਹੀ। ਲੱਜੋ, ਸਿਆਣਿਆਂ ਕਿਹਾ ਇੱਕ ਇੱਕ ਤੇ ਦੋ ਯਾਰਾਂ। ਆਹੋ, ਇੱਕ ਮੈਂ ਤੇ ਇੱਕ ਤੂੰ। ਇੱਕ ਮੈਂ, ਇੱਕ ਤੂੰ, ਤੂੰ
ਆ ਗਏ। ਬਿਸਮਿਲਾ ਜੀ ਆਇਆ। ਆਜ ਦਰਾਣੀ ਬੂਆ ਜੀ ਕਿਉਂ ਖਲੋ ਰਹੀ ਹੈ? ਬੈਠ, ਮੈਂ ਯਾਰ ਨਹੀਂ ਛੱਡ ਸਕਦਾ। ਚੰਗਾ ਫਿਰ ਤੂੰ ਯਾਰੀ ਨਵਾ ਮੀਰਾ ਬਖਸ਼ਾ ਤੇ ਬਾਦਲ ਨਾਲ ਰੱਜੋ ਦੇ ਵਿਆਹ ਦਾ ਖਿਆਲ ਦਿਲ ਵਿੱਚੋਂ ਕੱਢ ਦੇ। ਚੁਦਰਾਣੀ ਚੁੱਕਾ ਸ਼ਗਨ ਤੇ ਚਲੋ। ਚੁਦਰਾਣੀ ਇਹ ਕੀ ਜ਼ੁਲਮ ਕਰ ਚੱਲੀ ਹੈ? ਮੀਰਾ ਬਖਸ਼ਾ ਇਹ ਕੀ ਹੋ ਗਿਆ? ਜੇ ਮੈਨੂੰ ਪਹਿਲੇ ਪਤਾ ਹੁੰਦਾ ਕਿ ਰੱਜੋ ਦੀ ਮੰਗਣੀ ਬਹਾਦਰ ਨਾਲ ਹੋਣੀ ਹੈ ਤੇ ਅੱਲਾ ਦੀ ਸੌਂ ਮੈਂ ਇਸ ਵੇਲੇ ਤੇਰੇ ਘਰ ਕਦੀ ਵੀ ਨਾ ਆਉਂਦਾ। ਮੈਨੂੰ ਮਾਫ਼ ਕਰ ਦੀ ਮੇਰੇ ਯਾਰਾ, ਮੇਰੀ ਵਜ੍ਹਾ ਕਰਕੇ ਇਹ ਰਿਸ਼ਤਾ ਨਹੀਂ ਹੋ ਗਿਆ। ਓਏ ਖਸਮਾਂ ਨੂੰ ਕਿਹਾ ਰਿਸ਼ਤਾ? ਓਏ ਤੈਨੂੰ ਪਰੇਸ਼ਾਨ ਹੋਣ ਦੀ ਕੀ ਲੋੜ ਹੈ ਕਰਨ ਦੀ ਨਾ? ਓਏ ਰਿਸ਼ਤੇ ਬਥੇਰੇ ਮਿਲ ਸਕਦੇ ਨੇ ਪਰ ਤੇਰੇ ਵਰਗਾ ਯਾਰ ਨਹੀਂ ਮਿਲ ਸਕਦਾ। ਮੀਰਾ ਬਖਸ਼ਾ ਇਹ ਤੇ ਬਹੁਤ ਬੁਰਾ ਆਇਆ ਅੱਬਾ। ਚਾਚੇ ਮੀਰਾ ਬਖਸ਼ ਨੇ ਯਾਰੀ ਦੀ ਲਾਜ ਤੇ ਰੱਖ ਲਈ ਹੈ ਪਰ ਦਿਲੋਂ ਬਹੁਤ ਦੁੱਖ ਹੋਇਆ ਹੋਣਾ ਹੈ। ਮੀਰਾ ਬਖਸ਼ ਨੇ ਯਾਰੀ ਨਿਭਾਉਣ ਲਈ ਧੀ ਦਾ ਸੁਹਾਗ ਕੁਰਬਾਨ ਕੀਤਾ ਤੇ ਹੁਣ ਮੈਨੂੰ ਯਾਰੀ ਨਿਭਾਉਣ ਲਈ ਤੇਰੇ ਸਿਰ ਦੀ ਲੋੜ ਪੈ ਗਈ ਹੈ ਪੁੱਤਰ। ਜੇ ਮੇਰੇ ਸਿਰ ਦੀ ਲੋੜ ਪੈ ਗਈ ਹੈ ਅੱਬਾ ਤੇ ਫਿਰ ਖੁੱਲ੍ਹ ਕੇ ਗੱਲ ਕਰ, ਕੀ ਚਾਹੁੰਦਾ? ਮੈਂ ਇਹ ਚਾਹੁੰਦਾ ਵਾਂ ਪੁੱਤਰ ਕਿ ਮੇਰੇ ਯਾਰ ਦੀ ਧੀ ਦੀ ਡੋਲੀ ਉਹਨਾਂ ਦੇ ਘਰ ਹੀ ਜਾਵੇ ਜਿਹੜੇ ਤੇਰੇ ਖੂਨ ਦੇ ਪਿਆਸੇ। ਗੱਲ ਹੀ ਕੋਈ ਨਹੀਂ ਅੱਬਾ, ਤੂੰ ਸਿਰਫ ਇਹ ਦੱਸ, ਮੈਂ ਟੁੱਟਾ ਹੋਇਆ ਰਿਸ਼ਤਾ ਜੋੜਨ ਲਈ ਹੱਥ 'ਚ ਬੰਦੂਕ ਫੜ ਕੇ ਉਸ ਹਵੇਲੀ ਜਾਂ ਜਾਂ ਸਿਰ ਨਿਵਾ ਕੇ ਚੁਦਰਾਣੀ ਦੇ ਸਾਹਮਣੇ ਜਾ ਖਲੋਵਾਂ? ਬੰਦੂਕ ਹੱਥ 'ਚ ਉਦੋਂ ਫੜੀ ਦੀ ਹੈ ਪੁੱਤਰ ਜਦੋਂ ਗੈਰਤ ਦਾ ਸਵਾਲ ਹੋਵੇ। ਤੂੰ ਤੇ ਅੱਜ ਮੇਰੇ ਯਾਰ ਦੀ ਧੀ ਦੇ ਸੁਹਾਗ ਲਈ ਸਿਰ ਦੇਣ ਚੱਲੇ, ਸਿਰ ਨੀਵਾ ਕਰਕੇ ਤੇ ਹਵੇਲੀ ਵਿੱਚ ਚਲਾ ਜਾ ਤੇ ਚੁਦਰਾਣੀ ਨੂੰ ਆਖੀ ਅੱਜ ਮੇਰੇ ਸੀਨੇ ਵਿੱਚ ਇੰਨੀਆਂ ਕੁ ਗੋਲੀਆਂ ਮਾਰ ਕਿ ਤੇਰੇ ਸੀਨੇ ਵਿੱਚ ਠੰਡ ਪੈ ਜਾਵੇ। ਪਰ ਅੱਲਾ ਦਾ ਨਾਂ ਹੀ, ਮੇਰੇ ਮਰਨ ਤੋਂ ਬਾਅਦ ਰੱਜੋ ਦੀ ਡੋਲੀ ਇਸ ਹਵੇਲੀ ਵਿੱਚ ਜ਼ਰੂਰ ਲਿਆਵੀ। ਜੇ ਗੱਲ ਹੈ ਅੱਬਾ ਤੇ ਫਿਰ ਯਕੀਨ ਕਰ, ਮੈਂ ਤੇਰੀ ਯਾਰੀ ਨੂੰ ਲਾਜ ਨਹੀਂ ਲੱਗਣ ਦਿਆਂਗਾ। ਜੇ ਮੈਂ ਚੁਦਰਾਣੀ ਨੂੰ ਇਸ ਟੁੱਟੇ ਹੋਏ ਰਿਸ਼ਤੇ ਨੂੰ ਜੋੜਨ ਤੇ ਮਜਬੂਰ ਨਾ ਕਰ ਸਕਿਆ ਤੇ ਫਿਰ ਮੈਂ ਵਾਪਸ ਨਹੀਂ ਆਵਾਂਗਾ, ਮੇਰੀ ਲਾਸ਼ ਆਏਗੀ। ਉਹਦੇ ਬਾਅਦ ਤੂੰ ਫਖਰ ਨਾਲ ਸਿਰ ਉੱਚਾ ਕਰਕੇ ਆਪਣੇ ਯਾਰ ਨੂੰ ਕਹੀਂ ਮੈਂ ਯਾਰੀ ਨਿਭਾਉਣ ਲਈ ਆਪਣਾ ਜਵਾਨ ਪੁੱਤਰ ਕੁਰਬਾਨ ਕਰਤਾ। ਰੱਬ ਰਾਖਾ, ਰੱਬ ਰਾਖਾ। ਚੁਦਰਾਣੀ ਵੇ, ਤੂੰ ਮੇਰਾ ਸੁਹਾਗ ਲੁੱਟਣ ਵਾਲਿਆ ਇੱਥੇ ਕੀ ਲੈਣ ਆਇਆ? ਮੇਰੀ ਇੱਕ ਮਜਬੂਰੀ ਮੈਂ ਸਵਾਲੀ ਬਣਾ ਕੇ ਇੱਥੇ ਲੈ ਆਈਏ। ਚੁਦਰਾਣੀ ਸਵਾਲੀ ਬਣ ਕੇ ਕਹਿਣਾ ਕੀ ਚਾਹੁੰਦਾ? ਖੁੱਲ ਕੇ ਗੱਲ ਕਰ। ਮੈਂ ਸਿਰ ਨੀਵਾਂ ਕਰਕੇ ਤੇਰੇ ਸਾਹਮਣੇ ਆ ਖਲੋਤਾ ਚੁਦਰਾਣੀ, ਮੇਰਾ ਸਵਾਲ ਪੂਰਾ ਕਰ ਦੇ ਭਾਵੇਂ ਮੇਰਾ ਸਿਰ ਲਾ ਦੇ। ਵੇ ਤੂੰ ਤੇ ਆਪਣਾ ਸਿਰ ਨੀਵਾਂ ਕਰ ਹੀ ਲਿਆ ਪਰ ਮੈਨੂੰ ਇਹ ਤੇ ਦੱਸ ਜ਼ਾਲਿਮਾ, ਮੈਂ ਕਿੰਨੇ ਕੁ ਸਿਰ ਲਾਵਾਂ ਕਿ ਮੇਰਾ ਸੁਹਾਗ ਅਗਲੇ ਜਹਾਨੋਂ ਵਾਪਸ ਆ ਜਾਵੇ। ਤੇਰਾ ਸੁਹਾਗ ਤੇ ਹੁਣ ਕਦੀ ਵਾਪਸ ਨਹੀਂ ਆਏਗਾ ਚੁਦਰਾਣੀ। ਇਹ ਲੈ ਫੜ ਬੰਦੂਕ ਤੇ ਜਿੰਨੇ ਸਾਲ ਆਪਣੇ ਸੁਹਾਗ ਨੂੰ ਰੋਂਦਿਆਂ ਗੁਜ਼ਾਰੇ ਨਹੀਂ, ਉਨੀਆਂ ਗੋਲੀਆਂ ਮੇਰੇ ਸੀਨੇ ਚ ਮਾਰ, ਤੇਰਾ ਕਲੇਜਾ ਠੰਡਾ ਹੋ ਜਾਏਗਾ। ਪਰ ਪਹਿਲੀ ਗੋਲੀ ਚਲਾਉਣ ਤੋਂ ਪਹਿਲਾਂ ਕਾਰ ਆਏ ਦੁਸ਼ਮਣ ਤੇ ਵਾਰ ਕਰਨਾ ਬਗੈਰਤਾਂ ਦਾ ਕੰਮ ਹੁੰਦਾ। ਕੋਈ ਆਸ ਲੈ ਕੇ ਮੇਰੇ ਘਰ ਆ ਹੀ ਗਿਆ
ਫਿਰ ਇੱਥੇ ਨਾ ਤੇ ਮੈਂ ਤੈਨੂੰ ਗੋਲੀ ਮਾਰਾਂਗੀ ਤੇ ਨਾ ਹੀ ਤੂੰ ਇਹ ਘਰੋਂ ਚੋਲੀ ਖਾਲੀ ਲੈ ਕੇ ਜਾਏਂਗਾ। ਚਦਰਾਨੀ ਤੂੰ ਆਪਣੇ ਮੂੰਹ ਚ ਬੜੀ ਵੱਡੀ ਗੱਲ ਕਹਿ। ਵੇ ਮੈਂ ਜੋ ਕਹਿ ਦਿੱਤਾ ਉਹ ਪੂਰਾ ਕਰਕੇ ਵਿਖਾਵਾਂਗੀ। ਮੈਂ ਤੇਰੇ ਨਾਲ ਵਾਅਦਾ ਕਰਨੀ ਆ ਰੱਬ ਦੀ ਸੌ, ਤੂੰ ਇਸ ਘਰ ਵਿੱਚੋਂ ਜਿਉਂਦਾ ਵੀ ਜਾਏਂਗਾ ਤੇ ਜਿਹੜੀ ਆਸ ਲੈ ਕੇ ਆਇਆ ਉਹ ਵੀ ਪੂਰੀ ਹੋ ਜਾਏਗੀ। ਬੋਲ ਕੀ ਕਹਿਣਾ। ਮੈਂ ਇਹ ਚਾਹੁੰਦਾ ਚਦਰਾਨੀ ਤੂੰ ਮੇਰੀ ਭੈਣ ਨੂੰ ਇਸ ਘਰ ਦੀ ਨੂੰਹ ਬਣਾ ਲੈ। ਭੈਣ? ਵੇ ਕਿਹੜੀ ਭੈਣ ਦਾ ਫਿਕਰ ਪਿਆ ਕਰਨਾ। ਰੱਜੋ, ਤੂੰ ਰੱਜੋ ਦਾ ਭਰਾ ਬਣ ਕੇ ਆਇਆ। ਹਾਂ ਚਦਰਾਨੀ, ਹੁਣ ਤੂੰ ਬਹਾਦਰੇ ਦੀ ਪਰਚਾਈ ਬਣ ਕੇ ਨਹੀਂ ਉਹ ਚਦਰਾਨੀ ਬਣ ਕੇ ਜਵਾਬ ਦੇ ਜਿਹਨੇ ਸਹੁੰ ਖਾ ਕੇ ਮੇਰੇ ਨਾਲ ਵਾਅਦਾ ਕੀਤਾ ਕਿ ਜਿਹੜੀ ਆਸ ਤੂੰ ਲੈ ਕੇ ਆਇਆ ਉਹ ਪੂਰੀ ਹੋ ਜਾਏਗੀ। ਸੋਚਣ ਕੀ ਲੱਗ ਪਈ ਹੈ ਚਦਰਾਨੀ, ਆਪਣੀ ਜ਼ਬਾਨ ਨਾਲ ਕੀਤਾ ਹੈ ਵਾਅਦਾ ਪੂਰਾ ਕਰ ਜਾਂ ਫਿਰ ਆਪਣੇ ਹੱਥ ਚ ਫੜੀ ਬੰਦੂਕ ਨਾਲ ਮੇਰੇ ਸੀਨੇ ਚ ਗੋਲੀ ਮਾਰ ਦੇ। ਮੈਨੂੰ ਕਿਸੇ ਇਮਤਿਹਾਨ ਚ ਪਾ ਦਿੱਤਾ ਹੈ ਜ਼ਾਲਮਾ। ਜੇ ਮੇਰੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੂੰਹ ਫੇਰ ਲੈਣਾ ਸੀ ਚਦਰਾਨੀ ਤੇ ਫਿਰ ਕਸਮ ਖਾ ਕੇ ਇਹ ਨਹੀਂ ਸੀ ਕਹਿਣਾ ਕਿ ਤੂੰ ਜਿਹੜੀ ਆਸ ਲੈ ਕੇ ਆਇਆ ਉਹ ਜ਼ਰੂਰ ਪੂਰੀ ਹੋਏਗੀ। ਵੇ ਮੂੰਹ ਤੇ ਸਿਰਫ ਮੈਂ ਇਸ ਲਈ ਫੇਰਿਆ ਕਿ ਆਪਣੇ ਸੁਹਾਗ ਦੇ ਕਾਤਲ ਨੂੰ ਸਾਹਮਣੇ ਵੇਖ ਕੇ ਮੇਰੀਆਂ ਅੱਖਾਂ ਵਿੱਚ ਖੂਨ ਉਤਰ ਆਇਆ ਤੇ ਗੋਲੀ ਮੈਂ ਤੈਨੂੰ ਇਸ ਲਈ ਨਹੀਂ ਮਾਰ ਸਕਦੀ ਕਿ ਤੂੰ ਸਵਾਲੀ ਬਣ ਕੇ ਮੇਰੇ ਘਰ ਆਇਆ। ਦਿੱਤਿਆ ਆਇਆ ਚੁਦਰਾਣੀ ਜੀ। ਵੇ ਮੇਰੇ ਖਾਵਨ ਦਾ ਕਾਤਲ ਅੱਜ ਪ੍ਰਾਹੁਣਾ ਬਣ ਕੇ ਮੇਰੇ ਘਰ ਆਇਆ, ਇਹਦੇ ਲਈ ਦੁੱਧ ਦਾ ਗਿਲਾਸ ਲਿਆ। ਬਹੁਤ ਅੱਛਾ ਜੀ। ਮੈਂ ਦੁੱਧ ਦਾ ਗਿਲਾਸ ਪਿਆ ਕੇ ਹੋਰ ਜ਼ਲੀਲ ਨਾ ਕਰ ਚੁਦਰਾਣੀ, ਅੱਜ ਤੇਰਾ ਸਲੂਕ ਤੇ ਅਖਲਾਕ ਵੇਖ ਕੇ ਮੇਰੀ ਤਾਂ ਤੇਰੇ ਸਾਹਮਣੇ ਹਮੇਸ਼ਾ ਲਈ ਨੀਵੀਂ ਹੋ ਗਈ। ਤੇਰੀ ਤਾਂ ਨੀਵੀਂ ਹੋਣ ਨਾਲ ਮੇਰੇ ਸੀਨੇ ਦਾ ਜ਼ਖਮ ਤਾਂ ਨਹੀਂ ਭਰ ਸਕਦਾ ਜ਼ਾਲਮਾ, ਪਰ ਮੈਂ ਆਪਣੇ ਸੀਨੇ ਤੇ ਪੱਥਰ ਰੱਖ ਕੇ ਤੇਰੇ ਨਾਲ ਕੀਤਾ ਹੋਇਆ ਵਾਅਦਾ ਜ਼ਰੂਰ ਪੂਰਾ ਕਰਾਂਗੀ। ਲੈ ਜਵਾਨਾ, ਦੁੱਧ ਪੀ ਤੇ ਜਾਨ ਬਣਾ। ਇਹ ਦੁੱਧ ਮੇਰੇ ਲਈ ਜ਼ਹਿਰ ਦਾ ਗਿਲਾਸ ਹੈ ਚਦਰਾਣੀ। ਵੇ ਮੈਂ ਵੀ ਇੰਨੇ ਸਾਲਾਂ ਤੋਂ ਖੂਨ ਦੇ ਅਥਰੂ ਪੀ ਰਹੀ ਹਾਂ, ਤੂੰ ਇਸ ਦੁੱਧ ਨੂੰ ਮੇਰੀ ਮਜਬੂਰੀ ਦਾ ਖੂਨ ਸਮਝ ਕੇ ਪੀ ਜਾ। ਆਪਣੇ ਸੁਹਾਗ ਦੇ ਕਾਤਲ ਨੂੰ ਦੁੱਧ ਕਿਸ ਖੁਸ਼ੀ ਚ ਪਿਆ ਰਹੀ ਹੈ ਭਾਬੀ? ਘਰ ਆਏ ਪ੍ਰਾਹੁਣੇ ਦੇ ਹੱਥੋਂ ਦੁੱਧ ਦਾ ਗਿਲਾਸ ਸਟਵਾ ਕੇ ਤੂੰ ਚੰਗਾ ਨਹੀਂ ਕੀਤਾ ਬਹਾਦਰਾ। ਮੈਂ ਬਿਲਕੁਲ ਠੀਕ ਕੀਤਾ ਭਾਬੀ, ਇਹ ਮੇਰੇ ਭਰਾ ਦਾ ਕਾਤਲ ਹੈ। ਅੱਜ ਮੈਂ ਇਥੋਂ ਜੂਝ ਨਹੀਂ ਜਾਣ ਦਿਆਂਗਾ। ਇਹ ਤੇਰੇ ਭਰਾ ਦਾ ਕਾਤਲ ਅੱਜ ਮੇਰਾ ਪ੍ਰਾਹੁਣਾ ਹੈ ਬਹਾਦਰਾ, ਤੇ ਮੈਂ ਤੈਨੂੰ ਇਸ ਹਵੇਲੀ ਚ ਇਹਦਾ ਬਾਹਰ ਵੀ ਵਿੰਗਾ ਨਹੀਂ ਕਰਨ ਦਿਆਂਗੀ, ਇਸ ਲਈ ਕਿ ਮੈਂ ਇਹਦੀ ਜਾਨ ਬਚਾਉਣ ਦੀ ਸਹੁੰ ਖਾਧੀ ਹੈ ਤੇ ਇਹਦੇ ਨਾਲ ਇਹ ਵਾਅਦਾ ਵੀ ਕਰ ਚੁੱਕੀ ਹਾਂ ਕਿ ਇਹਦੇ ਪਿਓ ਦੇ ਚਾਰ ਦੀ ਧੀ ਰੱਜੋ ਇਸ ਘਰ ਦੀ ਨੂੰਹ ਬਣੇਗੀ। ਇਹ ਕਦੇ ਨਹੀਂ ਹੋ ਸਕਦਾ ਭਾਬੀ, ਮੈਂ ਵੀ ਕਸਮ ਖਾਧੀ ਹੋਈ ਹੈ, ਜਦ ਤਾਈ ਮੈਂ ਆਪਣੇ ਭਰਾ ਦੇ ਕਾਤਲ ਦੇ ਨਾਲ ਵੀ ਹੱਥ ਨਹੀਂ ਲਾਂਗ ਲਾਂਗਾ ਫਿਰ ਤੇ ਫਿਰ ਨਹੀਂ ਬਣਾਂਗਾ। ਤੇ ਫਿਰ ਮੈਂ ਵੀ ਤੇਰੇ ਨਾਲ ਵਾਅਦਾ ਨਾ ਬਹਾਦਰਾ, ਜਿਸ ਦਿਨ ਤੂੰ ਮੇਰੀ ਭੈਣ ਦੀ ਡੋਲੀ ਉਹਦੇ ਘਰ ਲੈਣ ਜਾਏਗਾ ਉਸ ਦਿਨ ਤੇਰੇ ਭਰਾ ਦੇ ਕਾਤਲ ਦੀ ਲਾਸ਼ ਤੇਰੀ ਹਵੇਲੀ ਦੇ ਬੂਹੇ ਅੱਗੇ ਪਈ ਹੋਏਗੀ। ਹਾਏ, ਮੈਂ ਉਸ ਦਿਨ ਦਾ ਇੰਤਜ਼ਾਰ ਨਹੀਂ ਕਰ ਸਕਦਾ, ਮੇਰੇ ਭਰਾ ਦਾ ਕਾਤਲ ਮੇਰੇ ਸਾਹਮਣੇ ਖਲੋਤਾ ਹੈ, ਹੁਣ ਮੈਂ ਤੈਨੂੰ ਇੱਥੋਂ ਜਿਉਂਦੇ ਵਾਪਸ ਨਹੀਂ ਜਾਣ ਦਿਆਂਗਾ। ਫਿਰ ਪਹਿਲੀ ਗੋਲੀ ਮੇਰੇ ਸੀਨੇ ਚ ਮਾਰ ਬਹਾਦਰਾ, ਮੈਂ ਇਹਦੀ ਜਾਨ ਬਚਾਉਣ ਦੀ ਸਹੁੰ ਖਾਧੀ ਹੋਈ। ਅੱਗੋਂ ਹਟ ਜਾ ਭਾਬੀ। ਵੇ ਅੱਗੋਂ ਕਿਸ ਤਰ੍ਹਾਂ ਹਟ ਜਾ ਬਹਾਦਰਾ, ਮੈਂ ਤੈਨੂੰ ਪੱਤਰ ਸਮਝ ਕੇ ਪਾ ਲਿਆ ਸੀ ਤੇ ਹੁਣ ਮਾਂ ਬਣ ਕੇ ਕਹਿੰਦੀ ਹਾਂ ਬੰਦੂਕ ਨੀਵੀਂ ਕਰ ਲੈ। ਇਧਰੇ ਇਹ ਨਾ ਹੋਵੇ ਮੈਨੂੰ ਆਪਣੇ ਦੁਸ਼ਮਣ ਨੂੰ ਬਚਾਉਣ ਲਈ ਪੱਤਰ ਦੇ ਸੀਨੇ ਵਿੱਚ ਗੋਲੀ ਮਾਰਨੀ ਪੈ ਜਾਏ। ਭਾਬੀ? ਵੇ ਭਾਬੀ ਨਹੀਂ, ਦੁਸ਼ਮਣ ਦੀ
ਮਾਰ ਦੇ ਜਾਂ ਫਿਰ ਮਾਰ ਕੇ ਕੇ ਸਿਰ ਨੀਵਾ ਕਰ ਲੈ। ਬੋਲ ਮੇਰਿਆ ਦੁਸ਼ਮਣਾ, ਮੈਂ ਤੇਰੀ ਭੈਣ ਦੇ ਘਰ ਬਹਾਦਰ ਦੀ ਜੰਜ ਲੈ ਕੇ ਕਿਸ ਦੇ ਲਵਾਂ? ਜੰਜ ਲੈ ਕੇ ਜਦੋਂ ਮਰਜ਼ੀ ਆਈ ਚੁਦਰਾਣੀ, ਪਰ ਮੰਗਣੀ ਦਾ ਸ਼ਗਨ ਲੈ ਕੇ ਹੁਣੇ ਮੇਰੇ ਨਾਲ ਚੱਲ। ਮੈਂ ਆਪਣੀ ਭੈਣ ਨੂੰ ਸ਼ਗਨਾਂ ਦਾ ਜੋੜਾ ਪਾਉਣ ਤੋਂ ਪਹਿਲਾਂ ਆਪਣੇ ਪਿਓ ਨੂੰ ਸ਼ਕਲ ਨਹੀਂ ਵਿਖਾ ਸਕਦਾ। ਦਿੱਤਿਆ ਜੀ ਚੁਦਰਾਣੀ ਜੀ, ਸ਼ਗਨ ਲੈ ਕੇ ਆਓ, ਫਿਰ ਆ ਮੇਰੇ ਨਾਲ। ਤੇਰੇ ਮੋਢੇ ਨਾਲ ਮੋਢਾ ਜੋੜ ਕੇ ਲੈ ਜਾ ਰਹਾ, ਮੈਂ ਪੁੱਤਰ ਆ ਜੱਟਦਾ, ਇੰਨਾ ਡਾ ਕੇ ਪਿਛਾ ਨਹੀਂ ਹਟਦਾ। ਅਸਲਾਮ ਅਲੈਕੁਮ ਚੌਧਰੀ ਸਾਹਿਬ। ਆ ਵੀ ਗਾਮਿਆ, ਕੀ ਖਬਰ ਲਿਆ? ਖਬਰ ਹੈ ਵੀ ਚੌਧਰੀ ਸਾਹਿਬ, ਪੁਲਿਸ ਨੇ ਸਾਰੇ ਇਲਾਕੇ ਦੀ ਨਾਕਾ ਬੰਦੀ ਕਰ ਦਿੱਤੀ ਹੈ ਤੇ ਤਨ ਲੱਭਣ ਲਈ ਥਾਂ ਥਾਂ ਛਾਪੇ ਵੀ ਮਾਰ ਦਈਏ। ਓਏ ਤੂੰ ਪੁਲਿਸ ਦੀ ਗੱਲ ਛੱਡ, ਓਏ ਇਹ ਦੱਸ ਕੋਈ ਨਵੀਂ ਖਬਰ ਲੈ ਆਇਆ ਕਿ ਨਹੀਂ? ਨਵੀਂ ਖਬਰ ਇਹ ਜੇ ਚੌਧਰੀ ਸਾਹਿਬ, ਅਸਲਮ ਨੇ ਬਾਦੇ ਦੇ ਪਿੰਡ ਦੀ ਜਿਸ ਮੁਟਿਆਰ ਨੂੰ ਆਪਣੀ ਭੈਣ ਬਣਾਇਆ ਹੋਇਆ, ਉਹਦੀ ਤੇ ਬਾਦੇ ਦੀ ਸ਼ਾਦੀ ਹੋ ਰਹੀ ਜੇ। ਅਸਲਮ ਦੀ ਭੈਣ ਦੀ ਸ਼ਾਦੀ ਬਾਦਰੇ ਨਾਲ? ਇਹ ਸ਼ਾਦੀ ਨਹੀਂ ਹੋਣੀ ਚਾਹੀਦੀ ਲਾਲਾ। ਬਿਲਕੁਲ ਠੀਕ ਆ ਜੀ ਮਾਲਿਆ, ਜੇ ਅਸਲਮ ਤੇ ਬਾਦਰਾ ਇੱਕ ਦੂਜੇ ਦੇ ਇੰਨੇ ਕਰੀਬੀ ਰਿਸ਼ਤੇਦਾਰ ਬਣ ਗਏ ਤੇ ਫਿਰ ਉਹ ਦੋਵੇਂ ਸਾਡੇ ਲਹੂ ਦੇ ਪਿਆਸੇ ਹੋ ਜਾਣਗੇ। ਪਰ ਤੁਸੀਂ ਇਹ ਸ਼ਾਦੀ ਰੁਕਵਾ ਦੇ ਨਹੀਂ ਸਕਦੇ। ਔਰ ਰੁਕਵਾ ਕਿਉਂ ਨਹੀਂ ਸਕਦੇ? ਓਏ ਮੈਂ ਅਸਲਮ ਦੀ ਭੈਣ ਨੂੰ ਹੁਣੇ ਚੁੱਕ ਕੇ ਲੈ ਆਵਾਂਗਾ ਤੇ ਭੈਣ ਨੂੰ ਬਚਾਉਣ ਲਈ ਅਸਲਮ ਦੀ ਮਾਂ ਤੁਹਾਨੂੰ ਇੱਥੇ ਲੈ ਆਏਗੀ ਤੇ ਜਿਉਂਦਾ ਮੈਂ ਨਹੀਂ ਜਾਣ ਦਿਆਂਗਾ। ਓਏ ਮੇਰਾ ਪਿਓ ਸ਼ੇਰ ਸੀ ਤੇ ਘੱਟ ਮੈਂ ਵੀ ਨਹੀਂ। ਅਜੇ ਗੱਲ ਜਮਾਲਿਆ, ਫਿਰ ਤੂੰ ਅਸਲਮ ਦੀ ਭੈਣ ਨੂੰ ਚੁੱਕਣ ਲਈ ਬਾਦਰੇ ਦੇ ਪਿੰਡ ਜਾ, ਮੈਂ ਆਪਣੇ ਪਿੰਡ ਜਾ ਕੇ ਨੂਰਾਂ ਨੂੰ ਟਿਕਾਣੇ ਲਾਉਣਾ। ਇੱਕੋ ਹੀ ਰਾਤ ਚ ਸਾਰੇ ਭਾਅ ਮੁੱਕ ਜਾ ਕੇ ਓਏ ਮੈਂ ਪੁੱਤਰ ਨਾ ਜੱਟਦਾ, ਇੰਨਾ ਡਾ ਕੇ ਪਿਛਾ ਨਹੀਂ ਹਟਦਾ। ਬੰਦੂਕ ਦੀਆਂ ਗੋਲੀਆਂ ਨੇ ਤੇਰਾ ਲਹੂ ਪੀਣਾ। ਓਏ ਮੈਂ ਪੁੱਤਰ ਨਾ ਜੱਟਦਾ, ਸੀਨਾ ਡਾ ਕੇ ਪਿਛਾ ਨਹੀਂ ਹਟਦਾ। ਤੇ ਫਿਰ ਕੰਨ ਖੋਲ ਕੇ ਸੁਣ ਲਵੇ ਬੇਖੈਰਤਾ, ਜੇ ਤੂੰ ਮੇਰੇ ਤਿੰਨ ਗਿਣਨ ਤੱਕ ਬੰਦੂਕ ਸੁੱਟ ਕੇ ਹੱਥ ਉੱਚੇ ਨਾ ਕੀਤੇ ਤੇ ਮੈਂ ਤੈਨੂੰ ਵੀ ਗੋਲੀ ਮਾਰ ਦਿਆਂਗੀ ਤੇ ਤੇਰੇ ਸਾਥੀਆਂ 'ਚ ਵੀ ਬਾਕੀ ਕੋਈ ਨਹੀਂ ਜਾਏਗਾ। ਇੱਕ, ਦੋ, ਤਿੰਨ, ਸਾਰੇ ਮੇਰੇ ਅੱਗੇ ਲੱਗ ਕੇ ਬਾਹਰ ਨੂੰ ਡੁਰੋ। ਤੁਹਾਨੂੰ ਪੁਲਿਸ ਦੇ ਹਵਾਲੇ ਮੈਂ ਕਰਾਂਗੀ ਤੇ ਤੁਹਾਡੇ ਕੋਲੋਂ ਜਮਾਲੇ ਦਾ ਖੁਫੀਆ ਟਿਕਾਣਾ ਪੁਲਿਸ ਆ ਪੁੱਛ ਲੈਗੀ। ਚਲੋ ਜੇ ਮੁਟਿਆਰਾਂ ਦੇ ਹੱਥ ਬੰਦੂਕਾਂ ਦਾ ਭਾਰ ਚੁੱਕਣ ਜੋਗੇ ਹੁੰਦੇ ਤੇ ਫਿਰ ਮਰਦਾਂ ਦੇ ਹੱਥਾਂ ਚ ਵੀ ਚੂੜੀਆਂ ਬੈਠ ਜਾਣਾ ਲੱਗ ਗਿਆ। ਤੂੰ ਤੇ ਮੈਨੂੰ ਕਾਨੂੰਨ ਦੇ ਹਵਾਲੇ ਨਹੀਂ ਕਰ ਸਕੀ, ਪਰ ਅੱਜ ਤੈਨੂੰ ਮੇਰੇ ਕੋਲੋਂ ਕੋਈ ਨਹੀਂ ਬਚਾ ਸਕਦਾ। ਵੇ ਤੂੰ ਕਿਸੇ ਦੀ ਜ਼ਿੰਦਗੀ ਦਾ ਮਾਲਕ ਹੈ ਤੇ ਨਾ ਕਿਸੇ ਦੀ ਮੌਤ ਤੇਰੇ ਹੱਥ 'ਚ, ਤੇ ਜੇ ਕੋਈ ਭੁਲੇਖਾ ਹੀ ਤਾਂ ਵੀ ਦਿਲੋਂ ਕੱਢ ਲੈ, ਮੈਂ ਤੇਰੇ ਸਾਹਮਣੇ ਖਲੋਤੀ ਨਾ ਚਲਾ ਗੋਲੀ। ਮੌਤ ਦੇ ਸਾਹਮਣੇ ਵੀ ਹਿੱਕ ਡਾ ਕੇ ਖਲੋ ਗਈ ਤੇ ਹੁਣ ਜ਼ਰਾ ਇਹ ਵੀ ਦੱਸ ਦੇ
और तेनू गोली किथे मारा? वे जेड़े गोली चलाना जानते ने उन्हें निशाने का भी पता होता है, चलावे बेगैरता गोली। अंतरी, तेरा हाथ इसलिए नहीं रोक सकता कि तू त्राह हो के बैंड होते बंदूक चुकी है। एदी मौत तरह इसलिए डक लोता कि ये मालक है, मैं नौकर हाँ, तो वफादार नौकरा के जीवन जी मालक नहीं मर सकते। जान दी लोरी जा घर जा रे मजरामा। ओए असी नौकर लोग तो मुलाजम होंदे ही अपनी जाना मालका के नामे ला छड़ने। जे तेनु यकीन नहीं आंदा ते चला गोली, चला गोली। ओए अपनी मौत नु आवाज ना मारा कमीनिया। ओए मैनू कमीना कहन तो पहले अपने गिरेबान च मुंह पा लेना सी चौधरी। ओए गैरतां वाले भरा ते पैरां तो कुर्बान हो जांदे ने, ते तू अपनी जान बचाने भैन ते गोली चला रही है बेगैरता। ओए कमीना अपने आप नु नौकर कह के मालकन तो कुर्बान हो गया सच्चा। एक नौकर मालक तो कुर्बान हो गया, दूजा जीवदा सच्चे नूं ते मुराद ने मारिया, पर झूठे नूं ते उहदा यार ही मार गया। उस झूठे नूं जिहड़ा सारी जिंदगी झूठ बोलता रहा, सच्चा यार अज तो बाद ये झूठा कभी झूठ नहीं बोलेगा, कभी झूठ नहीं बोलेगा, कभी झूठ नहीं बोलेगा यार। जवानी का पहरा देने लिए बुढ़ा प्यू बंदूक लैके सुता है। तू डांग लैके बुढ़े के सराने खलो जा, जिस वेले धी की चीख सुन के उठे तू डांग मार के हमेशा लिए मौत की नींद सुवा दे। रंदीना
ਦੀਨਾ ਕਿੱਥੇ ਚਲਾ ਗਿਆ ਬੋਲ ਮੈਂ ਮੀਰਾ ਬਖਸ਼ ਕਰਨ ਦੀ ਨਾ ਅਸਲਮ ਪੁੱਤਰ ਅਸਲਮ ਕੀ ਗੱਲ ਹੈ ਬਾ ਪੁੱਤਰ ਅੱਜ ਯਾਰੀ ਨਿਭਾਉਣ ਦਾ ਵੇਲਾ ਆ ਗਿਆ ਅੱਧੀ ਰਾਤ ਵੇਲੇ ਮੇਰਾ ਯਾਰ ਮੇਰੇ ਬੂਹੇ ਤੇ ਆਇਆ ਉਹਦਾ ਸਿਰ ਵੀ ਪਾਟਾ ਹੋਇਆ ਤੇ ਉਹਦੀ ਪੱਗ ਵੀ ਗਲੇ ਚ ਪਈ ਨਹੀਂ ਮੇਰਾ ਖਿਆਲ ਹੈ ਇੱਜ਼ਤ ਖਤਰੇ ਵਿੱਚ ਤੇ ਫਿਰ ਸੋਚਣਾ ਕੀ ਹੈ ਅੱਬਾ ਆ ਮੇਰੇ ਨਾਲ ਕਰਮਦੀਨਾ ਛੇਤੀ ਬੂਆ ਖੋਲ ਬੂਆ ਕਿਉਂ ਨੀ ਖੋਲਦਾ ਕਰਮਦੀਨਾ ਛੇਤੀ ਬੂਆ ਖੋਲ ਕਰਮਦੀਨਾ ਮੇਰੇ ਤੇ ਸਾਹ ਹੀ ਮੁੱਕਦੇ ਜਾਂਦੇ ਨੇ ਕਰਮਦੀਨਾ ਅੱਗੇ ਕਦਮ ਨਾ ਵਧਾਈ ਓਏ ਮੇਰੇ ਕਦਮ ਤੇ ਅੱਜ ਮੌਤ ਨਹੀਂ ਡਰ ਸਕਦੀ ਚੱਕਰੀ ਜਮਾਲਾ ਮੈਂ ਇੱਜ਼ਤ ਚੁੱਕ ਕੇ ਲਾਇਆ ਇਹ ਥਵੇਲੀ ਦੀਆਂ ਕੰਨਾਂ ਮਾਰਦਾ ਨਾ ਉਹਦੇ ਵੰਗ ਕੇ ਜਾਵਾਂਗਾ ਓਏ ਯਕੀਨ ਕਰ ਬਾਲਾ ਅੰਦਰ ਬਗੈਰਤ ਜਮਾਲਾ ਨਹੀਂ ਉਹਦੀ ਗੈਰਤਾਂ ਵਾਲੀ ਭੈਣ ਸੁੱਤੀ ਜਿਹਦੀ ਜਾਨ ਦੀ ਹਿਫਾਜ਼ਤ ਕਰਨ ਲਈ ਮੈਂ ਜਾਗ ਰਿਹਾ ਕੌਣ ਹੈ ਜਵਾਨਾ ਤੇ ਅੱਧੀ ਰਾਤ ਵੇਲੇ ਬੰਦੂਕ ਲੈ ਗੈਰਤ ਜਮਾਲਾ ਮੌਤ ਕੋਲੋਂ ਡਰ ਕੇ ਪਨਾਹ ਲੈਣ ਲਈ ਇਸ ਹਵੇਲੀ 'ਚ ਕਦੀ ਨਹੀਂ ਆ ਸਕਦਾ ਇਸ ਲਈ ਕਿ ਮੈਂ ਤੇ ਆਪ ਉਹਦੇ ਖੂਨ ਦੀ ਪਿਆਸੀ ਹਾਂ ਤੂੰ ਮੈਨੂੰ ਵੀਰ ਕਹਿ ਕੇ ਇਹ ਯਕੀਨ ਦਵਾਇਆ ਕਿ ਜਮਾਲਾ ਇੱਥੇ ਨਹੀਂ ਤੇ ਮੈਂ ਤੈਨੂੰ ਭੈਣ ਸਮਝ ਕੇ ਤੇਰੀ ਗੱਲ ਦਾ ਇਤਬਾਰ ਕਰ ਲਿਆ ਪੈਣਾ ਪਰ ਜਮਾਲਾ ਕਿੱਥੇ ਮੈਂ ਤੈਨੂੰ ਦੱਸਣਾ ਬਾਕਰਾ ਜਮਾਲੇ ਤੇ ਮੁਰਾਦ ਦਾ ਖੁਫੀਆ ਟਿਕਾਣਾ ਮੈਂ ਵੇਖ ਲਿਆ ਚੱਲ ਮੇਰੇ ਨਾਲ ਲੈ ਚੁ ਰੱਬ ਰੱਖਾ Okay.
ਕਰਮਦੀਨਾ ਕਰਮਦੀਨਾ ਮੈਨੂੰ ਇਹ ਤੇ ਦੱਸ ਵੀ ਮੇਰੇ ਕੋਲੋਂ ਪੁੱਛਿਆ ਬਗੈਰ ਤੈਨੂੰ ਇਹ ਕਿਸ ਤਰ੍ਹਾਂ ਪਤਾ ਲੱਗ ਗਿਆ ਸੀ ਕਿ ਮੇਰੀ ਇੱਜ਼ਤ ਚੁੱਕੀ ਗਈ ਸੀ? ਓਏ ਚੱਲਿਆ ਯਾਰਾ, ਅੱਧੀ ਰਾਤ ਵੇਲੇ ਯਾਰ ਆ ਕੇ ਬੂਹਾ ਖੜਕਾਵੇ ਤੇ ਫਿਰ ਉਹ ਯਾਰ ਹੀ ਕਾਹਦਾ ਜਿਹੜਾ ਆਪਣੇ ਯਾਰ ਦਾ ਲਹੂ ਨਾਲ ਭਰਿਆ ਹੋਇਆ ਮੱਥਾ ਤੇ ਗਲੇ ਵਿੱਚ ਪਈ ਹੋਈ ਪੱਗ ਵੇਖ ਕੇ ਇਹ ਨਾ ਸਮਝ ਸਕੇ ਕਿ ਅੱਜ ਮੇਰੇ ਯਾਰ ਦੀ ਇੱਜ਼ਤ ਖਤਰੇ ਵਿੱਚ। ਤੇ ਬੂਆ, ਮੈਂ ਇਸ ਲਈ ਨਹੀਂ ਸੀ ਖੋਲਿਆ ਕਿ ਜਿਹੜੀ ਗੱਲ ਤੇਰੇ ਲਹੂ ਨਾਲ ਭਰੇ ਹੋਏ ਮੱਥੇ ਤੇ ਗਲੇ ਵਿੱਚ ਪਈ ਹੋਈ ਪੱਗ ਨੇ ਮੈਨੂੰ ਦੱਸ ਦਿੱਤੀ ਸੀ, ਉਹ ਤੇਰੇ ਮੂੰਹੋਂ ਸੁਣਨ ਲੱਗਿਆ ਜਿੰਨੀ ਦੇਰ ਮੈਨੂੰ ਲੱਗਣੀ ਸੀ। ਜਾਸ਼ਾਬਾਸ਼ ਕਰਮਦੀਨਾ, ਜੇ ਤੂੰ ਮੇਰੀ ਗੈਰਤ ਨੂੰ ਇੰਨਾ ਮਰਨ ਦਿੱਤਾ ਤੇ ਮੈਂ ਵੀ ਹੁਣ ਫਿਰ ਤੈਨੂੰ ਕੱਲਿਆਂ ਨਹੀਂ ਮਰਨ ਦਿਆਂਗਾ। ਅਸੀਂ ਜੀਵਾਂਗੇ ਵੀ ਇਕੱਠੇ ਤੇ ਮਰਾਂਗੇ ਵੀ ਇਕੱਠੇ। Thank you.
ਸਾਡੇ ਜੋ ਨਸਣ ਦੀ ਜ਼ਰੂਰਤ ਨਾ ਕਰੇ। ਹੁਣ ਸਾਨੂੰ ਨਸਣ ਦੀ ਕੀ ਲੋੜ ਹੈ ਥਾਣੇਦਾਰਾ? ਅਸੀਂ ਦੋਵਾਂ ਯਾਰਾਂ ਨੇ ਦੋ ਬਦ ਕਿਰਦਾਰਾਂ ਨੂੰ ਕੁੱਤੇ ਦੀ ਮੌਤ ਮਾਰ ਕੇ ਆਪਣਾ ਫਰਜ਼ ਪੂਰਾ ਕੀਤਾ ਹੈ। ਤੂੰ ਸਾਨੂੰ ਹੱਥ ਕੜੀਆਂ ਲਾ ਕੇ ਆਪਣਾ ਫਰਜ਼ ਪੂਰਾ ਕਰ। ਲਾਲਾ ਇਹਨਾਂ ਨੂੰ ਹੱਥ ਕੜੀਆਂ। ਮੈਨੂੰ ਬੜਾ ਹੀ ਅਫਸੋਸ ਹੈ ਚੁਦਰਾਣੀ, ਮੇਰੇ ਆਪਣੋਂ ਤੋਂ ਪਹਿਲਾਂ ਹੀ ਤੇਰੇ ਦੋਨੋਂ ਭਰਾ ਕਤਲ ਹੋ ਗਏ ਨੇ। ਮੈਨੂੰ ਭਰਾਵਾਂ ਦੇ ਕਤਲ ਹੋਣ ਦਾ ਦੁੱਖ ਜ਼ਰੂਰ ਹੋਇਆ ਥਾਣੇਦਾਰ ਜੀ, ਪਰ ਖੁਸ਼ੀ ਇਸ ਗੱਲ ਦੀ ਹੋਈ ਹੈ ਕਿ ਇਸ ਇਲਾਕੇ 'ਚ ਦੋ ਬੇਗੈਰਤ ਅਤੇ ਜ਼ਾਲਮ ਇਨਸਾਨ ਹਮੇਸ਼ਾ ਲਈ ਖਤਮ ਹੋ ਗਏ ਨੇ। ਹੁਣ ਕੋਈ ਚੌਧਰੀ ਕਿਸੇ ਗਰੀਬ ਦੀ ਇੱਜ਼ਤ ਨੂੰ ਹੱਥ ਨਹੀਂ ਪਾਏਗਾ। ਬਹਾਦਰਾ, ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਕਿ ਮੇਰੀ ਭੈਣ ਦੀ ਡੋਲੀ ਤੇਰੀ ਹਵੇਲੀ ਚੱਪੜਨ ਤੋਂ ਪਹਿਲਾਂ ਤੇਰੇ ਭਰਾ ਦੀ ਕਾਤਲ ਦੀ ਲਾਸ਼ ਤੇਰੇ ਬੂਹੇ ਅੱਗੇ ਹੋਏਗੀ। ਵਾਅਦਾ ਮੈਂ ਕੀਤਾ ਸੀ ਤੇ ਪੂਰਾ ਮੇਰੇ ਪਿਓ ਨੇ ਕਰ ਦਿੱਤਾ ਹੈ। ਆਪਣੀ ਅੱਖਾਂ ਨਾਲ ਵੇਖ ਲੈ, ਤੇਰੇ ਭਰਾ ਦੇ ਕਾਤਲ ਦੀ ਲਾਸ਼ ਤੇਰੇ ਸਾਹਮਣੇ ਪਈ ਹੈ ਤੇ ਮੇਰੀ ਭੈਣ ਦੀ ਇੱਜ਼ਤ ਨੂੰ ਹੱਥ ਪਾਉਣ ਵਾਲਾ ਕੁੱਤੇ ਦੀ ਮੌਤ ਮੋਇਆ ਪਿਆ। ਮੁਰਾਦ ਮੇਰੇ ਭਰਾ ਦਾ ਕਾਤਲ ਸੀ? ਓਏ ਆਹੋ ਪੁੱਤਰਾ, ਤੇਰੇ ਭਰਾ ਦਾ ਅਸਲ ਕਾਤਲ ਤੇ ਮੁਰਾਦ ਹੀ ਸੀ। ਅਸਲਮ ਨੇ ਤੇ ਸਿਰਫ ਯਾਰੀ ਨਿਭਾਉਣ ਲਈ ਉਹ ਕਤਲ ਆਪਣੇ ਸਿਰ ਤੇ ਲੈ ਕੇ ਉਹ ਸਜ਼ਾ ਕੱਟੀ ਸੀ ਤੇ ਅੱਜ ਅਸੀਂ ਦੋਵਾਂ ਯਾਰਾਂ ਨੇ ਦੋਸਤੀ ਦੀ ਜ਼ੰਜੀਰ ਹੋਰ ਪੱਕੀ ਕਰਨ ਲਈ ਕਾਨੂੰਨ ਦੀ ਇਹ ਜ਼ੰਜੀਰ ਆਪਣੇ ਹੱਥਾਂ 'ਚ ਪਾ ਲਈ। ਆਪ ਫਰੀ ਨੇ ਤੁਹਾਡੇ ਦੋਵਾਂ ਦੀ ਯਾਰੀ 'ਤੇ ਤੁਸੀਂ ਸੱਚੀ ਯਾਰੀ ਦੀ ਉਹ ਮਿਸਾਲ ਕਾਇਮ ਕਰ ਦਿੱਤੀ ਹੈ ਜਿਹਨੂੰ ਯਾਦ ਕਰਕੇ ਆਉਣ ਵਾਲੀਆਂ ਨਸਲਾਂ ਫਖਰ ਮਹਿਸੂਸ ਕਰਨਗੀਆਂ। ਪੁੱਤਰ ਬਹਾਦਰ, ਅਸੀਂ ਹੁਣ ਦੋਵੇਂ ਹੱਸਦੇ ਹੋਏ ਆ ਗਲ ਵਿੱਚ ਪਾ ਲਾਂਗੇ, ਪਰ ਤੂੰ ਇੱਕ ਵਾਅਦਾ ਕਰ, ਮੇਰੇ ਯਾਰ ਕਰਮੂ ਦੇ ਪੁੱਤਰ ਅਸਲਮ ਨੂੰ ਇਹ ਮਹਿਸੂਸ ਨਹੀਂ ਹੋਣ ਦੇਵੇਗਾ ਕਿ ਹੁਣ ਉਹਦਾ ਇਸ ਦੁਨੀਆਂ ਵਿੱਚ ਯਾਰ ਕੋਈ ਨਹੀਂ ਰਿਹਾ। ਤੂੰ ਫਿਕਰ ਨਾ ਕਰ ਚਾਚਾ ਮੀਰਾ ਬਖਸ਼ਾ, ਤੁਸੀਂ ਦੋਵੇਂ ਬਜ਼ੁਰਗ ਸੱਚੀ ਯਾਰੀ ਦਾ ਜਿਹੜਾ ਬੂਟਾ ਲਾ ਚੱਲਿਓ, ਮੈਂ ਤੇ ਅਸਲਮ ਯਾਰ ਬਣ ਕੇ ਉਸ ਬੂਟੇ ਨੂੰ ਆਪਣਾ ਲਹੂ ਦੇ ਕੇ ਪਾਲਾਂਗੇ। ਕਿਉਂ ਅਸਲਮ? ਬਿਲਕੁਲ ਠੀਕ ਹੈ ਬਹਾਦਰਾ,